ਇਹ ਥਿਨ ਲੇਅਰ ਵਾਲੀ ਈਗੋ ਆ ਉਹ ਹਸਬੰਡ ਵਾਈਫ ਚ ਵੀ ਹੋ ਜਾਂਦੀ ਆ ਜਾਂ ਅੱਜ ਕੱਲ੍ਹ ਦੋਸਤਾਂ ਵਿੱਚ ਹੋ ਜਾਂਦੀ ਆ ਜਾਂ ਭਰਾਵਾਂ ਵਿੱਚ ਵੀ ਹੁੰਦੀ ਇਹ ਭਾਜੀ ਥਿਨ ਲੇਅਰ ਵੀ ਫਟਾਫਟ ਤੋੜਨ ਦਾ ਵੀ ਯਾਰ ਮਿਲੀ ਸੋਲੂਸ਼ਨ ਦੇਖੋ ਮੈਂ ਤੁਹਾਨੂੰ ਦੱਸਦਾ ਪਤਾ ਨਹੀਂ ਲੋਕ ਇਹਨੂੰ ਚੰਗਾ ਸਮਝਣ ਮਾੜਾ ਸਮਝਣ ਜਾਂ ਕੀ ਕਹੇ ਮੇਰਾ ਮਨ ਲੱਗਦਾ ਕਿ ਇਨਸਾਨ ਨਾ ਜਦੋਂ ਰੱਬ ਨੂੰ ਟੁੱਟਦਾ ਨਾ ਹੂੰ ਜਦੋਂ ਰੱਬ ਨੂੰ ਟੁੱਟਦਾ ਫਿਰ ਚੀਜ਼ਾਂ ਉਹਤੇ ਹੈਵੀ ਹੁੰਦੀ ਬਾਬੇ ਨਾਨਕ ਨੇ ਇੱਕ ਪ੍ਰਥਾ ਤੋਰੀ ਦੱਸਵਾੰਦ ਦੀ ਹਾਂਜੀ ਜੇ 100 ਰੁਪਈਆ ਕਮਾਉਣਾ ਵਾ ਵਿੱਚੋਂ 10 ਰੁਪਏ ਦੇ ਦੇ ਸਿੱਧੂ ਦੇ ਜਾਣਦਾ ਕੀ ਕੀ ਮਤਲਬ ਤੁਹਾਨੂੰ ਲੱਗਦਾ ਅਫਸੋਸ ਕਾ ਦਾ ਹੁੰਦਾ ਤੁਹਾਨੂੰ ਸਭ ਨਾਲ ਵੱਡਾ ਮੈਨੂੰ ਸਭ ਤੋਂ ਵੱਡਾ ਤੇ ਜਿਹੜਾ ਅਫਸੋਸ ਆ ਨਾ ਕਿ ਇੱਕ ਇੱਕ ਮਾਂ ਪਿਓ ਦਾ ਪੁੱਤ ਨਾ ਅਜਾਈਂ ਚਲ ਉਹਨਾਂ ਦੀ ਜ਼ਿੰਦਗੀ ਦਾ ਚਲੋ ਪ੍ਰਮਾਤਮਾ ਨੇ ਜ ਬੜੀ ਮਿਹਰ ਕੀਤੀ ਉਹਨਾਂ ਤੇ ਇੱਕ ਹੋਰ ਬੱਚਾ ਉਹਨਾਂ ਦੇ ਘਰ ਹੋਇਆ ਬਟ ਉਹ ਤਾਂ ਦਰਦ ਨਹੀਂ ਭੁੱਲ ਸਕਿਆ ਉਹ ਦਰਦ ਨਹੀਂ ਭੁੱਲ ਸਕਿਆ ਹ ਨਹੀਂ ਉਹ ਕਹਿੰਦੇ ਨਾ ਵੀ 100 ਸਾਲ ਜੀਣ ਵਾਸਤੇ 100 ਸਾਲ ਦੀ ਉਮਰ ਹੋਣੀ ਜ਼ਰੂਰੀ ਨਹੀਂ ਹੂੰ ਕੁਝ ਗੱਲਾਂ ਕੁਝ ਕੰਮ ਜ਼ਿੰਦਗੀ ਚ ਐਹੋ ਜੇ ਕਰ ਜੋ ਕਿ ਲੋਕ ਤੁਹਾਨੂੰ ਹਜ਼ਾਰਾਂ ਸਾਲ ਤੱਕ ਯਾਦ ਰੱਖਣ ਕੀ ਬਾਤ ਹੈ 100 ਸਾਲ ਦੀ ਉਮਰ ਹੋਵੇ ਤੇ 100 ਸਾਲ ਜਿੰਦਗੀ ਹੋਣੀ ਜ਼ਰੂਰੀ ਨਹੀਂ ਸਿੱਧੂ 5 ਸਾਲ ਚਮੀਆਂ ਚ ਚਮੀਆਂ ਪੰਨੀਆਂ ਠਾਈਆਂ ਚਲ ਗਿਆ ਹੂੰ ਤੇ ਲੈਜੈਂਡ ਆਏ ਇਹ ਰਹਿੰਦੀ ਦੁਨੀਆ ਤੱਕ ਜੀਤੇ ਰਹਿਣਾ ਵੱਡੇ ਵੱਡੇ ਲੈਜੈਂਡਾਂ ਨੂੰ ਵਕਤ ਪਾਤਾ ਇਹਨੇ ਸਹੀ ਗੱਲ ਬਾਜੀ ਹਣਾ ਸੋ ਗੱਲ ਹੋਈ ਆ ਵੀ ਜ਼ਿੰਦਗੀ 100 ਸਾਲ ਦੀ ਹੋਣੀ ਜ਼ਰੂਰੀ ਨਹੀਂ ਕੁਝ ਕਰ ਇਹੋ ਜਿਹਾ ਜਾਓ ਵੀ ਹਜ਼ਾਰਾਂ ਸਾਲ ਤੱਕ ਲੋਕ ਤੁਹਾਨੂੰ ਜੀਤੇ ਰੱਖਣ ਵੀ ਉਹ ਫਲਾਣਾ ਹੋਇਆ ਸੀ ਅੱਜ ਦਿੱਲੀ ਤੋਂ ਇਧਰ ਆਣ ਨੂੰ ਤੇ ਪਤਾ ਵਾ ਵੀ ਯਾਰ ਕਿਸਾਨ ਬੈਠੇ ਜਾ ਮੀਡੀਆ ਨੇ ਕੀ ਦਿਖਾਤਾ ਕਿ ਕੁਝ ਆਂਤਕਵਾਦੀ ਦਿੱਲੀ ਕੇ ਬਾਹਰ ਬੈਠੇ ਪੂਰੇ ਥੱਲੇ ਵਾਲੇ ਹਿੰਦੁਸਤਾਨ ਨੇ ਇਹੋ ਸਮਝ ਲਿਆ ਵੀ ਹੱਤਵਾਦੀ ਹੈ ਪਾਕ ਇਹ ਪਾਵਰ ਹੈ ਮੀਡੀਆ ਦੀ ਅਸੀਂ ਕੀ ਵਰਤ ਰਹੇ ਅਸੀਂ ਕੁਝ ਵੀ ਨਹੀਂ ਵਰਤ ਰਹੇ ਉਹ ਰਵਾਇਤ ਭੁੱਲ ਗਏ ਸੀ ਰਣਜੀਤ ਸਿੰਘ ਵਾਲੀ ਉਹ ਗੱਲ ਭੁੱਲ ਗਏ ਸੀ ਕੌਣ ਦੱਸੂਗਾ ਕੌਣ ਦੱਸੂਗਾ ਵੀ ਸਾਡਾ ਜੱਸਾ ਸਿੰਘ ਆਲੂ ਵਾਲੀਆ ਹੋਇਆ ਕੌਣ ਦੱਸੂਗਾ ਵੀ ਸਾਡਾ ਜੱਸਾ ਸਿੰਘ ਆਰਾਮ ਕਰ ਗਿਆ ਹੋਇਆ ਬਘੇਲ ਸਿੰਘ ਇਹਨਾਂ ਤਿੰਨਾਂ ਸਰਦਾਰਾਂ ਨੇ ਦਿੱਲੀ ਦੇ ਉੱਤੇ ਕੇਸਰੀ ਦੀ ਸ਼ਾਨ ਚਲਾਇਆ ਕੌਣ ਦੱਸੂ ਇਮੋਸ਼ਨ ਨੂੰ ਸੰਭਾਲਣਾ ਸਿੱਖ ਜਾਂਦਾ ਉਹ ਅੰਦਰ ਬਹੁਤ ਕਈ ਵਾਰ ਆਪਸ ਚ ਲੜਦਾ ਰਹਿੰਦਾ ਆਪਣੇ ਮਨ ਨਾਲ ਉਹ ਲੜਾਈ ਵਧੀਆ ਸੁਖੀ ਮੈਂ ਕਹਿੰਦਾ ਬਾਹਰ ਲੜਨ ਨਾਲੋਂ ਉਹ ਲੜਾਈ ਵਧੀਆ ਹੈ ਨਾ ਜਿੱਦੋਂ ਕਹਾਵਤ ਹੈ ਨਾ ਕਹਿੰਦੇ ਵੀ ਆਪਾਂ ਗਿੱਲੇ ਛਿਕਵੇ ਕਰ ਲੈਂਦੇ ਆ ਹੂੰ ਮੁੜ ਕੇ ਨਾ ਗਿੱਲੇ ਛਿਕਵੇ ਮਟਾਉਣ ਦੀ ਹਿੰਮਤ ਹੀ ਨਹੀਂ ਹੁੰਦੀ ਬੰਦੇ ਜੀ ਮੈਂ ਕਿਉਂ ਜਾਵਾਂ ਆਪੇ ਆ ਜੂਗਾ ਸਸਰੀ ਗਾਲ ਜੀ ਵੈਲਕਮ ਟੂ ði ਸ਼ੋਅ ਤੇ ਥੋੜੀ ਦੇਰ ਬਾਅਦ ਸ਼ੂਟ ਕਰ ਰਹੇ ਆ ਕਿਉਂਕਿ ਲਾਈਫ ਨੂੰ ਬੈਲੈਂਸ ਕਰਨ ਲਈ ਵੀ ਥੋੜੀ ਦੇਰ ਲਈ ਬ੍ਰੇਕ ਲਈ ਸੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਰਹੇ ਸੀ ਤੇ ਵਾਪਸ ਆ ਗਏ ਆ ਸੋ ਸੌਰੀ ਥੋੜਾ ਲੇਟ ਪੋਡਕਾਸਟ ਆ ਰਿਹਾ ਵਾ ਤੇ ਅੱਜ ਦਾ ਪੋਡਕਾਸਟ ਇਹ ਮੇਰੇ ਤੇ ਨਿਰਭਰ ਆ ਮੇਰੇ ਕੋਲ ਅੱਜ ਜਿਹੜੇ ਗੈਸਟ ਆਏ ਨੇ ਉਹ ਨੌਲੇਜ ਦਾ ਭੰਡਾਰ ਆ ਕਿਸੇ ਵੀ ਵਰਗ ਚ ਚੱਲ ਜਾ ਮੈਂ ਬਈ ਮਾਡਰਨ ਚ ਚੱਲ ਜਾ ਉਹਨਾਂ ਕੋਲ ਉਹ ਵੀ ਨੌਲੇਜ ਹੈਗੀ ਆ ਜਾਂ ਮੈਂ ਸਿੱਖ ਇਤਿਹਾਸ ਚੱਲ ਜਾ ਉਹ ਵੀ ਨੌਲੇਜ ਹੈਗੀ ਤਾਂ ਮੇਰੇ ਕੋਲ ਕਹਿ ਲੋ ਵੀ ਅੱਜ ਬਹੁਤ ਵੱਡੀ ਕਿਤਾਬ ਆ ਮੈਂ ਉਹ ਕਿਤਾਬ ਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਕੱਢ ਲਾਂ ਤੇ ਤੁਹਾਡੇ ਸਾਹਮਣੇ ਰੱਖ ਲਾਂ ਇਹ ਮੇਰੇ ਤੇ ਵੀ ਹੈਗਾ ਬਾਕੀ ਅੱਜ ਮੈਂ ਕਾਉਂਸਲਿੰਗ ਵੀ ਕਰਾਉਣੀ ਆ ਆਪਣੀ ਵੀ ਜਿਹੜੀਆਂ ਜਿਹੜੀਆਂ ਕਾਉਂਸਲਿੰਗ ਬਹੁਤ ਜ਼ਰੂਰੀ ਆ ਮੈਂ ਥੋੜਾ ਪ੍ਰੇਸ਼ਾਨ ਚੱਲਦਾ ਮੈਂ ਭਾਜੀ ਨੂੰ ਜਿਹੜੇ ਮੇਰੇ ਮਨ ਦੇ ਸਵਾਲ ਆ ਸਾਰੇ ਪੁੱਛ ਲੈਣੇ ਭਾਜੀ ਆ ਕਿਵੇਂ ਹੁੰਦਾ ਕਿਵੇਂ ਹੁੰਦਾ ਸੋ ਭਾਜੀ ਨੂੰ ਆਪਾਂ ਮੋਟੀਵੇਸ਼ਨ ਡੋਜ਼ ਅਕਸਰ ਮੈਂ ਜਦੋਂ ਨਾ ਰਾਤ ਨੂੰ ਕਦੇ ਬੰਦਾ ਸਾਇਲੈਂਟ ਹੁੰਦਾ ਭਾਜੀ ਮੈਂ ਮੈਂ ਨਾ ਥੋੜਾ ਜਿਆਦਾ ਪ੍ਰੇਸ਼ਾਨ ਹੁੰਦਾ ਹੀ ਆ ਹਿਊਮਨ ਨੇਚਰ ਆ ਵੀ ਯਾਰ ਆ ਚੱਲਦਾ ਵੈਸੇ ਤੁਹਾਡੀ ਅਰੀਲਾ ਦੇਖਣੀ ਆ ਫਿਰ ਦੇਖਣਾ ਯਾਰ ਆ ਗਲਤ ਆ ਸਹੀ ਆ ਯਾਰ ਮੈਂ ਕਿਉਂ ਚਿੰਤਾ ਚੱਕੀ ਫਿਰਦਾ ਤੋ ਤੁਹਾਡੇ ਸ਼ਬਦਾਂ ਦਾ ਅਸਰ ਬਹੁਤ ਡੂੰਗਾ ਪ੍ਰਭਾਵ ਹੁੰਦਾ ਵਈ ਇੱਕ ਚਿੰਤਾ ਚ ਸੀ ਮੈਂ ਇੱਕ ਮੈਂ ਰੀਲ ਦੇਖੀ ਤੁਹਾਡੀ ਉਸ ਤੋਂ ਬਾਅਦ ਮੈਂ ਹੋ ਗਿਆ ਯਾਰ ਹਾਂ ਯਾਰ ਆਪਾਂ ਸ਼ੁਕਰਗੁਜ਼ਾਰ ਹਾਂ ਮੈਂ ਆਲੇ ਦੁਆਲੇ ਦੇਖਿਆ ਫਿਰ ਮੈਂ ਕਿਹਾ ਯਾਰ ਗੱਲ ਤਾਂ ਸਹੀ ਕੀਤੀ ਆ ਐਵੇਂ ਮੈਂ ਕਿਹਾ ਤੇ ਅੰਦਰ ਐਵੇਂ ਟੈਨਸ਼ਨ ਭਾਈ ਉਹ ਮੈਂ ਟੈਨਸ਼ਨ ਨੂੰ ਬਾਹਰ ਰੱਖਦਾ ਬਾਹਰ ਰੱਖਦਾ ਨਾਲ ਦੀ ਨਾਲ ਮੈਂ ਆਪਣਾ ਜੋ ਮੇਰੀ ਜ਼ਿੰਦਗੀ ਸੀ ਮੈਨੂੰ ਵਧੀਆ ਲੱਗਣ ਲੱਗੀ ਜੀ ਸੋ ਮੈਨੂੰ ਲੱਗਦਾ ਪ੍ਰੋਬਲਮ ਇੱਥੇ ਕੀ ਹੁੰਦੀ ਆ ਉਹਨੂੰ ਜੇ ਤੁਸੀਂ ਕੱਢਤਾ ਤੇ ਪ੍ਰੋਬਲਮ ਸੋਲਵ ਹੋ ਗਈ ਜਾਂ ਕਰ ਲਓ ਹਾਂ ਇਨਸਾਨ ਦਾ ਇੱਕ ਸੁਭਾਅ ਆ ਕਿ ਆਪਾਂ ਨੂੰ ਜਿਹਦੀ ਜ਼ਰੂਰਤ ਆ ਨਾ ਹਾਂਜੀ ਉਹਦੀ ਆਪਾਂ ਚਾਰ ਗੱਲਾਂ ਸੁਣ ਲੈਂਦੇ ਆ ਜਿਹਦੀ ਆਪਾਂ ਨੂੰ ਜ਼ਰੂਰਤ ਨਹੀਂ ਨਾ ਹੈ ਉਹਦਾ ਆਪਾਂ ਫੋਨ ਵੀ ਨਹੀਂ ਚੁੱਕਦੇ ਇਸ ਇਨਸਾਨ ਦੇ ਸੁਭਾਅ ਦੇ ਵਿੱਚ ਮੇਰਾ ਵੀ ਸੁਭਾਅ ਇਦਾਂ ਦਾ ਹੀ ਸੀਗਾ ਪਰ ਮੈਨੂੰ ਕਿਸੇ ਕਿਸ ਬਹੁਤ ਕਮਾਲ ਦਾ ਇੱਕ ਵਿਦਵਾਨ ਬੰਦਾ ਸੀ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਉਹਨਾਂ ਨੇ ਮੈਨੂੰ ਗੱਲ ਕੀਤੀ ਵੀ ਜਦੋਂ ਰਾਤ ਨੂੰ ਸੌਣੇ ਆ ਨਾ ਆਪਾਂ ਤੂੰ ਕੀ ਸੋਚ ਕੇ ਸੌਣਾ ਵੀ ਸਵੇਰੇ ਉੱਠੇ ਜਾਣਾ ਕਿ ਸਵੇਰ ਦੀ ਸਵੇਰ ਦਾ ਸੂਰਜ ਤੂੰ ਵੇਖਣਾ ਇਹ ਤੂੰ ਸੋਚਦਾ ਮੈਂ ਦੋ ਕੁ ਮਿੰਟ ਤੀਨਾਂ ਮੈਂ ਚੁੱਪ ਜਾ ਹੋ ਗਿਆ ਮੈਂ ਕਿਹਾ ਹੁਣ ਮੈਂ ਕੀ ਕਰਾਂ ਇਹਨੂੰ ਹੂੰ ਮੈਂ ਕਿਹਾ ਜੀ ਨਹੀਂ ਮੈਂ ਕਿਹਾ ਜੀ ਇਹ ਤੇ ਪਤਾ ਨਹੀਂ ਹੈ ਪਰ ਮੈਂ ਸੋਚਦਾ ਤੇ ਹੋਈਆਂ ਵੀ ਮੈਂ ਸਵੇਰੇ ਉੱਠ ਕੇ ਆ ਕਰੂੰਗਾ ਮੈਂ ਹਾਂ ਬਸ ਕੱਲ ਹੀ ਹੋਈ ਆ ਕਹਿੰਦਾ ਕਹਿੰਦਾ ਇਨਸਾਨ 12 ਘੰਟੇ ਜਾਗੇ ਭਾਵੇਂ 16 ਘੰਟੇ ਜਾਗੇ ਭਾਵੇਂ 18 ਘੰਟੇ ਜਾਗੇ ਇਹ ਨਹੀਂ ਕਹਿ ਸਕਦਾ ਮੈਂ ਇਤੋਂ ਗਲਤੀ ਨਹੀਂ ਹੋਈ ਇਹ ਨਹੀਂ ਕਹਿ ਸਕਦਾ ਕਿ ਮੇਰੇ ਤੋਂ ਗਲਤੀ ਨਹੀਂ ਹੋਈ ਹੁੰਦੀ ਆ ਜੇ ਗਲਤੀਆਂ ਨਹੀਂ ਕਰੂਗਾ ਤੇ ਇਨਸਾਨ ਘਮਾਉਣ ਦਾ ਹੱਕਦਾਰ ਹੀ ਨਹੀਂ ਆ ਗਲਤੀਆਂ ਇਨਸਾਨ ਤੋਂ ਹੀ ਹੋਣੀਆਂ ਦੇਵਤਿਆਂ ਤੋਂ ਜਾਂ ਪੈਗੰਬਰਾਂ ਤੋਂ ਗਲਤੀਆਂ ਨਹੀਂ ਹੁੰਦੀਆਂ ਜਾਂ ਤੇ ਬੰਦਾ ਇਹ ਸੋਚ ਲਵੇ ਵੀ ਮੈਂ ਪੈਗੰਬਰ ਬਣ ਗਿਆ ਮੇਰੇ ਤੋਂ ਗਲਤੀ ਹੋਣੀ ਨਹੀਂ ਹਾਂ ਜਾਂ ਤੇ ਇਹ ਸੋਚ ਲਵੇ ਤੇ ਜੇ ਇਹ ਸੋਚੇ ਵੀ ਮੇਰੇ ਤੋਂ ਗਲਤੀ ਹੋਈ ਫਿਰ ਉਹ ਇਨਸਾਨ ਹੈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਪੂਰੇ ਦਿਨ ਨੂੰ ਰਿਵਾਈਜ਼ ਕਰਿਆ ਕਰ ਜਨ ਨਾਲ ਕਿ ਮੈਂ ਦਿਨੇ ਕੀ ਕੀਤਾ ਸਵੇਰੇ ਉੱਠਣ ਤੋਂ ਲੈ ਕੇ ਮੰਝੇ ਤੱਕ ਹੌਣ ਤੱਕ ਮੈਂ ਕਿਹਦਾ ਕਿਹਦਾ ਦਿਲ ਦਿਖਾਇਆ ਵਾ ਹੂੰ ਜੇ ਹੋ ਸਕੇ ਤਾਂ ਉਸੇ ਵੇਲੇ ਸੌਣ ਤੋਂ ਪਹਿਲਾਂ ਉਹਨੂੰ ਫੋਨ ਕਰਕੇ ਆਪਣਾ ਗੱਲ ਨਿਬੇੜ ਲਾ ਵੀ ਭਾਈ ਆਹ ਗੱਲ ਹੋਈ ਸੀ ਆਪਣੀ ਅੱਜ ਅੱਜ ਮੈਂ ਤੈਨੂੰ ਚਾਰ ਗਾਲਾਂ ਕੱਢੀਆਂ ਗਲਤੀ ਤੇਰੀ ਸੀ ਮਾਫੀ ਮੈਂ ਮੰਗਦਾ ਤੇ ਤੂੰ ਕਿਉਂਕਿ ਮੈਂ ਸੌਣ ਲੱਗਾ ਮੈਂ ਬੋਝ ਲੈ ਕੇ ਨਹੀਂ ਸੌਣਾ ਚਾਹੁੰਦਾ ਹੂੰ ਗੱਲ ਇਹ ਆ ਕਿ ਗੱਲ ਸਵੇਰੇ ਉੱਠੋਂ ਜਦੋਂ ਨਾ ਤੁਸੀਂ ਤੇ ਤੁਹਾਡੇ ਦਿਲ ਤੇ ਪਿਛਲਾ ਬੋਝ ਨਹੀਂ ਹੋਣਾ ਚਾਹੀਦਾ ਇਹ ਤੂੰ ਗੱਲ ਕਹਿੰਨੇ ਕਿ ਰੀਲ ਵੇਖੀ ਜਾਂ ਕੁਝ ਵੇਖਿਆ ਮੈਂ ਇੱਕ ਚੀਜ਼ਾਂ ਜ਼ਿੰਦਗੀ ਚ ਇੰਪਲੀਮੈਂਟ ਕੀਤੀਆਂ ਮੈਂ ਗੁੱਸਾ ਹੀ ਛੱਡ ਕਰਨਾ ਛੱਡਦਾ ਮੈਂ ਗੁੱਸਾ ਹੀ ਕਰਨਾ ਛੱਡਦਾ ਮੈਂ ਬਹੁਤ ਗਾਲਾਂ ਕੱਢਦਾ ਹੁੰਦਾ ਸੀ ਜਾਣੇ ਖਣਨ ਦਾਲ ਚ ਲੂਣ ਘੱਟ ਤਾਂ ਗਾਲਾਂ ਕੱਢਦੇ ਮੈਗੀ ਚ ਮਸਾਲਾ ਤੇਜ਼ ਪੈ ਗਿਆ ਤਾਂ ਗਾਲਾਂ ਕੱਢਦੇ ਮੈਂਨਾਂ ਤੇ ਫਰੂਟਾਂ ਦੇ ਲੂਣ ਨਹੀਂ ਪਾਇਆ ਤਾਂ ਟਾੜਾ ਲਾ ਕੇ ਇਹਨੂੰ ਬਿੱਤੂ ਆ ਕੇ ਇਤਾਂ ਸੋ ਮੇਰਾ ਬ੍ਰਦਰ ਆਇਆ ਕਈ ਸਾਲਾਂ ਬਾਅਦ ਕਹਿੰਦਾ ਤੂੰ ਕੀ ਬਣ ਗਿਆ ਕਹਿੰਦਾ ਅੱਛਾ ਹਾਂ ਕਹਿੰਦਾ ਕੁੰਨਾ ਤੇਰੇ ਦਿਨ ਦਾ ਪਤਾ ਨਾ ਤੇਰੇ ਰਾਤ ਦਾ ਪਤਾ ਕਿਹੜੇ ਵੇਲੇ ਤੂੰ ਆਉਣਾ ਆਸਟ੍ਰੇਲੀਆ ਰਹਿਦਾ ਭਰਾ ਮੇਰਾ ਕਿਹੜੇ ਵੇਲੇ ਤੂੰ ਚਲ ਜਾਨਾ ਵਾ ਅਸੀਂ ਆਏ ਆ ਪੰਜ ਪੰਜ ਦਿਨ ਸਾਨੂੰ ਤੇਰੀ ਸ਼ਕਲ ਵੇਖਣ ਲੰਘ ਜਾਂਦੇ ਆ ਪਤਾ ਲੱਗਦਾ ਰਾਤੀ 1 ਵਜੇ ਆਇਆ ਸਵੇਰੇ 4 ਵਜੇ ਚਲ ਗਿਆ ਗੱਡੀ ਚੋੱਕ ਕੇ ਹੂੰ ਤੇ ਮੈਂ ਕਹ ਕੰਮ ਹੀ ਕਹਿੰਦਾ ਕੰਮ ਤੇ ਠੀਕ ਆ ਪਰ ਆਪਣੇ ਅਲਫਾਜ਼ਾਂ ਤੇ ਤੇ ਕਮਾਂਡ ਰੱਖ ਆਪਣੀ ਵੀ ਤੂੰ ਜਾਣਾ ਕਿਹਨ ਕਦੀ ਮੁੰਡਿਆਂ ਨੂੰ ਗਾਲਾਂ ਕੱਢੀ ਜਾਂਦਾ ਘਰੇ ਆਪਣੇ ਘਰਲੇ ਨੂੰ ਗਾਲਾਂ ਕੱਢੀ ਜਾਂਦਾ ਉਹ ਮੈਂ ਕਹ ਯਾਰ ਵੀ ਕੰਮ ਦਾ ਓਵਰ ਸਟ्रेस ਕਹਿੰਦਾ ਗੱਲ ਹੋਣੀ ਆ ਜਿਹੜੀਆਂ ਜਿਹੜਾ ਗੁੱਸਾ ਆ ਗੁੱਸਾ ਇੱਕ ਇਨਸਾਨ ਦਾ ਪਰਸਨਲ ਐਸਟ ਆ ਹੂੰ ਜਿੱਦਾਂ ਆਪਾਂ ਕਹਿੰਦੇ ਮੈਂ ਕਮਾਈ ਕੀਤੀ ਮੈਂ ਆ ਪੈਸਾ ਜੋੜਿਆ ਇਦਾਂ ਗੁੱਸਾ ਇਨਸਾਨ ਦਾ ਐਸਟ ਆ ਜਿਦਾਉਂ ਤੇਰਾ ਐਸਟ ਨਹੀਂ ਇਦਾਂ ਹੀ ਇਹ ਐਸਟ ਆ ਤੂੰ ਕਹਿੰਦਾ ਜਣੇ ਘਣੀ ਤੀ ਸੁੱਟੀ ਜਾਣਾ ਹੂੰ ਤੇ ਮੈਂ ਕਹਿੰਦਾ ਇਦਾਂ ਹੀ ਹੁੰਦਾ ਕੰਮ ਕਹਿੰਦਾ ਇਦਾਂ ਨਹੀਂ ਹੁੰਦਾ ਕੰਮ ਤੇਰੀ ਟੀਚਿੰਗ ਗਲਤ ਹੋ ਗਈ ਆ ਹੂੰ ਤੂੰ ਕਿਸੇ ਗਲਤ ਸੰਗਤ ਚ ਬਹਿ ਗਿਆ ਮੈਨੂੰ ਐ ਲੱਗਦਾ ਕਿ ਮੈਂ ਰੋਲਾ ਪਾਉਂਗਾ ਮੈਂ ਗਾਲਾਂ ਕੱਢੂੰਗਾ ਤੇ ਗੱਡੀਆਂ ਟਾਈਮ 'ਤੇ ਆ ਜਾਣਗੀਆਂ ਆਰਟਿਸਟ ਟਾਈਮ 'ਤੇ ਆ ਜਾਣਗੇ ਸ਼ੂਟਿੰਗ ਟਾਈਮ 'ਤੇ ਸ਼ੁਰੂ ਹੋ ਜਾਊਗਾ ਨਹੀਂ ਕਿਨਾਂ ਗੁੱਸੇ ਤੇ ਉਹ ਚੀਜ਼ਾਂ ਨੂੰ ਉਹਨੂੰ ਪਿਆਰ ਨਾਲ ਪੁਚਕਾਰ ਕੇ ਪਾਲ ਵੀ ਕੋਈ ਆਇਆ ਜਦੋਂ ਉਹਨੂੰ ਕੋਈ ਵੀ ਚਲ ਕੋਈ ਨਹੀਂ ਕੋਈ ਗੱਲ ਉਹਨੂੰ ਪੀਣਾ ਸਿੱਖ ਉਹਨੂੰ ਪਾਲਣਾ ਸਿੱਖ ਸਾਹਮਣੇ ਵਾਲਾ ਮਜਬੂਰ ਹੋ ਜੇ ਵੀ ਐਡਾ ਨੁਕਸਾਨ ਹੋ ਗਏ ਨੇ ਬੋਲੇ ਹੀ ਕੁਝ ਨਹੀਂ ਲੋਕ ਇਹ ਸੋਚਣ ਲਈ ਮਜਬੂਰ ਹੋ ਜਾਣ ਵੀ ਜਿੱਦਣੇ ਬੋਲੂਗਾ ਉਸ ਦਿਨ ਕੀ ਹੋਊਗਾ ਹੂੰ ਤਾਂ ਲੋਕ ਇਹ ਕਿਉਂ ਸੋਚਣ ਕਿ ਜਿੱਦਣ ਜਿੱਦਣ ਨੂੰ ਗੁੱਸਾ ਗੁੱਸਾ ਆਉਣਾ ਵਾ ਉਦੋਂ ਕੀ ਹੋਣਾ ਵਾ ਨਾ ਗੱਲ ਉਹ ਆ ਤੂੰ ਕਹਿੰਦਾ ਜਣੇ ਕਣੀ ਸਵੇਰ ਤੋਂ ਸ਼ੁਰੂ ਹੋ ਜੰਦਾ ਇਹ ਨਿੱਕੇ ਨਿੱਕੇ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਮਤਲਬ ਵਰਤੀਆਂ ਤੇ ਜ਼ਿੰਦਗੀ ਬੜੀ ਸਕੂਨ ਦੀ ਹੋ ਜ਼ਿੰਦਗੀ ਬੜੀ ਰਿਲੈਕਸ ਹੋ ਗਈ ਹਨਾ ਗੁੱਸਾ ਹੁਣ ਸੱਚੀ ਨਹੀਂ ਆਉਂਦਾ ਅੱਛਾ ਜੀ ਹਾਂ ਬਿਲਕੁਲ ਸੱਚੀ ਹੁਣ ਨਹੀਂ ਆਉਂਦਾ ਪਰ ਮੈਨੂੰ ਲੱਗਦਾ ਜੇ ਗੁੱਸੇ ਨੂੰ ਸੰਭਾਲ ਲੈਣਾ ਸਿੱਖ ਜਾਂਦਾ ਇਮੋਸ਼ਨ ਨੂੰ ਸੰਭਾਲ ਲੈਣਾ ਸਿੱਖ ਜਾਂਦਾ ਉਹ ਅੰਦਰ ਬਹੁਤ ਕਈ ਵਾਰ ਆਪਸ ਚ ਲੜਦਾ ਰਹਿੰਦਾ ਆਪਣੇ ਮਨ ਨਾਲ ਉਹ ਲੜਾਈ ਵਧੀਆ ਸੁਖ ਮੈਂ ਕਹਿੰਦਾ ਬਾਹਰ ਲੜਨ ਨਾਲੋਂ ਉਹ ਲੜਾਈ ਵਧੀਆ ਹੈ ਨਾ ਉਹਿੱਦੋਂ ਕਹਾਵਤ ਹੈ ਨਾ ਕਹਿੰਦੇ ਵੀ ਆਪਾਂ ਗਿੱਲੇ ਛਿਕਵੇ ਕਰ ਲੈਂਦੇ ਆ ਹੂੰ ਮੁੜ ਕੇ ਨਾ ਗਿੱਲੇ ਛਿਕਵੇ ਮਟਾਉਣ ਦੀ ਹਿੰਮਤ ਹੀ ਨਹੀਂ ਹੁੰਦੀ ਬੰਦੇ ਜੀ ਮੈਂ ਕਿਉਂ ਜਾਵਾਂ ਆਪੇ ਆ ਜੂਗਾ ਜਿਹੜਾ ਮੈਂ ਕਿਉਂ ਜਾਵਾਂ ਆਪੇ ਆ ਜੂਗਾ ਨਾ ਉਹ ਉਹ ਕਿਸੇ ਨੇ ਬੜੀ ਸੋਹਣੀ ਗੱਲ ਲਿਖੀ ਕਹਿੰਦਾ ਵੀ ਜ਼ਿੰਦਗੀ ਦਾ ਹਰ ਪਲ ਜੂੰਦਿਆਂ ਦੇ ਨਾਲ ਹੈ ਜਿਉਂਦਿਆਂ ਦੇ ਨਾਲ ਹੀ ਜ਼ਿੰਦਗੀ ਆ। ਹੂੰ ਹੂੰ। ਕਹਿੰਦੇ ਜ਼ਿੰਦਗੀ ਦਾ ਹਰ ਪਲ ਜਿਉਂਦਿਆਂ ਦੇ ਨਾਲ ਹੈ ਮਰੇ ਉੱਤੇ ਆਏ ਤੇ ਵੇ ਆਉਣਾ ਕਿਸ ਕੰਮ ਦਾ। ਹੂੰ। ਵੀ ਜਦੋਂ ਬੰਦਾ ਹੀ ਦੁਨੀਆ ਤੋਂ ਤੁਰ ਗਿਆ ਤੇ ਉਦੋਂ ਮਗਰੋਂ ਬਾਜਾਂ ਮਰੀ ਜਾਣੀਆਂ ਵੀ ਆ ਦੋ ਮਿੰਟ ਰੋਜਾ ਮੂੰਹ ਵੇਖ ਲੈਣ ਤੋਂ। ਉਹ ਕਹਿੰਦੇ ਇੱਕ ਭਰਾ ਸੀਗੇ ਤੇ ਤਿੰਨ ਭਰਾ ਸੀਗੇ ਇਕੱਠੇ। ਤੇ ਬਾਪੂ ਚੜਾਈ ਕੀਤਾ ਤੇ ਪੈਲੀ ਦਾ ਰੌਲਾ ਜਆ ਪੈ ਗਿਆ ਵੱਡ ਨੂੰ ਜਮੀਨ ਦਾ ਹਾਂਜੀ। ਤੋ ਜੀ ਚਲੋ ਆ ਡਾ ਢੋਕੇ ਤੋਂ ਵੇ ਜਾਣੇ। ਦੋ ਕਿੱਸੇ ਨੇ ਇੱਕੋ ਕਿਤਾਬ ਚ ਪੜੇ ਮੈਂ ਦੋ ਕਿੱਸੇ ਤੁਹਾਨੂੰ ਸੁਣਾਉਣਾ ਅੱਛਾ ਜੀ ਉਹ ਆਟਾ ਢੋਗੇ ਦੋਵੇਂ ਭਰਾ ਤੇ ਇੱਕ ਭਰਾ ਸੀ ਜਿਹੜਾ ਉਹ ਉਚੜਾਈ ਕਰ ਗਿਆ ਅੱਛਾ ਜੀ ਲੜਾਈ ਕਈ ਸਾਲ ਬੋਲੀ ਨਹੀਂ ਆਪਸ ਜਦੋਂ ਆਏ ਤੇ ਆ ਕੇ ਉਹਨੂੰ ਪਤਾ ਲੱਗਾ ਭਰਾ ਚੜਾਈ ਕਰ ਗਿਆ ਹੁਣ ਮੌਤ ਤੋਂ ਬਾਅਦ ਤੇ ਕੁਝ ਰਹਿ ਹੀ ਨਹੀਂ ਜਾਂਦਾ ਹੂੰ ਤੋ ਨੱਠਿਆ ਹੀ ਆਇਆ ਉਹ ਜੁੱਤੀ ਕਿਤੇ ਰਹਿ ਗਈ ਉਹਦੀ ਚਪਲ ਚਪਲ ਰਾਜ ਹੀ ਖੁੱਲ ਗਈ ਕਿਤੇ ਹਨਾ ਆ ਕੇ ਤਰਨਾਪੁਰ ਨਾ ਵੀ ਖੁੱਲ ਗਿਆ ਕਿਤੇ ਆ ਕੇ ਤੇ ਉਹ ਜਾਤੀ ਤੇ ਡਿਕਾ ਭਰਾ ਦੀ ਆ ਕੇ ਹਮ ਕਿੰਨੀਆਂ ਗੱਲਾਂ ਰਹਿ ਗਈਆਂ ਤੇਰ ਨਾਲ ਕਰਨ ਵਾਲੀਆਂ ਹਮ ਉੱਥੇ ਕਰੇਗਾ ਉਦੋਂ ਦੂਜਾ ਭਰਾ ਆਇਆ ਉਸ ਦਾ ਸਭ ਤੋਂ ਛੋਟਾ ਹੈ ਉਹ ਵੀ ਆ ਗਿਆ ਉਹ ਵੀ ਆ ਕੇ ਬਹਿ ਗਿਆ ਵੀ ਹੁਣ ਉਧਰੋਂ ਜਨਾਜ਼ਾ ਟੁੱਕਣ ਦਾ ਟਾਈਮ ਸੀਗਾ ਤੋ ਇੱਕ ਨੂੰ ਗਾਸ਼ ਪੈ ਗਈ ਇੱਕ ਭਰਾ ਨੂੰ ਹਮ ਮੁਗਾਬੇ ਹੋਸ਼ੀ ਜੀ ਹਾਲ ਚ ਡਿਕ ਪਿਆ ਉੱਤੇ ਉਹਨਾਂ ਜਨਾਜ਼ਾ ਚੁੱਕਣ ਲੱਗੇ ਤੇ ਲੋਕਾਂ ਨੇ ਮੂੰਹ ਤੇ ਪਾਣੀ ਪੂਣੀ ਪਾਇਆ ਵੀ ਉੱਠ ਉਹਨੂੰ ਆਖਰੀ ਵਾਰ ਵੇਖ ਲਾ ਉਹਨੂੰ ਚੱਲਿਆ ਹੀ ਉਹ ਉਹ ਵੀ ਤੁਰ ਗਿਆ ਸੀ ਉਹ ਵੀ ਤੁਰ ਗਿਆ ਸੀ ਹੁਣ ਰਹਿ ਕੌਣ ਗਿਆ ਇਕੱਲਾ ਉਹਨੂੰ ਕਹਿੰਦਾ ਗੱਲਾਂ ਤੇਰ ਨਾਲ ਵੀ ਕਰਦੀਆਂ ਸੀ ਗੱਲਾਂ ਤੇਰ ਨਾਲ ਵੀ ਕਰਦੀਆਂ ਸੀ ਕਿਹਦੇ ਨਾਲ ਕਰਾਂ ਹਣਾ ਤਾਂ ਉੱਥੇ ਕਿਸੇ ਨੇ ਖੀਲ ਚ ਲਿਖਿਆ ਸੀਗਾ ਕਿ ਜ਼ਿੰਦਗੀ ਦਾ ਹਰ ਪਲ ਜਿਉਂਦਿਆਂ ਦੇ ਨਾਲ ਮਰੇ ਉੱਤੇ ਆਏ ਤੇ ਫਿਆਉਣਾ ਕਿਸ ਮਰੇ ਤੇ ਤੇ ਮਰੇ ਨੂੰ ਤੁਸੀਂ ਕੀ ਲੱਭ ਲਓਗੇ ਹਣਾ ਇਹਦਾ ਹੀ ਅਗਲਾ ਕਿੱਸਾ ਲਿਖਿਆ ਸੀ ਉਹਨਾਂ ਨੇ ਕਿ ਦੋ ਭਰਾ ਪਿਓ ਮਰਿਆ ਤੇ ਪੈਲੀ ਵੰਡਦੀ ਉਹਨਾਂ ਨੇ ਹਾਂਜੀ ਆਪਸ ਪਹਿਲੀ ਵੰਡੀ ਤੇ ਵੱਡੇ ਭਰਾ ਦੇ ਦੋ ਮੁੰਡੇ ਸੀ ਹਾਂਜੀ ਤੇ ਨਿੱਕੇ ਦਾ ਕੋਈ ਵੀ ਨਹੀਂ ਸੀ ਵਿਚਾਰਾ ਮਤਲਬ ਵਹਿ ਸੀਗਾ ਪਰ ਬੱਚਾ ਕੋਈ ਨਹੀਂ ਸੀਗਾ ਉਹ ਜਦੋਂ ਜਦੋਂ ਫਸਲ ਵੰਡੀ ਫਸਲ ਕੱਢੀ ਉਹਨਾਂ ਨੇ ਆਪਣੀਆਂ ਆਪਣੀਆਂ ਪੈਲੀਆਂ ਚੋਂ ਕੱਢੀ ਹਨਾ ਤੇ ਉਹਨੇ ਕੱਢ ਕੇ ਜਦੋਂ ਬੋਰੀਆਂ ਘਰ ਆਈਆਂ ਭਰ ਕੇ ਤੇ ਉਹ ਰਾਤ ਨੂੰ ਨਾ 20 ਬੋਰੀਆਂ ਲੱਦ ਕੇ ਤੇ ਜਿੱਥੇ ਭਰਾ ਦੀ ਵੱਡੇ ਭਰਾ ਦੀ ਪਈ ਸੀ ਕਣਕ ਹਾਂਜੀ ਉਹ ਉੱਥੇ ਸੁੱਟ ਆਇਆ ਉਹ ਸੁੱਟ ਕੇ ਘਰ ਆਇਆ ਤੇ ਵੱਡਾ ਵੱਡੇ ਭਰਾ ਨੂੰ ਲੱਗਾ ਮੇਰੇ ਤੇ ਦੋ ਮੁੰਡੇ ਯਾਰ ਹੂੰ ਉਹਦੇ ਤੇ ਕੋਈ ਵੀ ਨਹੀਂ ਆ ਉਹਨੇ ਉਹ 20 ਬੋਰੀਆਂ ਉਹਨੂੰ ਪਤਾ ਵੀ ਛੁੱਟ ਗਿਆ ਉਹਨੇ ਆਪਣੇ ਵਾਲੇ ਪਾਸੇ 20 ਬੋਰੀਆਂ ਚੁੱਕੀਆਂ ਤੇ ਜਿੱਥੇ ਉਹਦੀ ਉਹਦੀ ਫਸਲ ਵੀ ਜਾ ਕੇ ਉੱਥੇ ਛੋਟਾ ਆ ਸਵੇਰੇ ਉੱਠ ਕੇ ਤੋਂ ਗਿਣਿਆ ਤੇ ਉਹ ਕਹਿੰਦੇ ਬੋਰੀਆਂ ਤੇ ਪੂਰੀਆਂ ਵਾ ਹੂੰ ਉਹ ਅਗਲੇ ਦਿਨ ਰਾਤ ਫੇਰ 20 ਬੋਰੀਆਂ ਛੋਟਾ ਆ ਉਧਰ ਅੱਛਾ 20 ਬੋਰੀਆਂ ਛੋਟਾ ਆ ਉਧਰ ਉਹ ਸੁੱਟ ਕੇ ਅੱਜ ਜੋ ਜਾਣ ਲੱਗਾ ਤੇ ਵੱਡਾ ਭਰਾ ਵੇਦਗਾ ਤੂੰ ਕੀ ਕਰਨਾ ਇੱਥੇ ਹੂੰ ਉਹ ਕਹਿੰਦਾ ਮੈਂ ਕੱਲ ਵੀ ਬੋਰੀਆਂ ਸੁੱਟ ਕੇ ਗਿਆ ਹਾਂਗਾ ਤੇ ਕਹਿੰਦਾ ਮੈਂ ਕੱਲ ਮੈਂ ਸੁੱਟਾਂ ਆ ਉਧਰ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਤਾਂ ਸੁੱਟੀਆਂ ਵੀ ਤੂੰ ਆ ਤੇਰੇ ਦੋ ਮੁੰਡੇ ਆ ਪਰਜਾਈ ਆ ਅਸੀਂ ਤੇ ਕੱਲੇ ਆ ਸਾਡੇ ਤੇ ਹੈ ਕੋਈ ਨਹੀਂ ਕੀ ਆ ਬਾਤ ਹੈ ਵੀ ਇੰਨੀ ਕਣ ਕ ਇੰਨਾ ਪੈਸਾ ਨਹੀਂ ਕੀ ਕਰਨਾ ਵੀ ਚੱਲ ਤੇਰਾ ਡੰਗ ਸਰ ਜਾਊਗਾ ਉਹ ਕਹਿੰਦਾ ਮੈਂ ਇਹ ਸੋਚ ਗਿਆ ਮੇਰੇ ਦੋ ਮੁੰਡੇ ਬਹੁਤ ਛਾਰਗੇ ਪਾਏ ਆ ਆਪੇ ਕਮਾਈ ਕਰ ਲੈਣਗੇ ਹੂੰ ਵੀ ਮੈਂ ਤੇਰੀ ਜ਼ਿੰਦਗੀ ਦੇ ਸੌਖੀ ਕਰਾਂ ਇਹ ਕੇ ਵੀ ਪਿਆਰ ਇਹ ਗੱਲ ਸਿਰਫ ਇਹੀ ਆ ਕਿ ਤੁਸੀਂ ਜ਼ਿੰਦਗੀ ਜੀਣੀ ਕਿਹੜੇ ਹਿਸਾਬ ਨਾਲ ਹੂੰ ਜ਼ਿੰਦਗੀ ਤੁਸੀਂ ਜੀਣੀ ਕਿਹੜੇ ਹਿਸਾਬ ਨਾਲ ਤੁਸੀਂ ਮਿਲਨ ਵਰਤਨ ਰੱਖਣਾ ਆ ਤੁਸੀਂ ਪਿਆਰ اخਲਾਕ ਰੱਖਣਾ ਆ ਕਿ ਨਹੀਂ ਰੱਖਣਾ ਇਹ ਤੁਹਾਡੇ ਹੱਥ ਵਿੱਚ ਆ ਸੋ ਮੇਰਾ ਮੈਂ ਜਿੱਦ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਇੱਕ ਵਾਰ ਪੂਰਾ ਦਿਨ ਬੰਦਾ ਰਿਵਾਈਜ਼ ਕਰਕੇ ਨਾ ਸਿਰਫ ਇਹਨੇ ਕਹਿਣਾ ਹੁੰਦਾ ਯਾਰ ਅੱਜ ਅੱਜ ਫਲਾਣੀ ਗੱਲ ਤੋਂ ਆਪਾਂ ਬੈਸੇ ਸੀ ਉਸ ਬਹਿਸ ਨੂੰ ਉੱਥੇ ਛੱਡ ਦੀ ਅਜੇ ਨਵਾਂ ਸੂਰਜ ਚੜਨਾ ਕੱਲ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਚੱਲ ਮਤਲਬ ਇਹ ਇੰਨੀ ਗੱਲ ਕਹਿਣ ਨਾਲ ਨਾ ਉਹਨੇ ਛੋਟਾ ਹੋਣਾ ਨਾ ਹੁੰਦੇ ਛੋਟਾ ਗਿਲੇ ਸ਼ਿਕਵੇ ਦੂਰ ਕਰ ਲੈਣੇ ਚਾਹੀਦੇ ਨਾਲ ਨਾਲ ਮੈਂ ਕਹਿੰਦਾ ਗਿਲੇ ਸ਼ਿਕਵੇ ਮਕਾਦਨੇ ਚਾਹੀਦੇ ਹੋ ਹੂੰ ਭਾਵੇਂ ਇੱਕ ਦੂਜੇ ਦਾ ਸਿਰ ਪਾੜ ਕੇ ਹਟੋ ਜਦੋਂ ਪੱਟੀ ਪੁੱਟੀ ਬਣਾ ਲਈ ਉਹਨੂੰ ਕੋਈ ਪ੍ਰਭਾਵ ਹੋ ਗਿਆ ਕੰਮ ਆ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਕੀ ਬਾਕੀ ਕੀ ਰੱਖਿਆ ਹਣਾ ਕਈ ਇਹੋ ਜਿਹੇ ਵੀ ਪਰਿਵਾਰਾਂ ਨੂੰ ਜਾਣਦੇ ਆ ਜਿਨ੍ਹਾਂ ਦੀ ਜੱਦੀ ਪੁਸ਼ਤੀ ਚੱਲੇ ਹੁੰਦੇ ਚਾਰ-ਚਾਰ ਪੋਸ਼ਤਾਂ ਤੋਂ ਲੜਾਈਆਂ ਚੱਲਣ ਰਹੀਆਂ ਉਹ ਇੱਕ ਥਿਨ ਲੇਰ ਵਾਲੀ ਈਗੋ ਹੁੰਦੀ ਆ ਨਾ ਉਹੀ ਮੇਨਟੇਨ ਕਰਦੇ ਕਰਦੇ ਇਹ ਚੱਲਦਾ ਰਹਿੰਦਾ ਬਸ ਮੈਂ ਅਕਸਰ ਕਹਿੰਦਾ ਹੁੰਦਾ ਹੁਣ ਤਾਂ ਚਲੋ ਆਪਣੇ ਹੀ ਸਿਆਣੇ ਹੈਗੇ ਨੇ ਉਹ ਜਵਾਨੀ ਵਾਲੇ ਬੜੇ ਲੜੇ ਮੈਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਕਿ ਮੈਂ ਕਿਹਾ ਤੁਸੀਂ ਨਾ ਬੁਢਾਪੇ ਵਾਲੇ ਕੰਦੇ ਨਾ ਵੀ ਨੋਹਾਂ ਨਾਲੋਂ ਮਾਸ ਲੱਗ ਨਹੀਂ ਹੁੰਦਾ ਵੀ ਬੁਢਾਪੇ ਵਾਲੇ ਤੁਸੀਂ ਐ ਇਕੱਠੇ ਨਹੀਂ ਹੋਣਾ ਉਦੋਂ ਤੁਸੀਂ ਸੋਚਣਾ ਯਾਰ ਉਦੋਂ ਕਿਉਂ ਲੜੇ ਸੀ ਅਸੀਂ ਉਹਨਾਂ ਨਾਲ ਉਹੀ ਕੋ ਪਾਲ ਲੰਦੇ 10 ਸਾਲ ਬਸ ਉਹੀ ਆ ਉਹ ਇ ਉਹ ਉਹ ਬਾਈ ਨੇਚਰ ਸਾਨੂੰ ਮਿਲਦੀ ਆ ਕੁਦਰਤ ਵੱਲੋਂ ਇਨਸਾਨ ਦੇ ਆਪਰ ਜਿਹੜਾ ਸਮਝ ਜਵੇ ਜਿਹਨੂੰ ਸਮਝ ਲੱਗ ਜਾਵੇ ਇਹ ਥਿਨ ਲੇਅਰ ਵਾਲੀ ਈਗੋ ਆ ਉਹ ਹਸਬੰਡ ਵਾਈਫ ਚ ਵੀ ਹੋ ਜਾਂਦੀ ਆ ਜਾਂ ਅੱਜਕੱਲ੍ਹ ਦੋਸਤਾਂ ਵਿੱਚ ਹੋ ਜਾਂਦੀ ਆ ਜਾਂ ਭਰਾਵਾਂ ਵਿੱਚ ਵੀ ਹੁੰਦੀ ਇਹ ਭਾਜੀ ਥਿਨ ਲੇਅਰ ਜਲਦੀ ਤੋੜਨ ਦਾ ਕੀ ਕੀ ਸੋਲੂਸ਼ਨ ਹੈਗਾ ਵੀ ਫਟਾਫਟ ਤੋੜਨ ਦਾ ਵੀ ਯਾਰ ਮਿਲੀਏ ਸੋਲੂਸ਼ਨ ਦੇਖੋ ਮੈਂ ਤੁਹਾਨੂੰ ਕਹਿੰਦਾ ਪਤਾ ਨਹੀਂ ਲੋਕ ਇਹਨੂੰ ਚੰਗਾ ਸਮਝਣ ਮਾੜਾ ਸਮਝਣ ਜਾਂ ਕੀ ਕਹਿਣਾ ਮੇਰਾ ਮਨ ਲੱਗਦਾ ਕਿ ਇਨਸਾਨ ਨਾ ਜਦੋਂ ਰੱਬ ਨੂੰ ਟੁੱਟਦਾ ਨਾ ਹੂੰ ਜਦੋਂ ਰੱਬ ਨੂੰ ਟੁੱਟਦਾ ਪਾ ਫਿਰ ਚੀਜ਼ਾਂ ਹੋਤੇ ਹੈਵੀ ਹੁੰਦੀਆਂ ਨੇ ਹੂੰ ਤੁਸੀਂ ਬਾਬੇ ਨਾਨਕ ਨੇ ਇੱਕ ਪ੍ਰਥਾ ਤੋਰੀ ਦਸਵਾਜਾ ਦੀ ਹਾਂਜੀ ਵੀ ਜਿਹੜੇ 100 ਰੁਪਈਆ ਕਮਾਉਣਾ ਵਿੱਚੋਂ 10 ਰੁਪਏ ਦੇ ਦੇ ਹਾਂਜੀ 24 ਘੰਟੇ ਆ ਦਿਨ ਦੇ ਉਹ ਵੀ ਵਕਤ ਤੇ ਹਨ ਸਾਹ ਆ ਰਹੇ ਆ ਮੈਂ ਸ਼ਕਤੀ ਕਪੂਰ ਦੀ ਇੰਟਰਵਿਊ ਸੁਣਦਾ ਸੀ ਜਦੋਂ ਕੋਵਿਡ ਸੀ ਨਾ ਹਾਂਜੀ ਉਹ ਕਹਿੰਦਾ ਮੈਂ ਅੱਜ ਹਸਪੀਟਲ ਗਿਆ ਮੇਰਾ ਇੱਕ ਦੋਸਤ ਐਡਮਿਟ ਸੀਗਾ ਅੱਜ ਪਤਾ ਲੱਗਾ ਕਿ ਉਸ ਕੁਦਰਤ ਨੇ ਸਾਨੂੰ ਦਿੱਤਾ ਕੀ ਹੈ 2020 ਦੀ ਗੱਲ ਹੈ ਇਹ ਤੇ ਮੈਂ ਇੰਟਰਵਿਊ ਹਾਂ ਵੀ ਮੈਂ ਦੱਸਣਾ ਚਾਹੁੰਦਾ ਵੀ ਉਸ ਕੁਦਰਤ ਨੇ ਸਾਨੂੰ ਦਿੱਤਾ ਕੀ ਅੱਜ ਕਹਿੰਦਾ ਮੇਰੇ ਦੋਸਤ ਨੂੰ ਆਕਸੀਜਨ ਦੀ ਲੋੜ ਸੀਗੀ ਤੇ ਮੈਂ ਕਿਤੇ ਹੋਰ ਜਗ੍ਹਾ ਤੋਂ ਸਿਲੰਡਰ ਚੱਕਵਾ ਕੇ ਤੇ ਮੈਂ ਛੱਡਿਆ ਉਹ 60000 ਦਾ ਸਿਲੰਡਰ 60000 ਦਾ ਜਿਹੜਾ ਵੱਡਾ ਸਿਲੰਡਰ ਹੁੰਦਾ ਨਾ ਉਹਦੇ ਲਈ ਛੱਡਿਆ ਕਹਿੰਦਾ ਮੇਰੀ ਉਮਰ 60 65 ਸਾਲ ਹੋ ਗਈ ਆ 60 65 ਸਾਲ ਉਸ ਪ੍ਰਮਾਤਮਾ ਨੇ ਉਸ ਆਕਸੀਜਨ ਦਾ ਇੱਕ ਰੁਪਈਆ ਵੀ ਨਹੀਂ ਮੰਗਿਆ ਜਿਹੜਾ ਸਾਹ ਮੈਨੂੰ ਲਿ ਆ ਆਕਸੀਜਨ ਉਹ ਤੇ ਅਸੀਂ ਉਹਦਾ ਅਸੀਂ ਉਹਦੀ ਕੁਦਰਤ ਨੂੰ ਬਰਬਾਦ ਹੀ ਕੀਤਾ ਵਾ ਸਵਾਰਿਆ ਨਹੀਂ ਕੁਛ ਉਹਦਾ ਉਹ ਮਤਲਬ ਉਹ ਜਿਹਨੇ ساری ਜ਼ਿੰਦਗੀ 네ਗੇਟਿਵ ਕੈਰੈਕਟਰਸ ਕੀਤੇ ਉਹਦੀ ਗੱਲ ਕਿੱਡੀ ਕਮਾਲ ਦੀ ਸੀ ਵੀ ਉਹਨੇ ਸਾਡੇ ਕੋਲ ਰੁਪਈਆ ਵੀ ਨਹੀਂ ਮੰਗਿਆ ਕਦੀ ਇਹ ਸਾਢੇਨ ਦਾ ਜਿਹਦਾ ਮੈਂ 60000 ਦੇ ਕੇ ਆ ਤੇ ਪਰਸੋਂ ਮੁੱਕ ਜਾਣਾ ਪਰਸੋਂ ਫੇਰ 60000 ਦਾ ਲੈ ਕੇ ਦੇਣਾ ਪੈਣਾ ਹੁਣ ਅੱਜ ਵੈਲਿਊ ਪਤਾ ਲੱਗੀ ਉਹਦੀ ਪਰ ਜਿਹੜੀ ਗੱਲ ਮਤਲਬ ਉਹਦੀ ਕਹਿਣ ਵਾਲੀ ਹੈ ਵੀ ਉਹ ਉਹਦੀ ਦਿੱਤੀ ਹੋਈ ਦਾਤ ਵਿੱਚੋਂ 24 ਘੰਟੇ ਇੱਕ ਦਿਨ ਦੇ ਆ 24 ਘੰਟਿਆਂ ਦੇ ਵਿੱਚੋਂ ਅਸੀਂ 2 ਘੰਟੇ ਵੀ ਨਹੀਂ ਕੱਢ ਸਕਦੇ ਉਹਦੇ ਵਾਸਤੇ 2 ਘੰਟੇ ਅਸੀਂ ਕਿਤੇ ਬਹਿ ਕੇ ਕਿਤੇ ਰਾਮ ਰਾਮ ਕਿਤੇ ਅੱਲਾ ਅੱਲਾ ਕਿਤੇ ਵਾਹਿਗੁਰੂ ਵਾਹਿਗੁਰੂ ਕਿਤੇ ਜੋ ਵੀ ਜਿਹੜਾ ਜਿਹਨੂੰ ਮੰਨਦਾ ਸਿਰਫ ਇਹ ਨਾਮ ਲੈਣਾ ਨਾ ਉਹਦਾ ਹਾਂਜੀ ਹਾਂਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਬੰਦੇ ਦੇ ਅੰਦਰ ਨਿਮਰਤਾ ਜਾਂ ਇੱਕ ਥੇਨ ਲੇਅਰੀ ਕੋ ਖਤਮ ਕਿਦਾਂ ਹੋਊਗਾ ਖਤਮ ਕਰਨ ਦਾ ਇੱਕੋ ਹੀ ਜ਼ਰੀਆ ਉਹਦੀ ਬੰਦਗੀ ਉਹਦਾ ਨਾਮ ਉਹ ਕਿਤੇ ਵੀ ਲੈ ਲਓ ਤੁਸੀਂ ਜ਼ਰੂਰੀ ਨਹੀਂ ਆ ਵੀ ਜਿੱਥੇ ਬਹਿ ਕੇ ਧਿਆਨ ਲਾ ਲਓ ਤੇ ਉਹਦੇ ਬਰგი ਤੇ ਰੀਸ ਕੋਈ ਨਹੀਂ ਹਾਂਜੀ ਹਾਂਜੀ ਜੇ ਨਹੀਂ ਕੋਈ ਬੰਦਾ ਬੀਜੀ ਆ ਕੋਈ ਮੈਂ ਕਹੀ ਇਹੋ ਜਿਹੇ ਪਰਿਵਾਰਾਂ ਨੂੰ ਵੀ ਜਾਣਦਾ ਜਿਹੜੇ ਮੀਟ ਦੀ ਰੇੜੀ ਲਾ ਕੇ ਬੈਠੀ ਹੁੰਦੇ ਆ ਮੀਟ ਬਣਾਉਣ ਦੇ ਹੁੰਦੇ ਨੇ ਪਰ ਕੰਨਾਂ ਦੇ ਵਿੱਚ ਉਹਨਾਂ ਗੁਰਬਾਣੀ ਲੱਗੀ ਹੁੰਦੀ ਆ ਕਿੱਤਾ ਉਹਨਾਂ ਦਾ ਹਾਂਜੀ ਹਾਂਜੀ ਕਿੱਤਾ ਕਈ ਸ਼ਰਾਬ ਦਾ ਕੰਮ ਕਰਦੇ ਆ ਉੱਥੇ ਵੀ ਤੇ ਬਾਬੇ ਦੀਆਂ ਫੋਟੋਆਂ ਲਾ ਕੇ ਬੈਠੀ ਆ ਹਾਂ 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 ਕੱਲ ਉਹ ਆ ਕਿ ਮਤਲਬ ਤੁਸੀਂ ਜਪਣਾ ਕਿੱਦਾਂ ਤੁਸੀਂ ਸਿਮਰਨਾ ਕਿੱਥੇ ਕਿੱਥੇ ਜਿੱਥੇ ਮਰਜ਼ੀ ਸਿਮਰ ਲਓ ਹਰ ਥਾਂ ਹੀ ਹੋਊ ਆ ਕੁਝ ਜਗ੍ਹਾ ਹੈ ਉਹ ਜੀ ਕਿਥੋਂ ਨਹੀਂ ਹੈਗਾ ਹਨਾ ਸੋ ਮਿਲਦਾ ਉਸ ਜਿਹੜੀ ਥਿਲ ਦੇਰ ਨੂੰ ਕੱਟਣ ਦਾ ਇੱਕੋ ਹੀ ਫਾਰਮੂਲਾ ਆ ਉਹਦੀ ਬੰਦਗੀ ਉਹਦੀ ਬੰਦਗੀ ਕਰੋ ਕੋਈ ਠਹਿਰਾ ਉਹ ਕਮੰਦੇ ਜੀ ਤੁਹਾਡੇ ਠੀਕ ਆ ਦੁਨੀਆਵੀ ਬੰਦੇ ਆ ਮਾੜੇ ਵਕਾਰ ਚੱਲਦੇ ਆ ਪਰ ਫੇਰ ਵੀ ਤੁਹਾਨੂੰ ਆਪਣੇ ਆਪ ਨਾਲ ਲੜਨ ਦੀ ਸ਼ਕਤੀ ਜਦੋਂ ਬੰਦਾ ਆਪਣੇ ਆਪ ਨਾਲ ਲੜਨਾ ਸਿੱਖ ਜਾਂਦਾ ਨਾ ਫਿਰ ਬਾਹਰ ਲੀਆਂ ਚੀਜ਼ਾਂ ਦਾ ਉਹਨਾਂ ਫਰਕ ਨਹੀਂ ਉਹ ਗੱਲਾਂ ਨੂੰ ਸਹਿਣਾ ਸਿੱਖ ਜਾਂਦਾ ਹਾਂਜੀ ਹਾਂਜੀ ਅਸੀਂ ਅਕਸਰ ਹੁਣ ਉਹੀ ਕਹਿਆ ਨਾ ਵੀ ਆਪਣਾ ਕੀਤਾ ਇਦਾਂ ਮੈਂ ਜਦੋਂ ਗੱਡੀ ਕੱਢਣੀ ਆ ਉਦੋਂ ਜਪਜੀ ਸਾਹਿਬ ਦਾ ਪਾਠ ਲਗਣਾ ਠੀਕ ਆ ਵੀ 20 ਮਿੰਟ ਨਹੀਂ ਦੇ ਸਕਦੇ ਉਹੀ ਗੱਲ ਸਵੇਰੇ ਉੱਠਦੇ ਸਾਰ ਇੱਕ ਨਾ ਜਦੋਂ ਆਪਾਂ ਨਾ ਪਾਠ ਕਰਦੇ ਆ ਨਾਲ ਗੱਡੀ ਡਰਾਈਵ ਕਰ ਰਹੇ ਆ ਨਾ ਤੇ ਉਹ 15 20 ਮਿੰਟਾਂ ਤੋਂ ਬਾਅਦ ਨਾ ਪਤਾ ਨਹੀਂ ਇੱਕ ਮੁਸਕਾਨ ਹੁੰਦੀ ਹੈ ਇੱਕ ਨਾ ਐਜੇ ਇੱਕ ਪ੍ਰਾਊਡ ਜਿਹਾ ਫੀਲ ਹੋਣ ਲੱਗੇ ਹਾਂ ਹਾਂ ਵੀ ਯਾਰ ਮੈਂ ਅੱਜ ਦਾ ਦਿਨ ਜਿੱਤ ਲਿਆ ਤੇ ਉਸ ਤੋਂ ਬਾਅਦ ਹੋਣਾ ਆਪਾਂ ਜਿਹੜੇ ਮਿੰਟਾਂ ਦੇ ਵਿੱਚ ਇਸ ਵਾਰ ਜਿਹੜੇ ਬੰਦੇ ਧਾਰਾ ਧਾਰਾ ਕਿੰਨੇ ਜਪਦੇ ਹੋਣਗੇ ਉਹ ਕਿਹੋ ਜਿਹੀ ਕੀ ਰੂਹਾਂ ਹੋਣਗੀਆਂ ਕਰੀਆ ਸਿੰਘ ਜੀ ਦਾ ਗੁਰਦੁਆਰਾ ਇਹਨਾਂ ਤੁਸੀਂ ਰਾਤ ਨੂੰ 12:00 ਵਜੇ ਜਾਇਓ ਅੱਛਾ ਜੀ 12:00 12:30 ਤੋਂ ਬਾਅਦ ਤਾ ਸਵੇਰੇ 4:00 ਵਜੇ ਉੱਥੇ ਕੁਝ ਖਾਸ ਸ਼ਕਲਾਂ ਹੋਣੀਆਂ ਜਿਹੜੀਆਂ ਤੁਹਾਨੂੰ ਦਿਨੇ ਕਦੇ ਨਹੀਂ ਦਿਖਣਗੀਆਂ ਪਰ ਉਸ ਵੇਲੇ ਦੇਖਣ ਉਹ ਜੁੜੀਆਂ ਹੋਈਆਂ ਰੂਹਾਂ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਕੋਈ ਵੇਖ ਰਿਹਾ કે ਨਹੀਂ ਵੇਖ ਰਿਹਾ ਉਹ ਜੋ ਕੰਮ ਕਰਦੇ ਨੇ ਉੱਥੇ ਆ ਕੇ ਨਾ ਅਸੀਂ ਸਾਰਾ ਦਿਨ ਗੁਰਦੁਆਰੇ ਜਾਈਦਾ ਸਾਡੀ ਨਿਗਾ ਹੀ ਨਹੀਂ ਪੈਂਦੀ ਉਹ ਜਿਹੜੇ ਇੱਥੇ ਛਾ ਵੀ ਸਾਫ਼ ਕਰਨੀ ਹੁੰਦੀ ਚੀਜ਼ ਉਹ ਚੀਜ਼ ਸਾਫ਼ ਕਰ ਰਹੇ ਹੂੰ ਕਾਦੇ ਵਾਸਤੇ ਸਿਰਫ ਇਹ ਇਸ ਕਰਕੇ ਵੀ ਠੀਕ ਆ ਯਾਰ ਇਧਰ ਕਿਸੇ ਦਾ ਧਿਆਨ ਨਹੀਂ ਜਾਣਾ ਅਸੀਂ ਕਰ ਦਈਏ ਇਹ ਚੀਜ਼ ਹੁਣ ਨਾਲੀਆਂ ਸਾਫ ਕਰਨ ਦੀ ਲੋੜ ਕਿਸੇ ਨੂੰ ਨਹੀਂ ਆਈ ਉਹ ਨਾਲੀਆਂ ਸਾਫ ਕਰਨ ਵਾਲੇ ਵੀ ਉੱਤੇ ਆਉਂਦੇ ਆ ਅੱਛਾ ਜੀ ਕੋਈ ਯਾਰ ਚਲ ਆਹੀ ਕਰ ਦਈਏ ਮਤਲਬ ਅਮਰੀਕਨ ਬੋਲ ਕੇ ਉਹ ਉਹਦੀ ਉਹਦੇ ਪਹਾਣੇ ਚ ਸਮਾਂ ਬਤਾਉਣਾ ਜਿੰਦਾ ਮਰਜੀ ਬਤਾ ਲੋ ਜੀ ਜੀ ਅੱਜ ਇੱਕ ਬਹੁਤ ਖਾਸ ਨਿਊਜ਼ ਵੀ ਆਈ ਆ ਬਈ ਕੰਦੇ ਆ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਜਾ ਤੇ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਚਲੋ ਬੜੀ ਕਿਰਪਾ ਮਾਲਕ ਦੀ ਹਾਂਜੀ ਹਾਂਜੀ ਪਰਿਵਾਰ ਤੇ ਤੇ ਬਈ ਨਵੀਂ ਰੂਹ ਨੂੰ ਵਾਹਿਗੁਰੂ ਤੰਦਰੁਸਤ ਰੱਖੇ ਹਾਂਜੀ ਹਾਂਜੀ ਪਰਿਵਾਰ ਵਿੱਚ ਚਲੋ ਖੁਸ਼ੀਆਂ ਦਾ ਮਾਹੌਲ ਤਾਂ ਨਹੀਂ ਫਿਰ ਵੀ ਉਹਨਾਂ ਦੇ ਜਿਹੜੇ ਦੁੱਖ ਸੀ ਥੋੜੇ ਵੱਡਾਏ ਗਏ ਫਿਰ ਵੀ ਚਲੋ ਇੱਕ ਇੱਕ ਸਹਾਰਾ ਮਿਲ ਜਾਂਦਾ ਬੰਦੇ ਨੂੰ ਨਿਕਾਸ ਹੋ ਜਾਂਦਾ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਸਿੱਧੂ ਮੂਸੇਵਾਲੇ ਦਾ ਨਾਮ ਬਹੁਤ ਵੱਡਾ ਉਹਨਾਂ ਬਾਰੇ ਜਾਂ ਹਾਂਜੀ ਬਹੁਤ ਜੀ ਬਹੁਤ ਉਹ ਤੇ ਕੀ ਮੈਂ ਦੋ ਕਵਾਰੀ ਮਿਲਿਆ ਦੋ ਕਿ ਤਿੰਨ ਵਾਰ ਕਿਹੜੇ ਇਅਰ ਚ ਮਿਲਿਆ ਕਿਹੜੇ ਸਾਲ ਚ ਮਿਲਿਆ ਮੈਂ ਆਈ ਥਿੰਕ 19 ਚ ਮਿਲਿਆ ਸੀ ਮੈਂ 19 ਚ ਕੇ ਹਾਂ 19 ਤੋਂ ਚੱਲ ਮੇਰਾ ਪੁੱਤ ਤੋਂ ਬਾਅਦ ਦੀ ਗੱਲ ਦੀ ਆ ਬੰਦ ਅੱਛਾ ਅੱਛਾ ਤੇ ਮੈਂ ਇੱਕ ਫਿਲਮ ਬਣਾ ਰਹੀ ਸੀ ਬੋਤਾ ਸਿੰਘ ਗਰਜਾ ਸਿੰਘ ਦੇ ਉੱਤੇ ਹਾਂਜੀ ਤੇ ਉਹਦੇ ਲਈ ਮੈਂ ਇੱਕ ਗਾਣਾ ਚਾਹੀਦਾ ਸੀਗਾ ਉਹਦੇ ਲਈ ਮੈਂ ਇਥੇ ਹੋਮ ਲੈਂਡ ਦੇ ਕੋਲ ਹੀ ਮਿਲਿਆ ਉਹਨਾਂ ਨੂੰ ਤੇ ਮੈਨੂੰ ਲੱਗਦਾ ਮੈਂ ਜਿਨੀਵਾ ਜਿੰਨਾ ਚਿਰ ਉਹ ਤਾਂ ਬੈਠਾ ਰਿਹਾ ਉਹਨੇ ਵਿਚਾਰੇ ਨੇ ਮੂੰਹ ਐ ਹੀ ਰੱਖਿਆ ਥੱਲੇ ਹੂੰ ਮੈਨੂੰ ਤੇ ਐ ਲੱਗਦਾ ਵੀ ਉਹ ਕਿਦਾਂ ਕੋਈ 12 15 ਸਾਲ ਦਾ ਨਿਆਣਾ ਨਹੀਂ ਹੁੰਦਾ ਉਹ ਐ ਸੀ ਹਨਾ ਜੋ ਗਾਣਿਆਂ 'ਚ ਦਿਖਦਾ ਸੀਗਾ ਉਹ ਆਮ ਜ਼ਿੰਦਗੀ 'ਚ ਨਹੀਂ ਸੀ ਉਹ ਆਮ ਜ਼ਿੰਦਗੀ 'ਚ ਉਹ ਮਤਲਬ ਜੁੜਿਆ ਹੋਇਆ ਬੰਦਾ ਸੀ ਹਾਂਜੀ ਹਾਂਜੀ ਹਨਾ ਤੂੰ ਐਂ ਦੇ ਕਰਕੇ ਮੈਂ ਮੈਂ ਕਿਹ ਭਾਰੀ ਗਾਣਾ ਚਾਹੀਦਾ ਵੀ ਪੈਸੇ ਤੁਸੀਂ ਬਹੁਤ ਲੈਨੇ ਆ ਵੀ ਇਹਨੇ ਪੈਸੇ ਪੇ ਨਹੀਂ ਕਰ ਸਕਨੇ ਅਸੀਂ ਤੇ ਪਰ ਗਾਣਾ ਤੁਹਾਡੀ ਤੋਂ ਚਾਹੀਦਾ ਹੋ ਉਹਦੇ ਵਿੱਚ ਨਾ ਕੋਈ ਵਾਰ ਓਦਾਂ ਦੀ ਬੋਤਾ ਸਿੰਘ ਕਰਜਾ ਸਿੰਘ ਕਹਿੰਦਾ ਹਾਂ ਜੀ ਭਾਜੀ ਕੋਈ ਨਹੀਂ ਬਣਾ ਲਾਂਗੇ ਆਪਾਂ ਤੇ ਭਾਜੀ ਫਿਰ ਉਹ ਮੈਂ ਆਪਣੇ ਪੇਜ ਤੇ ਵੀ ਨਹੀਂ ਪਾਉਂਗਾ ਭਾਜੀ ਆਪਾਂ ਪਬਲਿਕ ਡੋਮੇਨ ਤੇ ਪਾ ਦਾਂਗੇ ਵਾਹ ਬਈ ਵੀ ਜੇ ਇਦਾਂ ਦੀ ਗੱਲ ਹੈ ਧਰਮ ਦੀ ਗੱਲ ਹੈ ਹੁਣ ਯੋਧਿਆਂ ਦੀ ਗੱਲ ਹੈ ਤੇ ਮੈਨੂੰ ਲੱਗਦਾ ਉੱਤੇ ਵੀ ਕਿਸੇ ਦਾ ਹੱਕ ਨਹੀਂ ਹੋਣਾ ਚਾਹੀਦਾ ਸਾਰੀ ਦੁਨੀਆ ਜਿਹੜੀ ਮਰਜ਼ੀ ਉਸ ਗਾਣੇ ਨੂੰ ਪਾਵੇ ਜਦ ਦਵਰ ਸੀ ਇਹਦਾਂ ਦੀ ਸੋਚ ਰੱਖਣ ਵਾਲਾ ਬੰਦਾ ਮੈਨੂੰ ਬੜਾ ਵਧੀਆ ਲੱਗਾ ਇਨ ਫਿਊਚਰ ਕੁਝ ਪਲਾਨ ਵੀ ਸੀ ਮਨ ਦੇ ਵਿੱਚ ਕਿ ਕੋਈ ਫਿਲਮ ਚੰਗੀ ਕਰਾਂਗੇ ਬਟ ਉਹ ਜਿੰਨਾ ਕਿ ਦਾਣਾ ਪਾਣੀ ਮਾਲਕ ਨੇ ਲਿਖਿਆ ਸੀ ਅੰਡਾ ਗਿਆ ਅਗਲਾ ਪਰ ਬਹੁਤ ਛੇਤੀ ਚਲ ਗਿਆ ਮੈਨੂੰ ਲੱਗਦਾ ਜਿੰਨੇ ਉਹਨੂੰ ਜਿੰਨੇ ਉਹਨੂੰ ਹਿੱਟ ਕੀਤਾ ਜਿਹਨੇ ਮਹਾਰਾਜ ਉਹ ਰੋਂਦਾ ਹੋਣਾ ਔਰ ਜੋ ਪਛਤਾਉਂਦਾ ਹੋਣਾ ਕਿ ਮੈਂ ਕੀ ਕਰ ਬੈਠਾ ਬੰਦਾ ਕਰਤੇ ਜਾਂਦਾ ਹਾਂਜੀ ਹਾਂਜੀ ਹੈ ਨਾ ਕਰਾਉਣ ਵਾਲੇ ਬਾਅਦ ਦੀ ਗੱਲ ਜਿਨ੍ਹਾਂ ਨੇ ਕੀਤਾ ਅਜੋ ਪਛਤਾਉਂਦੇ ਹੋਣਗੇ ਵੀ ਕਿਹੜੇ ਲੈਜੈਂਡ ਨੂੰ ਮਾਰਤਾ ਉਹਨੇ ਮੈਨੂੰ ਲੱਗਦਾ ਕਿ ਪੰਜਾਬ ਦਾ ਰੋਖ ਹੀ ਬਦਲ ਦੇਣਾ ਸੀਗਾ ਸਹੀ ਗੱਲ ਬਾਈ ਤੇ ਲੋਕ ਜਿੱਥੇ ਵੀ ਮੈਂ ਮੈਂ 2017 ਚ ਮਿਲਿਆ ਸੀ ਸਖ ਉਹਨਾਂ ਨੂੰ ਉਹ ਭੀੜ ਚ ਉੱਠ ਕੇ ਆਏ ਸੀਗੇ ਮੈਂ ਦੇਖਿਆ ਵੀ ਇੱਕ ਗੱਭਰੂ 6 ਫੁੱਟ ਦਾ ਅਸੀਂ ਸ਼ੂਟ ਕਰ ਰਹੇ ਸੀ ਭਾਜੀ ਜੀਐਨ ਕਾਲਜ ਮੈਂ ਸਕਿੱਟਾਂ ਜੀਆਂ ਬਣਾਉਂਦਾ ਰਹਿੰਦਾ ਸੀ ਉੱਥੇ ਵੀ ਉੱਥੇ ਪੜ੍ਹਦਾ ਹੁੰਦਾ ਸੀ ਹਾਂ ਤੇ ਉਹ ਮੇਰਾ ਫਰੈਂਡ ਹੀ ਐਮਪੀ ਰਾਮ ਗੜੀਆ ਸ਼ੂਟ ਕਰਦਾ ਪਿਆ ਸੀਗਾ ਤੇ ਕਹਿੰਦਾ ਆਪਾਂ ਰਾਤ ਬਾਈ ਦਾ ਗਾਣਾ ਸ਼ੂਟ ਕਰਨਾ ਸ਼ੋਭਾ ਬਾਈ ਦਾ 2017 ਚ ਮੈਂ ਜਿੱਦਾਂ ਆਪਾਂ ਭਾਜੀ ਹੁਣ ਤੁਹਾਨੂੰ ਦੇਖਿਆ ਮੈਨੂੰ ਸ਼ਕਲ ਯਾਦ ਆ ਮੈਂ ਉਹ ਕੋਰੀਓਗ੍ਰਾਫੀ ਕਰਦਾ ਹੁੰਦਾ ਸੀ ਬੰਬੇ ਉਹ ਕਹਿੰਦਾ ਬਾਈ ਮੇਰਾ ਗਾਣਾ ਵੀ ਕੋਰੀਓਗ੍ਰਾਫ ਕਰ ਦੀ ਮੈਂ ਕਿਹਾ ਯਾਰ ਪੰਜਾਬੀ ਗਾਣੇ ਚ ਐਂ ਕਰਨਾ ਹੁੰਦਾ ਵੀ ਮੈਂ ਕੀ ਕੋਰੀਓਗ੍ਰਾਫ ਕਰਨਾ ਕਹਿੰਦਾ ਚਲਾ ਆ ਜਾਓ ਫਿਰ ਵੀ ਮਤਲਬ ਮੈਂ ਉਹ ਸਖਸ਼ ਨੂੰ ਦੇਖਿਆ ਪਰ ਮੈਨੂੰ ਚਿਹਰਾ ਯਾਦ ਨਹੀਂ ਰਿਹਾ ਵੀ ਜਿੱਦਾਂ ਤੁਹਾਨੂੰ ਵੀ ਕਿੰਨੇ ਮਿਲਦੇ ਨੇ ਹਾਂਜੀ ਮੈਂ ਕਦੇ ਸੋਚ ਨਹੀਂ ਸਕਦਾ ਇੱਕ ਆਮ ਜਿਹਾ ਬੰਦਾ ਉੱਠ ਕੇ ਬਈ ਆਪਾਂ ਸਾਲ ਬਾਅਦ 5% ਮਚ्योर ਹੁੰਨੇ ਆ ਉਹ ਸਾਲ ਬਾਅਦ 20-25% ਮਚ्योर ਹੋ ਰਿਹਾ ਸੀ ਬਈ ਇੱਕ ਜਵਾਕ ਇੱਕਦਮ ਐਂ ਪਹੁੰਚਿਆ ਇਕ ਕੰ사ਰੀ ਮੇਰ ਗਿਆ ਮੈਂ ਅਜੇ ਤੱਕ ਸ਼ੌਕਡ ਹਾਂ ਭਾਜੀ ਉਹਦੀ ਨਜ਼ਰ ਦੀ ਗੱਲ ਆ ਜੀ ਤੇ ਉਹਨੇ ਨਜ਼ਰ ਕਰਨੀ ਆ ਨਾ ਉਹ ਜਿੱਤੇ ਉਹਦੀ ਨਜ਼ਰ ਸਵੱਲੀ ਹੋ ਗਈ ਉਹ ਤੇ ਫਰਸ਼ੋਂ ਅਰਸ਼ ਤੇ ਪਹੁੰਚ ਗਿਆ ਹੂੰ ਵਕਤ ਵਕਤ ਆ ਨਾ ਰੱਬ ਕੀ ਆ ਹੂੰ ਰੱਬ ਵਕਤ ਹੀ ਆ ਕਵੀ ਕਾਦਰ ਯਾਰ ਇੱਕ ਰਾਈਟਰ ਹੈ ਬੜੀ ਸੋਹਣੀ ਗੱਲ ਲਿਖੀ ਵਕਤ ਦੀ ਗੱਲ ਲਿਖੀ ਦੁਨੀਆ ਇੱਕ ਤਮਾਸ਼ਾ ਹੈ ਹੂੰ ਦੁਨੀਆ ਨੂੰ ਤਮਾਸ਼ਾ ਲਿਖਦਾ ਹਾਂ ਹਾਂਜੀ ਕਿ ਦੁਨੀਆ ਇੱਕ ਤਮਾਸ਼ਾ ਹੈ ਤੇ ਖਲਕਤ ਹੈ ਤਮਾਸ਼ਾਈ ਖਲਕਤ ਜਿਹੜਾ ਆਵਾਮ ਉਹ ਤਮਾਸ਼ਾ ਮੈਂ ਤੁਹਾਡਾ ਤਮਾਸ਼ਾ ਦੇਖਦਾ ਤੁਸੀਂ ਮੇਰਾ ਤਮਾਸ਼ਾ ਦੇਖ ਰਹੇ ਹੋ ਹੂੰ ਕਹਿੰਦਾ ਦੁਨੀਆ ਇੱਕ ਤਮਾਸ਼ਾ ਹੈ ਤੇ ਖਲਕਤ ਹੈ ਤਮਾਸ਼ਾਈ ਮੈਂ ਜੀਵਨ ਖੇਡ ਚ ਭੁੱਜਦੇ ਕਈ ਬੁੱਧਵਾਨ ਵੇਖੇ ਜਿਹੜੇ ਬਹੁਤ ਹੀ ਸਿਆਣੇ ਬੰਦੇ ਉਹ ਵੀ ਮੈਂ ਭੁੱਜਦੇ ਜੋ ਉੱਡਦੇ ਅਰਸ਼ ਤੇ ਮੈਂ ਪਲ ਵਿੱਚ ਪਟਕਦੇ ਫਰਸ਼ ਤੇ ਵੇਖਿਆ ਹੂੰ ਮੈਂ ਪੈਰਾਂ ਵਿੱਚ ਰੋਲਦੇ ਕਈ ਚੜ੍ਹੇ ਅਸਮਾਨ ਵੇਖੇ ਲੰਮਕ ਦੇ ਵੇਖਿਆ ਹੈ ਫਾਂਸੀਆਂ ਤੇ ਦੇਸ਼ ਭਗਤਾਂ ਨੂੰ ਤੇ ਭਗਤਾਂ ਦੇ ਲਿਵਾਸ ਅੰਦਰ ਸੁਕੇ ਸ਼ੈਤਾਨ ਵੇਖਿਆ ਕੀ ਬਾਤ ਹੈ ਕਹਿੰਦਾ ਜਿਨ੍ਹਾਂ ਦੇ ਵੱਟ ਮੱਥੇ ਤੇ ਕੰਬਾਉਂਦੇ ਸੀ ਜ਼ਮਾਨੇ ਨੂੰ ਜੇ ਆਪਾਂ ਮੱਥੇ ਤੇ ਵੱਟ ਪਾ ਲੈਣਾ ਜ਼ਮਾਨਾ ਕੰਬ ਜਾਂਦਾ ਵੀ ਇਹਦੇ ਮੱਥੇ ਤੇ ਓੜੀ ਪੈ ਗਈ ਆ ਕਹਿੰਦਾ ਜਿਨ੍ਹਾਂ ਦੇ ਵੱਟ ਮੱਥੇ ਤੇ ਕੰਬਾਉਂਦੇ ਸੀ ਜ਼ਮਾਨੇ ਨੂੰ ਮੈਂ ਗੈਰਾਂ ਸਾਹਮਣੇ ਝੁੱਕਦੇ ਉਹ ਪਹਿਲਵਾਨ ਵੇਖੇ ਕੀ ਬਾਤ ਹੈ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਰਾਜੇ ਮਹਾਰਾਜੇ ਜਿੰਦਾ ਰਾਣੀਆਂ ਹੋਰ ਕਹਿੰਦਾ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਮੈਂ ਸੁੱਕੇ ਟੁਕੜਿਆਂ ਤੋਂ ਸਿਸਕਦੇ ਉਹ ਇਨਸਾਨ ਵੇਖੇ ਨੇ ਅਨੋਖੇ ਰੰਗ ਨੇ ਕੁਦਰਤ ਦੇ ਕਈ ਜਿਹੜੇ ਵਸਦੇ ਤੇ ਵਸਦੇ ਬਣਾਣ ਵੇਖੇ। ਕੀ ਬਾਤ ਹੈ। ਇੱਕ ਕੁਦਰਤ ਹੈ। ਕੁਦਰਤ ਕੀ ਆ ਵਕਤ। ਬਸ ਇਹ ਵਕਤ ਹੀ ਹੈ ਵੀ ਜਿਹੜਾ ਵਕਤ ਆ ਨਾ ਵਕਤ ਨੂੰ ਵਕਤ ਪਾ ਦਿੰਦਾ। ਜਦੋਂ ਆਪਣੀ ਆਈ ਤੇ ਆ ਜਾਵੇ ਨਾ। ਹੈ ਨਾ ਉਹ ਉਹ ਆਪਣਾ ਬਾਬਾ ਫਰੀਦ ਦੀ ਬੜੀ ਵਧੀਆਵਾ ਵੀ ਕਹਿੰਦਾ ਵਕਤ ਦਾ ਬੇਲੀ ਹਰ ਕੋਈ ਬਣਦਾ। ਇਨਸਾਨ ਇਨਸਾਨ ਦਾ ਦੋਸਤ ਨਹੀਂ ਬਣਦਾ ਕਦੀ। ਹਮ ਇਨਸਾਨ ਇਨਸਾਨ ਦੇ ਵਕਤ ਦਾ ਦੋਸਤ ਬਣਦਾ ਤੇਰਾ ਵਕਤ ਕਿਦਾਂ ਵਕਤ ਦੇ حساب ਨਾਲ ਦੋਸਤੀ ਤੈਅ ਹੋ ਬਹੁਤ ਘੱਟ ਹੁੰਦੇ ਆ ਜਿਹੜੇ ਦਿਲੋਂ ਜੁੜਦੇ ਆ ਅਦਰਵਾਇਜ਼ ਤੂੰ ਨੂੰ ਲਾਉ ਵੀ ਮਤਲਬ 0.1% ਕੋਈ ਬੰਦਾ ਥੋੜਾ ਦਿਲੋਂ ਜੁੜੂ ਅਦਰਵਾਇਜ਼ ਥੋੜੇ ਵਕਤ ਨਾਲ ਜੁੜਦੇ ਸਹੀ ਗੱਲ ਖੋਹ ਕਹਿੰਦਾ ਵਕਤ ਦਾ ਬੇਲੀ ਹਰ ਕੋਈ ਬਣਦਾ ਇਨਸ਼ਾਅੱਲਾ ਵਕਤ ਨਾ ਖਾਵੇ ਡੋਲੇ ਉਹ ਕਹਿੰਦਾ ਮੈਂ ਇਹੋ ਹੀ ਅਰਦਾਸ ਕਰਦਾ ਵੀ ਜਦ ਤੱਕ ਮੈਂ ਜੀਦਾ ਨਾ ਵੀ ਮੇਰੇ ਤੋਂ ਦੂਰ ਨਾ ਜਾਵੀਂ ਵਕਤਾਂ ਮੇਰਾ ਬਣ ਕੇ ਰਹੀਂ ਕਹਿੰਦਾ ਵਕਤ ਦਾ ਬੇਲੀ ਹਰ ਕੋਈ ਬਣਦਾ ਇਨਸ਼ਾਅੱਲਾ ਵਕਤ ਨਾ ਖਾਵੇ ਡੋਲੇ ਸੱਜਣ ਵਣ ਦੁਸ਼ਮਣ ਪੈਂਦੇ ਜਦੋਂ ਪੈਂਦੇ ਵਖਤ ਨਾ ਰੌਲੇ ਸ਼ਾ ਵਾਤ ਹੈ ਵਖਤ ਸਲਾਮਤ ਹੋਵੇ ਜੇਕਰ ਸੱਜਣ ਆਣ ਖਲੋਂਦੇ ਨੇ ਕੋਲੇ ਗੁਲਾਮ ਫਰੀਦਾ ਸਦਾ ਵਖਤ ਨਹੀਂ ਰਹਿੰਦੇ ਕਦੀ ਮਾਸਾਂ ਤੇ ਕਦੀ ਦੂਰ ਇੱਕੋ ਜਣੇ ਰਹਿਣਾ ਉਹ ਕਦੀ ਇਧਰੋਂ ਤੇ ਕਦੀ ਉਧਰ ਆਉਣਾ ਹੀ ਆਉਣਾ ਪਰ ਗੱਲ ਇਹ ਆ ਕਿ ਤੁਸੀਂ ਜਿਹੜਾ ਤੁਹਾਡਾ ਮਾੜਾ ਵਖਤ ਨਾ ਜਦੋਂ ਮਾੜਾ ਵਖਤ ਤੁਹਾਡੇ ਤੇ ਆਉਂਦਾ ਉਹ ਤੁਹਾਨੂੰ ਦੱਸ ਕੇ ਜਾਂਦਾ ਵੀ ਚੰਗਾ ਵਖਤ ਬਤਾਉਣਾ ਕਿਹਦੇ ਨਾਲ ਮਾੜਾ ਵਕਤ ਦੱਸ ਕੇ ਜਾਂਦਾ ਉਹਦੀ ਬੜੀ ਉਹਦੀ ਖਾਸੀ ਖਾਸੀਅਤ ਆ ਮਾੜੇ ਵਕਤ ਦੀ ਉਹ ਤੁਹਾਨੂੰ ਦੱਸ ਕੇ ਜਾਂਦਾ ਵੀ ਚੰਗਾ ਵਕਤ ਜਦੋਂ ਆਉਣਾ ਨਾ ਤੇਰੇ ਤੇ ਬਤਾਈ ਕਿਹਦੇ ਨਾਲ ਉਹ ਤੁਹਾਨੂੰ ਚਿਹਰੇ ਦਿਖਾ ਜਾਂਦਾ ਸੋ ਵਕਤ ਬੜਾ ਬਲਵਾਨ ਹੈ ਉਹ ਤੋਂ ਉੱਪਰ ਤੇ ਸ਼ਾਇ ਹੀ ਕੋਈ ਨਹੀਂ ਦੁਨੀਆ ਦੇ ਵਿੱਚ ਸਮੇਂ ਵਕਤ ਦੀ ਇੱਕ ਗੱਲ ਆ ਵੀ ਆਪਣੇ ਨਾਲ ਬਤਾਏ ਜਦੋਂ ਆਪਣੇ ਨਾਲ ਟਾਈਮ ਬਤੋਣੇ ਆ ਸਮੇਂ ਦਾ ਪਤਾ ਨਹੀਂ ਲੱਗਦਾ ਲੇਕਿਨ ਸਮੇਂ ਨਾਲ ਆਪਣੇ ਦਾ ਆਪਣੇ ਦਾ ਪਤਾ ਲੱਗ ਜਾਂਦਾ ਵੀ ਆਪਣਾ ਕੌਣ ਹੈ ਸੋ ਵਕਤ ਬਹੁਤ ਇੰਪੋਰਟੈਂਟ ਚੀਜ਼ ਨਾ ਪਰ ਮੈਨੂੰ ਐ ਸੀਗਾ ਜਿੱਦਾਂ ਅੱਜ ਭਾਜੀ ਤੁਸੀਂ ਆਏ ਹੋ ਆਪਣੀ ਇੱਕ ਮੈਮਰੀ ਬਣ ਗਈ ਜਿਹਨੂੰ ਆਪਾਂ ਕੈਦ ਕਰਕੇ ਨੈਟ ਤੇ ਪਾ ਦੇਣੀ ਹੈ ਤੇ 100 ਸਾਲਾਂ ਤੱਕ ਜੀਵਤ ਰਹਿਣੀ ਹੈ ਮੈਂ ਦੇਖ ਸਕਦਾ ਵੀ ਜਰਨੈਲ ਭਾਜੀ ਨੂੰ ਮਿਲਿਆ ਸੀ ਹਾਂ ਨਹੀਂ ਉਹ ਕਹਿੰਦੇ ਨਾ ਵੀ 100 ਸਾਲ ਜੀਣ ਵਾਸਤੇ 100 ਸਾਲ ਦੀ ਉਮਰ ਹੋਣੀ ਜ਼ਰੂਰੀ ਦੀਆਂ ਹੂੰ ਕੁਝ ਗੱਲਾਂ ਕੁਝ ਕੰਮ ਜ਼ਿੰਦਗੀ ਚ ਐ ਹੋ ਜੇ ਕਰ ਜੋ ਕਿ ਲੋਕ ਤੁਹਾਨੂੰ ਹਜ਼ਾਰਾਂ ਸਾਲ ਤੱਕ ਯਾਦ ਰੱਖਣ ਕੀ ਬਾਤ ਹੈ 100 ਸਾਲ ਦੀ ਉਮਰ ਵਾਤੇ 100 ਸਾਲ ਜ਼ਿੰਦਗੀ ਹੋਣੀ ਜ਼ਰੂਰੀ ਨਹੀਂ ਸਿੱਧੂ 5 ਸਾਲ ਚਮੀਆਂ ਚ ਸਭ ਮੇਨ ਪੰਨੀ ਠਾਈਆਂ ਚਲ ਗਿਆ ਹੂੰ ਤੇ ਲੈਜੈਂਡ ਆਏ ਇਹ ਰਹਿੰਦੀ ਦੁਨੀਆ ਤੱਕ ਚੇਤੇ ਰਹਿਣਾ ਵੱਡੇ ਵੱਡੇ ਲੈਜੈਂਡਾਂ ਨੂੰ ਵਕਤ ਪਾਤਾ ਇਹਨੇ ਸਹੀ ਗੱਲ ਬਾਜੀ ਹਣਾ ਸੋ ਗੱਲ ਹੋਈ ਆ ਵੀ ਜ਼ਿੰਦਗੀ 100 ਸਾਲ ਦੀ ਹੋਣੀ ਜ਼ਰੂਰੀ ਨਹੀਂ ਕੁਛ ਕਰ ਇਹੋ ਜਿਹਾ ਜਾਓ ਵੀ ਹਜ਼ਾਰਾਂ ਸਾਲ ਤੱਕ ਲੋਕ ਤੁਹਾਨੂੰ ਚੇਤੇ ਰੱਖਣ ਵੀ ਉਹ ਫਲਾਣਾ ਹੋਇਆ ਸੀਗਾ ਹਣਾ ਉਹ ਬੜੀ ਇੱਕ ਹੋਰ ਬੜਾ ਕਿਸੇ ਨੇ ਸੋਣਾ ਲਿਖਿਆ ਕਹਿੰਦਾ ਵੀ ਜਦ ਤੂੰ ਆਏ ਜਗ ਤੂੰ ਐ ਜਗ ਹੱਸੇ ਤੂੰ ਰੋਏ ਵੀ ਜਦੋਂ ਤੋਂ ਦੁਨੀਆ 'ਚ ਆਇਆ ਸੀ ਬੰਦਿਆ ਹਾਂਜੀ ਤੂੰ ਰੋਂਦਾ ਸੀ ਤੇ ਲੋਕ ਤੈਨੂੰ ਵੇਖ ਕੇ ਹੱਸਦੇ ਸੀ ਵੀ ਇੱਕ ਹੋਰ ਆ ਗਿਆ ਹੂੰ ਕਹਿੰਦਾ ਜਦ ਤੂੰ ਮੈਂ ਜਗਤ ਮੇਂ ਚੱਗ ਹੱਸੇ ਤੂੰ ਰੋਏ ਹਾਂਜੀ ਐਸੀ ਕਰਨੀ ਕਰ ਚਲੋ ਤੂੰ ਹੱਸੋ ਜਗ ਰੋਏ ਵੀ ਇਹੋ ਜੇ ਕੰਮ ਕਰਦਾ ਦਰਗਾਹ ਨੂੰ ਜਾ ਵੀ ਤੈਨੂੰ ਯਾਦ ਕਰ ਕਰਕੇ ਮਗਰੋਂ ਰੋਣ ਵੀ ਕਿੱਥੇ ਚਲ ਗਿਆ ਸਿੱਧੂ ਵਰਗਾ ਕੰਮ ਇਹ ਨਾ ਕਹਿਣ ਵੀ ਚੰਗਾ ਹੋਇਆ ਗੱਲਾਂ ਦਿੱਤਾ ਹੂੰ ਸੋ ਉਹ ਚੀਜ਼ ਜਿਹੜੀ ਆ ਨਾ ਉਹ ਹੋਣੀ ਬੜੀ ਜ਼ਰੂਰੀ ਆ ਕਿ ਬੰਦੇ ਨੂੰ ਸਮਝਣਾ ਬੜਾ ਜ਼ਰੂਰੀ ਆ ਕਿ ਮੈਂ ਜ਼ਿੰਦਗੀ ਚ ਚੰਗਾ ਮਾੜਾ ਕਰਨ ਦੇ ਡਿਆ ਤਾਂ ਇੰਪੈਕਟ ਕਿੱਥੇ ਪੈਣਾ ਹਾਂ ਅੱਜ ਆਪਾਂ ਸਿੱਤੂ ਦੀ ਗੱਲ ਕਰਨ ਲਈ ਇੱਥੇ ਬੈਠੇ ਹਾਂ ਪੰਜਾਬ ਕਰਨ ਲਈ ਇਟ ਮੀਨਸ ਉਹਨੇ ਕੁਝ ਜ਼ਿੰਦਗੀ ਦੇ ਵਿੱਚ ਘਟਿਆ ਹੋ ਨੀ ਤੇ ਆਪਣਾ ਗਾਂ ਕਿਤੇ ਭੂਆ ਦਾ ਮੁੰਡਾ ਹੋ ਹਾਂਜੀ ਹਾਂਜੀ ਪਿੰਡਾਂ ਰਿਸ਼ਤੇਦਾਰ ਹੀ ਨਹੀਂ ਹਮ ਇੱਕ ਜਜ਼ਬਾਤਾਂ ਦੀ ਇੱਕ 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 ਇਹੋ ਦੀ ਸਾਹ ਜ ਜਿਹਨੂੰ ਆਪਾਂ ਪੰਜਾਬੀਅਤ ਕਹਿੰਦੇ ਆ ਇੱਕ ਪੰਜਾਬੀਅਤ ਦੀ ਸਾਹ ਇਸ ਇਨਸਾਨੀਅਤ ਦੀ ਸਾਹ ਹੈ ਸਾਡੀ ਉਹਦੇ ਨਾਲ ਸਾਨੂੰ ਉਹਦੇ ਨਾਲ ਜਿਹੜਾ ਧੱਕਾ ਹੋਇਆ ਸਾਨੂੰ ਚੰਗਾ ਨਹੀਂ ਲੱਗਾ ਹਮ ਹਮ ਉਨੇ ਕੋਈ ਗਲਤੀ ਵੀ ਨਹੀਂ ਕਦੀ ਕਿਸੇ ਨੂੰ ਕਿਹਾ ਹਨਾ ਹਜ਼ਾਰਾਂ ਸਿੰਗਰ ਹੋਏ ਆ ਬੜੇ ਤਕੜੇ ਲੈਜੈਂਡ ਹੋਏ ਆ ਅੱਜ ਉਹਨਾਂ ਸਾਰਿਆਂ ਲੈਜੈਂਡਸ ਨੂੰ ਕੱਟ ਕੇ ਉਹ ਇੱਕ ਪਾਇਦਾਨ ਤੇ ਬੈਠ ਕੇ ਉਹਨੇ ਵੱਖਰਾ ਹੀ ਟਰੈਕ ਬਣਾ ਲਿਆ ਜਦੋਂ ਦੌੜ ਸ਼ੁਰੂ ਹੁੰਦੀ ਆ ਤੇ 8 ਲੈਣਾ ਹੁੰਦੀਆਂ ਨੇ ਹਾਂਜੀ 8 ਖਿਡਾਰੀ ਇੱਕ ਟਰੈਕ 'ਚ ਦੌੜਦੇ ਆ ਹਾਂਜੀ ਉਹਨੇ ਇੱਕ ਨਵਾਂ ਹੀ ਟਰੈਕ ਬਣਾ ਲਿਆ ਮੈਂ ਭੱਜਣਾ ਨਹੀਂ ਕਿਸੇ ਨਾਲ ਹੂੰ ਕਿ ਮੈਂ ਆਪਣੇ ਟਰੈਕ 'ਚ ਮੈਂ ਆਪ ਹੀ ਭੱਜੂਗਾ ਜਿੰਨੇ ਭੱਜਣਾ ਮੇਰ ਨਾਲ ਆ ਜੋ ਕੋਈ ਭੱਜ ਨਹੀਂ ਸਕਿਆ ਉਹਦੇ ਨਾਲ ਹਨਾ ਸੋ ਗੱਲ ਉਹੀ ਆ ਵੀ ਉਹ ਉਹ ਜੋ ਕਰ ਗਿਆ ਵਾ ਉਹ ਸਦੀਆਂ ਤੱਕ ਪਤਾ ਨਹੀਂ ਕੌਣ ਕਰੂਗਾ ਹੁਣ ਅੱਜ ਦੁਨੀਆ ਤੋਂ ਚਲਿਆ ਵੀ ਗਿਆ ਵਾ ਤੇ ਮੈਨੂੰ ਲੱਗਦਾ ਲੋਕਾਂ ਦੇ ਸਾਡੀ ਜਨਰੇਸ਼ਨ ਦੇ ਜ਼ਹਿਨ 'ਚ ਉਹ ਤੇ ਨਹੀਂ ਮੁੱਕਣ ਵਾਲਾ ਨਹੀਂ ਨਹੀਂ ਭਾਈ ਅਗਲੀ ਜਨਰੇਸ਼ਨ ਕੀ ਕਰਦੀ ਉਹ ਕਹਿ ਨਹੀਂ ਸਕਦੇ ਪਰ ਸਾਡੀ ਜਨਰੇਸ਼ਨ ਦੇ ਜ਼ਹਿਨ 'ਚ ਉਹ ਨਹੀਂ ਮੁੱਕਣ ਵਾਲਾ 260 ਦੇ ਵਿੱਚ ਆਪਾਂ 2000 ਅਜ 23 ਚੱਲੀ ਜਾਂਦਾ 24 24 260 ਦੇ ਵਿੱਚ ਸਿਕੰਦਰ ਆਇਆ ਸੀ ਹੂੰ ਨਾ ਨੈਟ ਹੁੰਦਾ ਸੀ ਨਾ ਕੁਛ ਹੁੰਦਾ ਸੀ ਅੱਜ ਤੱਕ ਨਾ ਲਿਆ ਜਾਂਦਾ ਕਈ ਸੋਚਦੇ ਆ ਵੀ ਸਿੱਧੂ ਨੂੰ ਭੁੱਲ ਜਾਣਗੇ ਯਾਰ 100 ਸਾਲਾਂ ਬਾਅਦ ਇਦਾਂ ਪਰ ਮੈਨੂੰ ਲੱਗਦਾ ਭਾਜੀ ਉਹ ਅਜੇ ਵੀ ਸੋਰਸ ਹੈ ਹੈਨਾ ਅਜੇ ਵੀ ਸੋਰਸ ਵੀ ਨਹੀਂ ਸੀ ਉਹ ਕਿਸੇ ਨੇ ਕਹੀ ਸੀ ਗੱਲ ਕਿ ਸਿਕੰਦਰ ਆਇਆ ਸੀ ਹਿੰਦਕੁਸ਼ ਨੂੰ ਪਾਰ ਕਰਕੇ ਮੈਸਾਡੋਨੀਆ ਤੋਂ ਲੈ ਕੇ ਇੱਥੇ ਪਹੁੰਚਿਆ ਸਤਲੁਜ ਨਹੀਂ ਟੱਪਿਆ ਸਾਨੂੰ ਜਿਲਕਾ ਚੇਤੇ ਆ ਨਾ ਵੀ ਸਤਲੁਜ ਤੋਂ ਮੁੜ ਗਿਆ ਵਾਪਸ ਹੂੰ ਤੈਮੂਰ ਆਇਆ ਉਸ ਤੋਂ ਬਾਅਦ ਚੰਗੇਜ਼ ਆਇਆ ਮੰਗੋਲ ਆਏ ਬਾਬਰ ਆਇਆ ਨਾਦਰ ਆਇਆ ਅਹਿਮਦ ਸ਼ਾਹ ਅਬਦਾਲੀ ਸ਼ਾਜ਼ਮਾ ਆਇਆ 17 18 ਹਮਲਾਵਰ ਆਇਆ ਉਹ ਨੂੰ ਨਾਈਟ ਸੀ ਕਿਤੇ ਸਹੀ ਗੱਲ ਆ ਜਿਹੜਾ ਆਖਰੀ ਹਮਲਾਵਰ ਹਿੰਦੁਸਤਾਨ ਤੇ ਹਮਲਾ ਜਿਹਨੇ ਕੀਤਾ ਨਾ ਇਸ ਮੁਲਕ ਦੇ ਉੱਤੇ ਉਹ ਸੀ ਮੇਖਲ ਸ਼ਾਜ਼ਮਾ ਕੇ ਇਦਾਂ ਹੀ ਕੁਛ ਨਾਂ ਸੀ ਉਹਦਾ ਅ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਸੀ ਮੇਖਲ ਕਿ ਮੁੰਡਾ ਸੀ ਅੱਛਾ ਆਖਰੀ ਹਮਲਾ ਜਿਹਨੇ ਕੀਤਾ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਦਰਿਆਵਾਂ ਦੇ ਜਿਹੜੇ ਵਹਿਣ ਹੁੰਦੇ ਆ ਦਰਿਆ ਜਿੱਦੋਂ ਉਹ ਵਗਦੇ ਨਾ ਦਰਿਆਵਾਂ ਦੇ ਵਹਿਣ ਨਹੀਂ ਮੁੜਦੇ ਹੂੰ ਜੇ ਦਰਿਆ ਸੱਜਿਓ ਖੱਬੇ ਨੂੰ ਵਗਣ ਡਿਆ ਨਾ ਉਹਨੇ ਸੱਜਿਓ ਖੱਬੇ ਹੀ ਵਗਣਾ ساری ਜਿੰਦ ਬੰਦ ਹੋ ਜਾਊਗਾ ਪਰ ਉਹ ਖੱਬੇਓ ਸੱਜੇ ਨਹੀਂ ਵਗੂਗਾ ਇੱਕ ਬੰਦਾ ਇਹੋ ਜਿਹਾ ਉੱਠਿਆ ਜਿਹਨੇ ਦਰਿਆਵਾਂ ਦੇ ਵਹਿਣ ਮੋੜਤੇ ਅੱਜ ਤੱਕ ਹਮਲਾ ਕਰਨ ਵਾਲੇ ਉਧਰੋਂ ਆਉਂਦੇ ਰਹੇ 200 60 ਤੋਂ ਲੈ ਕੇ 1700 1780 ਤੱਕ ਕੇ 85 ਤੱਕ ਲਾ ਲਓ ਮੈਨੂੰ ਐਗਜ਼ੈਕਟ ਨਹੀਂ ਫਿਕਰ ਪਤਾ ਉਧਰੋਂ ਆਉਂਦੇ ਨੇ ਇੰਨੇ ਹਜ਼ਾਰ ਸਾਲ 2 2.5 ਹਜ਼ਾਰ ਸਾਲ ਉਧਰੋਂ ਆਉਂਦੇ ਨੇ ਇਹ ਹਮਲਾਵਰ ਉਧਰੋਂ ਇੱਧਰ ਉਧਰੋਂ ਹੀ ਵਹਿਣ ਦਰਿਆ ਦਾ ਉਧਰੋਂ ਹੀ ਵਗਿਆ ਇੱਧਰ ਇੱਕ ਕੁੱਠਿਆ ਜਿਹਨੇ ਵਹਿਣ ਪੁੱਠਾ ਵਾਤਾ ਇਧਰੋਂ ਗਿਆ ਲੜਨ ਰਣਜੀਤ ਸਿੰਘ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦਰਿਆਵਾਂ ਦੇ ਵਹਿਣ ਮੋੜਦੇ ਉਹਨੇ ਉਹਨੇ ਪਲਟ ਕੇ ਰੱਖਤੀਆਂ ਚੀਜ਼ਾਂ ਪਰਾਂ ਨੂੰ ਸੋ ਗੱਲ ਇਹ ਹੈ ਵੀ ਇਹ ਕਿਸੇ ਕਹਾਣੀ ਜਿਹੜੀ ਸਾਨੂੰ ਚੇਤਾ ਤੇ ਅੱਜ ਦੇ ਸਾਡੇ ਕੋਲ ਆਪਾਂ ਕਹਿੰਦੇ ਕਲਮ ਬੰਦ ਕਰੀ ਤੇ ਅੱਜ ਤੇ ਕੈਮਰਾ ਬੰਦ ਕਰ ਲਿਆ ਸੀ ਇਹਦੇ ਵੀਡੀਓਜ਼ ਬਣ ਗਈਆਂ ਹਾਂਜੀ ਹਾਂਜੀ ਕਿਤਾਬਾਂ ਛਾਪੀਆਂ ਲਫ਼ਜ਼ ਰਿਕਾਰਡ ਹੋ ਗਏ ਬੰਦੇ ਦੇ ਇਹ ਕਿੱਥੇ ਮੁਕਣਾ ਹੂੰ ਸਿਕੰਦਰ ਨੂੰ ਵੀ ਭੁੱਲ ਜੂਗਾ ਸ਼ਾਇਦ ਅੱਜ ਤੋਂ 100 ਸਾਲ 200 400 500 1000 ਸਾਲ ਇਹਨੂੰ ਕਿੱਥੇ ਭੁੱਲੂਗੇ ਨਹੀਂ ਨਹੀਂ ਸੋ ਗੱਲ ਉਹੀ ਆ ਵੀ ਤੁਸੀਂ ਕੰਮ ਕੋਈ ਇਹੋ ਜਿਹਾ ਕਰਕੇ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਨੂੰ ਯਾਦ ਕਰ ਕਰਕੇ ਰੋਣ ਬੰਦੇ ਵੀ ਯਾਰ ਕਿਉਂ ਚਲ ਗਿਆ ਸਿੱਧੂ ਦੇ ਜਾਣ ਦਾ ਕੀ ਕੀ ਮਤਲਬ ਤੁਹਾਨੂੰ ਲੱਗਦਾ ਅਫਸੋਸ ਕਾ ਦਾ ਹੁੰਦਾ ਤੁਹਾਨੂੰ ਸਭ ਨਾਲ ਵੱਡਾ ਦੇਖੋ ਮੈਨੂੰ ਸਭ ਤੋਂ ਵੱਡਾ ਤੇ ਜਿਹੜਾ ਅਫਸੋਸ ਆ ਨਾ ਕਿ ਇੱਕ ਇੱਕ ਮਾਂ ਪਿਓ ਦਾ ਪੁੱਤ ਨਾ ਅਜਾਈ ਚਲ ਗਿਆ ਉਹਨਾਂ ਦੀ ਜ਼ਿੰਦਗੀ ਦਾ ਚਲੋ ਪ੍ਰਮਾਤਮਾ ਨੇ ਜ ਬੜੀ ਮਿਹਰ ਕੀਤੀ ਉਹਨਾਂ ਤੇ ਇੱਕ ਇੱਕ ਹੋਰ ਬੱਚਾ ਉਹਨਾਂ ਦੇ ਘਰ ਹੋਇਆ ਬਟ ਉਹਦਾ ਦਰਦ ਨਹੀਂ ਭੁੱਲ ਸਕਦੇ ਉਹ ਦਰਦ ਨਹੀਂ ਭੁੱਲਣਾ ਉਹ ਜਿਹੜਾ ਦਰਦ ਹੈ ਨਾ ਉਹ ਇੱਕ ਤੇ ਹੈ ਦੂਜਾ ਇੱਕ ਮੈਨੂੰ ਲੱਗਦਾ ਕਿ ਉਹਦੀ ਲਿਖਤ ਦੇ ਵਿੱਚ ਹੁਣ ਨਾ ਬਹੁਤ ਰੈਵੋਲੂਸ਼ਨਰੀ ਜਿਨ੍ਹਾਂ ਪਰ ਲਬਜ਼ ਕਹਿੰਨੇ ਆ ਉਹ ਆਉਣ ਲੱਗ ਕੇ ਸੀਗੇ ਉਹ ਗੱਲਾਂ ਆਉਣ ਲੱਗ ਰਹੀਆਂ ਸੀਗੀਆਂ ਉਹ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ ਸਾਡੇ ਯੂਥ ਨੂੰ ਹੁਣ ਜੀ ਖੂਬ ਪਹਿਲਾਂ ਜੋ ਲਿਖਿਆ ਕੀਤਾ ਚਲੋ ਉਹ ਉਹ ਵੀ ਉਹਦੇ ਉਹ ਵੀ ਨਹੀਂ ਉਹਦੇ ਵਰਗੀ ਤੋੜ ਤਾਂ ਤੋੜ ਵੀ ਹੈ ਨਹੀਂ ਉੱਚੀਆਂ ਨੇ ਗੱਲਾਂ ਤੇ ਯਾਰ ਦੀਆਂ ਜਾਂ ਜਿੱਦਾਂ ਮਰਜ਼ੀ ਲਾ ਲਓ ਹਨਾ ਹਾਂਜੀ ਹਾਂਜੀ ਜਾਂ ਆਪਣਾ ਸਾਡੇ ਮਰਜੇ ਰਾঞ্জে ਜੰਮਦੇ ਨਹੀਂ ਹਨਾ ਸਾਡੇ ਲਾਣੇ ਜਿਉਂ ਨੇ ਸੋਚਿਆ ਦੇ ਸਾਡੇ ਇਹ ਗੱਲਾਂ ਕਿਤੇ ਛੋਟੀਆਂ ਨੇ ਹੂੰ ਇਹ ਕੋਈ ਮਤਲਬ ਕੋਈ ਇਹ ਕੋਈ ਮੇਰੀ ਸੀ ਉੱਥੇ ਜਿਹੜੀ ਗੱਲਾਂ ਲਿਖਿਆ ਹੈ ਹੂੰ ਇਹ ਤੋਂ ਉਸ ਗਾਣੇ ਤੋਂ ਲੈ ਕੇ ਉੱਚੀਆਂ ਨੇ ਗੱਲਾਂ ਯਾਰ ਤੋਂ ਪਹਿਲਾ ਗਾਣੇ ਤੋਂ ਲੈ ਕੇ ਤੇ ਆਹ ਗਾਣੇ ਦੀ ਜੇ ਗੱਲ ਕਰੀਏ ਆਪਾਂ ਤੇ ਉਹ ਗੱਲ 'ਚ ਵਜ਼ਨ ਆਉਣ ਲੱਗਿਆ ਸੀ ਉਦੋਂ ਸਮਝ ਲੱਗਣ ਲੱਗੀ ਸੀ ਕਿ ਮੇਰੀ ਕਲਮ ਹੁਣ ਪੰਜਾਬ ਔਰ ਪੰਜਾਬੀਅਤ ਲਈ ਲਿਖੀ ਜਾਵੇ ਹੂੰ ਕਿੰਨੇ ਗਾਣੇ ਬਣੇ ਪਏ ਆ ਜਿਹੜਾ ਪੈਨ ਹੋਏ ਪਿੱਛੇ ਦੇ ਗਾਣੇ ਇਟ ਮੀਨਸ ਕਿ ਉਹ ਇੱਕ ਮਤਲਬ ਜਿਹਨੂੰ ਕਹਿੰਦੇ ਵੀ ਇਨਕਲਾਬੀ ਰਾਈਟਰ ਬਣਦਾ ਜਾ ਰਿਹਾ ਸੀ ਹਨਾ ਲੋਕ ਪਸੰਦ ਵੀ ਕਰ ਰਹੀ ਸੀ ਯੂਥ ਆਈਕਨ ਸੀਗਾ ਉਹ ਹਾਂਜੀ ਹਾਂਜੀ ਉਹ ਮੈਨੂੰ ਲੱਗਦਾ ਕੋਈ ਇੱਕ ਬੜਾ ਵੱਟਾ ਉਸ ਦੌਰ ਦੇ ਵਿੱਚ ਦੋ ਤਿੰਨ ਬੰਦੇ ਦੀਪ ਸਿੱਧੂ ਹੋ ਗਿਆ ਸਿੱਧੂ ਮੂਸੇਵਾਲਾ ਹੋ ਗਿਆ ਇਹ ਦੋ ਚਾਰ ਬੰਦੇ ਚਲੇ ਗਏ ਸ਼ਾਇਦ ਸਾਡੀ ਕੌਮ ਦਾ ਰੁਖ ਕਿਸੇ ਹੋਰ ਪਾਸੇ ਨੂੰ ਤੁਰ ਪੈਂਦਾ ਲੀਡਰਲੈਸ ਕੌਮ ਆ ਸਾਡੀ ਸਾਡੀ ਇੱਕ ਬੜੀ ਵੱਡੀ ਤਰਾਸਦੀ ਹੈ ਕਿ ਸਾਡੇ ਲੀਡਰਾਂ ਨੂੰ ਮਾਰ ਕੇ ਸਾਬਤ ਕਰਨਾ ਪੈਂਦਾ ਮੈਂ ਸੱਚਾ ਸੀ ਹੂੰ ਜਦੋਂ ਮਰ ਜਾਂਦਾ ਨਾ ਫੇਰ ਬੰਦੇ ਕਹਿੰਦੇ ਨਹੀਂ ਯਾਰ ਬੰਦਾ ਠੀਕ ਸੀ ਜਦੋਂ ਠੀਕ ਹੁੰਦਾ ਜਦੋਂ ਕਹਿੰਦਾ ਮੈਂ ਠੀਕ ਆ ਉਹਦੋਂ ਕਹਿੰਦਾ ਨਹੀਂ ਨਹੀਂ ਇਹ ਤਾਂ ਸਰਕਾਰੀ ਬੰਦਾ ਹੂੰ ਇਹ ਰਲਿਆ ਵਾ ਸਿੱਧੂ ਨੂੰ ਵੀ ਤੇ ਕਿਹਾ ਵੀ ਯਾਰ ਇਹ ਕਾਂਗਰਸੀ ਨੇ ਰਲ ਗਿਆ ਪਹਿਲਾਂ ਸੰਤਾਂ ਦੀ ਫੋਟੋ ਲਾਉਂਦਾ ਸੀ ਪਲਾਣਾ ਕਰਦੇ ਪਰ ਮਰਨ ਤੋਂ ਬਾਅਦ ਉਹੀ ਬੰਦੇ ਕਹਿੰਦੇ ਨਹੀਂ ਯਾਰ ਬੰਦਾ ਠੀਕ ਸੀ ਸਾਡੀ ਪ੍ਰੋਬਲਮ ਆ ਸਿੱਧੂ ਨੂੰ ਵੀ ਮਾਰਾ ਕਹਿੰਦੇ ਰਹੇ ਹੂੰ ਦੀਪ ਨੂੰ ਵੀ ਸੋ ਸਾਡੇ ਲੀਡਰਾਂ ਨੂੰ ਮਾਰ ਕੇ ਸਾਬਤ ਕਰਨਾ ਪੈਂਦਾ ਵੀ ਯਾਰ ਮੈਂ ਸੱਚਾ ਸੀ ਹਨਾ ਦੀਪਿੰਦਰ ਰਾਣਾ ਦੀ ਗੱਲ ਕਰ ਰਹੀ ਸਨ ਤਾਂ ਦੀ ਉਹਨਾਂ ਦਾ ਵੀ ਤੇ ਇਹੀ ਸੀਗਾ ਹਾਂਜੀ ਹਾਂਜੀ ਮਰਨ ਤੋਂ ਬਾਅਦ ਲੋਕਾਂ ਨੇ ਕਿਹਾ ਮਣੀ ਯਾਰ ਗੱਲ ਤੇ ਠੀਕ ਸੀਗੀ ਪਹਿਲਾਂ ਤੇ ਗਲਤੀ ਕਹਿੰਦੇ ਰਹੇ ਸੋ ਉਹ ਗੱਲ ਹੋਈ ਵੀ ਸਾਡੀ ਜਿਹੜੀ ਕੌਮ ਹੈ ਨਾ ਉਹ ਲੀਡਰਲੈਸ ਕੌਮ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਦਿਸ਼ਾ ਦਿਖਾਉਣ ਵਾਲਾ ਮਿਲਿਆ ਹੀ ਨਹੀਂ ਸਹੀ ਗੱਲ ਅੱਛਾ ਅੱਜ ਦਾ ਲੀਡਰ ਜੇ ਮਹਾਰਾਜਾ ਰਣਜੀਤ ਸਿੰਘ ਜੀ ਹੁੰਦੇ ਤਾਂ ਕਿੱਦਾਂ ਦਾ ਹੋਣਾ ਸੀ ਨਾ ਪੰਜਾਬ ਜੀ ਤੁਸੀਂ ਵੇਖੋ ਨਾ ਉਹਦੇ ਰਾਜ ਦੀ ਗੱਲ ਕਿਤੇ ਕਰ ਲੋ ਰਣਜੀਤ ਸਿੰਘ ਦੀ ਜਦੋਂ ਗੋਰਿਆਂ ਨੇ ਟੇਕਓਵਰ ਕੀਤਾ ਉਦੋਂ ਉਹਦੇ ਪੰਜਾਬ ਨੂੰ ਹਾਂਜੀ 1700 1800 49 ਦੇ ਵਿੱਚ 49 ਦੇ ਵਿੱਚ ਟੋਟਲੀ ਟੇਕਓਵਰ ਕਰ ਲਿਆ ਸੀ ਉਹਨਾਂ ਨੇ 47 ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਉਹ ਹਾਂਜੀ ਕਰਦੇ 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 1739 ਚ 1839 ਚ ਰਣਜੀਤ ਸਿੰਘ ਮਰਿਆ ਹੂੰ 10 ਸਾਲ 10 ਸਾਲ ਉਹਨਾਂ ਨੇ ਵੇਟ ਕੀਤੀ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ 10 ਸਾਲ ਉਹਦਾ ਤਖਤ ਰਾਜ ਕਰਦਾ ਰਿਹਾ ਇਕੱਲਾ ਜਿਹੜੀ ਕੁਰਸੀ ਤੇ ਉਹ ਬੈੰਦਾ ਸੀ ਨਾ ਉਹ ਕੁਰਸੀ ਰਾਜ ਕਰਦੀ 10 ਸਾਲ 10 ਸਾਲ ਉਹਦੀ ਕੁਰਸੀ ਵੱਲ ਉਸ ਉਹਦੇ ਮੁੱਲ ਨਾਲ ਕੋਈ ਵੇਖ ਨਹੀਂ ਸਕਿਆ ਉਹ ਵੇਟ ਕਰਦੇ ਨੇ 10 ਸਾਲ ਵੀ ਇਹਨੂੰ ਕਰੀਏ ਉਹਦੇ ਉਹਦੇ ਮੁੰਡੇ ਮਾਰੇ ਗਏ ਸਾਰੇ ਨੌਨਿਹਾਲ ਸਿੰਘ ਮਾਰਿਆ ਗਿਆ ਦਲੀਪ ਸਿੰਘ ਜਿਹੜਾ ਬੰਦਾ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਉਹ ਬਹਾਦਰ ਪੰਜਾਬੀ ਉਹ ਅਣਖੀਲੇ ਆਸ਼ਕ ਜਿਹੜੇ ਤੱਤੀਆਂ ਤਵੀਆਂ ਤੇ ਬੰਦੇ ਸੀ ਗੁਰੂ ਅਰਜਨ ਦੇਵ ਮਾਰੇ ਦੀ ਗੱਲ ਹੈ ਕਹਿੰਦਾ ਉਹ ਬਹਾਦਰ ਪੰਜਾਬੀ ਉਹ ਅਣਖੀਲੇ ਆਸ਼ਕ ਜਿਹੜੇ ਤੱਤੀਆਂ ਤਵੀਆਂ ਤੇ ਬੈੰਦੇ ਸੀ ਕੁਦਰਤ ਨੇ ਉਹਨਾਂ ਨੂੰ ਬਹਿਣ ਵਾਸਤੇ ਪੰਜਾਬ ਦਾ ਤਖਤ ਦੇ ਦਿੱਤਾ ਮਿੱਠੂ ਹੂੰ ਜਿਨ੍ਹਾਂ ਦੇ ਬੰਦ-ਬੰਦ ਕੱਟੇ ਜਾਂਦੇ ਸੀ ਭਾਈ ਮਾਨੀ ਸਿੰਘ ਉਹਨਾਂ ਦੇ ਬਾਹਾਂ 'ਤੇ ਕੋਹਿੰੂਰ ਹੀਰਾ ਵੱਜਾ ਡੌਲਿਆਂ ਤੇ ਏਡਾ ਹੀ ਦਾ ਦੁਨੀਆ ਦਾ ਬਿਹਤਰੀਨ ਉਹਨਾਂ ਦੇ ਡੌਲਿਆਂ ਤੇ ਵੱਜਾ ਜਿਨ੍ਹਾਂ ਦੇ ਬੰਦ-ਬੰਦ ਜਿਨ੍ਹਾਂ ਦੇ ਸਿਰਾਂ ਦੇ ਜਲੂਸ ਨਿਕਲਦੇ ਸੀ ਨੇਜਾਂ ਤੇ ਸਿਰ ਟਾਂਕੇ ਲੈ ਕੇ ਜਾਂਦੇ ਸੀ 80 ਮੋਹਰਾਂ ਸੋਨੇ ਦੀਆਂ ਲੈਣੀਆਂ ਉਹਨਾਂ ਦੇ ਸ਼ਾਹੀ ਜਲੂਸ ਨਿਕਲੇ ਜਾਂਦਾ ਸਿੱਖ ਕਹਿੰਦਾ ਰਾਜ ਭਾਗ ਦੇ ਮਾਲਕ ਹੋ ਗਏ 1.5 ਲੱਖ ਮਰੱਬਾ ਮੀਲ ਵਿੱਚ ਸਿੱਖਾਂ ਦਾ ਕੇਸਰੀ ਦishan ਚ <li>1.5 ਲੱਖ ਮੌਤ ਤਿੱਬਤ ਤੋਂ ਲੈ ਕੇ ਤੇ ਕਾਬਲ ਦੀਆਂ ਜੂਹਾਂ ਤੱਕ ਸਾਸਤਰੀ ਕਾਲ ਦੇ ਚਕਾਰੇ ਗੂੰਜੇ ਕਿਸੇ ਵੀ ਜੂਨ ਦੀ ਕੌਮ ਦੀਆਂ ਤਿੰਨ ਨਿਸ਼ਾਨੀਆਂ ਹੁੰਦੀਆਂ ਨੇ ਕੌਮ ਦਾ ਝੰਡਾ ਕੌਮ ਦੀ ਰਾਜਧਾਨੀ ਤੇ ਕੌਮ ਦਾ ਲੀਡਰ ਉਸ ਵੇਲੇ ਸਾਡਾ ਕੀ ਰਾਜਸੀ ਝੰਡਾ ਜੀ ਕੇਸਰੀ ਹਾਂਜੀ ਸਾਡੀ ਰਾਜਧਾਨੀ ਸੀ ਲਾਹੌਰ ਸਾਡਾ ਬਾਦਸ਼ਾਹ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਸਾਡੀ ਕੌਮ ਦਾ ਲੀਡਰ ਜਦੋਂ ਟੇਕਓਵਰ ਕੀਤਾ ਉਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਈ ਕੋਰੀਆਂ ਨੂੰ ਕਿ ਜੇਲ ਹੀ ਹੈ ਨਹੀਂ ਸਾਡੇ ਬਾਗੀ ਨੂੰ ਬੰਦ ਕਿੱਥੇ ਕਰੀਏ ਜਦੋਂ ਪੁੱਛਿਆ ਉਹ ਕਹਿੰਦੇ ਉਹਨੇ ਕਦੀ 42 ਸਾਲ ਦੇ 42 ਸਾਲ ਰਾਜ ਕੀਤਾ ਉਹਨੇ ਉਹ ਕਹਿੰਦੇ ਕਦੀ ਜੇਲ ਹੀ ਨਹੀਂ ਕੀਤੀ ਕਿਸੇ ਨੂੰ 42 ਸਾਲ ਦੀ ਰਾਜ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜੇਲ ਚ ਉਹਨੇ ਬੰਦ ਹੀ ਨਹੀਂ ਕੀਤਾ ਫਾਂਸੀ ਤਾਂ ਬੜੀ ਦੂਰ ਦੀ ਗੱਲ ਹੈ ਜਿਹੜਾ ਜੇਲ ਚ ਦੀ ਪੋਂਡਾ ਫਾਂਸੀ ਕਿਦੂ ਦਿੱਤੀ ਨਹੀਂ ਕਦੀ ਉਦੇ ਰਾਜ ਦੀ ਸਭ ਤੋਂ ਵੱਡੀ ਸਜ਼ਾ ਸੀ ਵੀ ਜਾਂ ਤੈਨੂੰ ਪੰਜਾਂ ਪਾਣੀਆਂ ਤੋਂ ਬਾਹਰ ਕੱਢਤਾ ਭਾਜਾ ਤੋਂ ਪੰਜਾਬ ਉਦੋਂ ਐ ਸੀ ਵੀ ਜਦਾਂ ਕਈ ਅਮਰੀਕਾ ਤੋਂ ਕਿਸੇ ਨੂੰ ਰਿਪੋਰਟ ਕਰ ਦਿੱਤਾ ਜਾਵੇ ਅੱਜ ਹੂੰ ਪੰਜ ਵੀ ਸਾਡੇ ਮੁਲਕ ਚੋਂ ਨਿਕਲ ਜਾਦੋਂ ਇਸ ਪੰਜਾਂ ਪਾਣੀਆਂ ਤੋਂ ਬਾਹਰ ਦਫਾ ਹੋ ਜਾਤੋਂ ਤੇਰੀ ਸਿਰਕੀਪ ਕੈਨਸਲ ਉਹ ਗੱਲ ਸਮਝ ਲੋ ਇੱਕ ਸਿੱਕਾ 1 ਰੁਪਈਆ ਉਹਦੇ ਰਾਜ ਦਾ ਇੰਗਲੈਂਡ ਦੇ 33 ਰੁਪਈਏ ਬਣਦੇ ਸੀ ਉਦੋਂ ਉਸ ਟਾਈਮ ਦੇ ਉਸ ਵੇਲੇ ਕੀ ਰਾਜ ਹੋਊਗਾ ਸੋਚੋ ਕੌਣ ਦੱਸੂਗਾ ਹੂੰ ਕੌਣ ਸਰਕਾਰਾਂ ਦੱਸਣਾ ਨਹੀਂ ਸ਼ਰਮਣੀ ਕਮੇਟੀ ਮੂੰਹ ਤੇ ਉਂਗਲ ਰੱਖ ਕੇ ਬੈਠੀ ਐ ਕਰਕੇ ਰਾਹ ਕੌਣ ਗਿਆ ਕਥਾਵਾਚਕ ਮੈਂ ਨਹੀਂ ਜਾਂਦਾ ਗੁਰਦੁਆਰੇ ਮੈਂ ਨਹੀਂ ਜਾਂਦਾ ਕਿਤੇ ਰੋਜ਼ ਗੁਰਦਾਰੇ ਨਾ ਕੋ ਨੰਗੀ ਦਾਵਾ ਬਾਹਰੋਂ ਮੱਥਾ ਬਾਬਾ ਜੀ ਬੱਦਲ ਜੀ ਆ ਬਾਬਾਈ ਏ ਕਾ ਕੇ ਸਾਰ ਲਈਦਾ ਜੇ ਅੰਦਰ ਹੀ ਨਹੀਂ ਜਾਵਾਂ ਕਿਤੇ ਇਤਿਹਾਸ ਪਤਾ ਕਿੱਥੋਂ ਲੱਗੂਗਾ ਫੇਰ ਆਪਾਂ ਕਹਿੰਦੇ ਵੀ ਕੌਮ ਜਿਹੜੀ ਪਟਕ ਗਈ ਕੌਮ ਨੇ ਪਟਕਣਾ ਹੀ ਆ ਜਦੋਂ ਅਸੀਂ ਆ ਪਾਵਰ ਯੂਜ਼ ਨਹੀਂ ਕਰਨਟ ਖੂਬ ਗਿਆ ਤੁਸੀਂ ਜਦੋਂ ਇੱਕ ਪਾਵਰ ਜਿਹੜੀ ਸਾਡੇ ਹੱਥ ਚ ਆ ਅੱਜ মিডিਆ ਅਸੀਂ ਦਿੱਲੀ ਟੱਪ ਜੀਏ ਨਾ ਦਿੱਲੀ ਟੱਪ ਜੀਏ ਹਾਂਜੀ ਤੇ ਸਾਨੂੰ ਵੇਖ ਕੇ ਕਹਿੰਦੇ ਇਹੀ ਹੈ ਉਹ ਟੈਰਰਿਸਟ ਜੋ ਦਿੱਲੀ ਕੇ ਬਾਹਰ ਬੈਠੇ ਤੇ ਜੇ ਅੱਜ ਤੋਂ ਮੈਂ 1999 ਦੀ ਗੱਲ ਕਰਦਾ ਸੀ ਬੰਬੇ ਗਤਕਾ ਖੇਡਣ ਜਾਂਦੇ ਹੁੰਦੇ ਸੀ ਅਸੀਂ ਟ੍ਰੇਨ ਚ ਬਹਿਣਾ ਨਾ ਤੇ ਲੋਕਾਂ ਨੂੰ ਸ਼ਾਂਤੀ ਆ ਜਾਣ ਵੀ ਕੋਈ ਪੱਕਾ ਵਾਲਾ ਬੈਠਾ ਵਿੱਚ ਲੋਕਾਂ ਨੂੰ ਸ਼ਾਂਤੀ ਆ ਨਹੀਂ ਵੀ 8-10 ਪੱਗਾਂ ਵਾਲੇ ਬੈਠੇ ਐ ਇਸ ਡੱਬੇ ਵਿੱਚ ਤੋ ਕੋਈ ਪ੍ਰੋਬਲਮ ਨਹੀਂ ਹੋਗੀ ਬੈਠੀ ਹੈ ਇਹ ਇਹ ਆਪਣੀ ਪਰਤੇ 1999 1998 ਦੀ ਗੱਲ ਦੱਸਣਿਆ ਮੈਂ ਕਿ ਉਹ ਗਲਤ ਕਾਹੜਾ ਮੱਭੇ ਚਾਈਦਾ ਸੀ ਕਿ ਮਹਾਰਾਸ਼ਟਰ ਚਾਈਦਾ ਸੀ ਇਹ ਲੋਕ ਸੀ ਬਿਹਾਰ ਚਾਈਦਾ ਸੀਗਾ ਰਾਂਚੀ ਪੂਨੇ ਹਣਾ ਤੇ ਲੋਕਾਂ ਦੀ ਆਸੋ ਅੱਜ ਕੀ ਹੈ ਅੱਜ ਦਿੱਲੀ ਤੋਂ ਇਧਰ ਆਣ ਨੂੰ ਤੇ ਪਤਾ ਵਾ ਵੀ ਯਾਰ ਕਿਸਾਨ ਬੈਠੇ ਜਾ ਕੇ ਮੀਡੀਆ ਨੇ ਕੀ ਦਿਖਾਤਾ ਕਿ ਕੁਛ ਆਂਤਕਵਾਦੀ ਦਿੱਲੀ ਕੇ ਬਾਹਰ ਬੈਠ ਗਏ ਪੂਰੇ ਥੱਲੇ ਵਾਲੇ ਹਿੰਦੁਸਤਾਨ ਨੇ ਇਹੋ ਸਮਝ ਲਿਆ ਵੀ ਅੱਤਵਾਦੀ ਹੈ ਭਾਗ ਇਹ ਪਾਵਰ ਆ ਮੀਡੀਆ ਦੀ ਅਸੀਂ ਕੀ ਵਰਤ ਰਹੇ ਅਸੀਂ ਕੁਝ ਵੀ ਨਹੀਂ ਵਰਤਣ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਉਹਨਾਂ ਦਾ ਦੌਰ ਸੀ ਨਾ ਉਹਨਾਂ ਨੇ ਬਿਹਤਰੀਨ ਹਥਿਆਰ ਜਿਹੜੇ ਉਸ ਜ਼ਮਾਨੇ ਦੇ ਸੀਗੇ ਉਹ ਵਰਤੇ ਫਲਾਦ ਸਕੇਲਾ ਜਿਹੜੇ ਵੀ ਵੈਪਨ ਸੀਗੇ ਉਹ ਆਪਣੇ ਬੰਦਿਆਂ ਦਿੱਤੇ ਕਿ ਮਾਡਰਨਾਈਜ਼ ਹੋਵੋ ਜੇ ਸਾਹਮਣੇ ਵਾਲਿਆਂ ਨਾਲ ਟੱਕਰ ਲੈਣੀ ਆ ਤੇ ਤੁਹਾਡੇ ਕੋਲ ਵੀ ਉਹ ਚੀਜ਼ਾਂ ਚਾਹੀਦੀਆਂ ਰਫਲਾਂ ਤੁਹਾਡੇ ਹੱਥ 'ਚ ਵੀ ਚਾਹੀਦੀਆਂ ਨੇ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਮੈਂ ਗੱਲ ਕਰਨ ਦੇ ਆ ਉਹਨਾਂ ਸਾਨੂੰ ਬਾਣਾ ਦਿੱਤਾ ਵੀ ਚੋਲਾ ਪਾਓ ਅੱਜ ਇਹ ਚੋਲਾ ਪਾਉਣੇ ਨਹੀਂ ਚੋਲੇ ਤੋਂ ਬਾਅਦ ਪਜਾਮਾ ਕੁੜਤਾ ਪਜਾਮੇ ਕੁੜਤੇ ਤੋਂ ਬਾਅਦ ਕੁੜਤਾ ਚਾਦਰਾਂ ਕੁੜਤੇ ਚਾਦਰਾਂ ਤੋਂ ਬਾਅਦ ਪੈਂਟ ਕਮੀਜ਼ਾਂ ਕੋਟ ਪੈਂਟ ਜੀਨਾਂ ਆ ਗਈਆਂ ਅੱਜ ਲੋਰ ਪਾਈ ਬੈਠੇ ਆ ਨਿੱਕਰਾਂ ਪਾ ਕੇ ਗੁਰਦਾਰੇ ਚੱਲ ਜਾਂਦੇ ਆ ਜਦੋਂ ਅਸੀਂ ਆਪਣਾ ਆਪਣਾ ਜੀਣ ਦੀ ਸ਼ੈਲੀ ਬਦਲ ਲਈ ਅਸੀਂ ਅਪਗ੍ਰੇਡ ਹੋ ਗਏ ਵੀ ਨਹੀਂ ਯਾਰ ਜ਼ਮਾਨੇ ਦੇ ਨਾਲ ਚੱਲਣਾ ਪਿੱਛੇ ਰਹਿ ਜਾਾਂਗੇ ਹਾਂਜੀ ਜ਼ਮਾਨੇ ਦੇ ਤੇ ਫਿਰ ਅਸੀਂ ਆਪਣੇ ਪ੍ਰਚਾਰ ਦਾ ਤਰੀਕਾ ਕਿਉਂ ਨਹੀਂ ਬਦਲ ਰਹੇ ਜੀ ਖੂਬ ਸਾਡੇ ਬੱਚੇ ਕਿਤਾਬਾਂ ਨਹੀਂ ਪੜ੍ਹਨਗੇ ਕਿਉਂ ਨਹੀਂ ਪੜਨਗੇ ਕਿਉਂਕਿ ਅੱਜ ਸਕੂਲਾਂ ਦੇ ਵਿੱਚ ਪੰਜਾਬੀ ਲੱਗਦੀ ਨਹੀਂ ਆਪਸ਼ਨਲ ਦੇਤੀ ਹੈ ਪੰਜਾਬੀ ਸੂਬਾ ਹੋਵੇ ਸਾਡਾ ਤੇ ਜਿਹੜੀ ਇੱਥੋਂ ਦੀ ਮੇਨ ਭਾਸ਼ਾ ਆ ਪੰਜਾਬੀ ਗੁਰਮੁਖੀ 35 ਅੱਖਰੀ ਉਹ ਆਪਸ਼ਨਲ ਹੋਵੇ ਵੀ ਲੈਣੀ ਲੈ ਲੋ ਨਹੀਂ ਲੈਣੀ ਨਾਲ ਕਿਉਂ ਨਾ ਲੈ ਲੋ ਕਿਉਂ ਲੈ ਲਓ ਅਸੀਂ ਦਬਾਈ ਜਾਂਦੇ ਆ ਹਾਂਜੀ ਉਹ ਕਹਿੰਦੇ ਪੜੋ ਇੰਗਲਿਸ਼ ਪੜੋ ਇਟਾਲੀਅਨ ਫ੍ਰੈਂਚ ਜਰਮਨ ਜੋ ਮਰਜ਼ੀ ਪੜੋ ਤੁਸੀਂ ਕੋਈ ਉਦਦਾਂ ਨਹੀਂ ਪਰ ਅਰਬੀ ਜ਼ਰੂਰੀ ਹੈ ਤੁਹਾਨੂੰ ਪੜ੍ਹਨੀ ਅਰਬੀ ਤੋਂ ਬਿਨਾਂ ਨਹੀਂ ਹਾਲ ਹੈ ਨਾਲ ਦਾ ਮੁਲਕ ਸਾਡਾ ਪਾਕਿਸਤਾਨ ਠੀਕ ਹੈ ਹਾਂਜੀ 65% ਬੰਦੇ ਪੰਜਾਬੀ ਬੋਲਦੇ ਉੱਥੇ ਭਾਈ ਉਥੋਂ ਦੀ ਪੰਜਾਬੀ ਐਨੀ ਘੈਂਟ ਪੰਜਾਬੀ ਬੋਲਦੇ ਆ ਨਾ ਉਹ ਮਤਲਬ 65 65% ਖੇਤਾ ਜਿਹੜਾ ਵਾ ਪਾਕਿਸਤਾਨ ਦਾ 100 ਚੋਂ 65% ਖੇਤਾ ਪੰਜਾਬੀ ਬੋਲਦਾ ਵਾ ਭਾਸ਼ਾ ਪਰ ਉਥੋਂ ਦੀ ਲੈਂਗੁਏਜ ਕੀ ਆ ਉਰਦੂ ਹੂੰ ਉਰਦੂ ਨੂੰ ਪ੍ਰਮੋਟ ਕਰ ਰਹੇ ਹਾਲਾਂਕਿ ਉਹਨਾਂ ਨੂੰ ਅੱਖਰਾਂ ਦਾ ਗਿਆਨ ਨਹੀਂ ਆ ਊੜਾ ਕਿੱਦਾਂ ਬਣਨਾ ਐੜਾ ਕਿੱਦਾਂ ਬਣਨਾ ਪਰ ਲਫ਼ਜ਼ਾਂ 'ਚ ਪੰਜਾਬੀ ਉਹਨਾਂ ਦੇ ਉਹ ਨਹੀਂ ਛੱਡ ਰਹੇ ਭਾਵੇਂ ਲਿਪੀ ਭੁੱਲ ਗਈ ਆ ਹਾਂਜੀ ਹਾਂਜੀ ਸਮਝ ਗਿਆ ਮੈਂ ਲਿਪੀ ਭੁੱਲ ਗਈ ਆ ਪਰ ਲਬ ਮਤਲਬ ਅਲਫ਼ਾਜ਼ ਨਹੀਂ ਛੱਡਣ ਦੇ ਕਿਸੇ ਸਾਡੇ ਇੱਥੇ ਕੀ ਹੋ ਰਿਹਾ ਸਾਡੇ ਇੱਥੇ ਗੱਲ ਕਰ ਰਹੇ ਆ ਮਮ ਆਈ ਵਾਂਟ ਟੂ ਗੋ ਮਮ ਆਈ ਨੀਡ ਫੂਡ ਇਹਦੀ ਗੱਲ ਸਮਝੇ ਆਪਾਂ ਕੀ ਕਹਿੰਨੇ ਮੰਮੀ ਰੋਟੀ ਬਣਾ ਦੇ ਮਾਰੀ ਜੀ ਅੱਜ ਮੈਂ ਚੱਲਿਆ ਮੇਰੇ ਕੱਪੜੇ ਪ੍ਰੈਸ ਕਰਦੇ ਇਹ ਪੰਜਾਬੀ ਆ ਸਭ ਤੋਂ ਵੱਡਾ ਦੁੱਖ ਇੱਕ ਮਾਂ ਦਾ ਮਾਂ ਵਾਸਤੇ ਪਤਾ ਕੀ ਹੁੰਦਾ ਉਹਦੇ ਬੱਚਿਆਂ ਦਾ ਮਰ ਜਾਣਾ ਉਹਦੇ ਸਾਹਮਣੇ ਕਿਸੇ ਦੇ ਕਿਸੇ ਮਾਂ ਦੇ ਸਾਹਮਣੇ ਕਿਸੇ ਦੇ ਉਹਦੇ ਬੱਚੇ ਦਾ ਮਰ ਜਾਣਾ ਜਿਹੜਾ ਨਾ ਉਹ ਸਭ ਤੋਂ ਵੱਡਾ ਦੁੱਖ ਉਸ ਮਾਂ ਵਾਸਤੇ ਉਹ ਆ ਅਸੀਂ ਸਾਡੀ ਜਿਹੜੀ ਬੋਲੀ ਮਾਂ ਬੋਲੀ ਪੰਜਾਬੀ ਆ ਅਸੀਂ ਉਹਦੇ ਬੱਚਿਆਂ ਨੂੰ ਰੋਜ਼ ਮਾਰਦੇ ਲਫ਼ਜ਼ਾਂ ਨੂੰ ਖਤਮ ਕਰਕੇ ਨਾ ਹਮ ਕਿੰਨੇ ਲਫ਼ਜ਼ ਮੁੱਕ ਗਏ ਆ ਜਿ ਮਿਟ ਗਏ ਆ ਮੈਂ ਹਮੇਸ਼ਾ ਪੰਜਾਬੀ ਦੀ ਗੱਲ ਮੇਰੇ ਦਿਮਾਗ ਚ ਕਿੰਨੇ ਲਫ਼ਜ਼ ਕੇ ਪਾਸ ਕਿਪ ਵੇਖੋ ਮੈਂ ਮੈਂ ਇੰਗਲਿਸ਼ ਬੋਲ ਲੈ ਹਾਂ ਸਕਿਪ ਮੈਂ ਇੱਕ ਲਫ਼ਜ਼ ਮਾਰਿਆ ਆਪਣੀ ਮਾਂ ਦਾ ਇੱਕ ਬੱਚਾ ਮੈਂ ਹੁਣੇ ਮਾਰਿਆ ਸਕਿਪ ਕਹਿ ਕੇ ਤੁਸੀਂ ਮੇਰੀ ਗੱਲ ਸਮਝੇ ਕਿ ਇਹ ਚੱਕਰ ਕੀ ਹੈ ਕਿ ਸਾਡਾ ਜਿਹੜਾ ਜਿਹੜਾ ਸਿਸਟਮ ਆ ਨਾ ਉਹ ਸਿਸਟਮ ਹੀ ਇਹੋ ਜਿਹਾ ਬਣ ਗਿਆ ਵਾ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਫੁਗਰੇ ਅਸੀਂ ਹਾਂ ਦੁਨੀਆ ਦੇ ਵਿੱਚ ਕੋਈ ਫੁਗਰਾ ਬੰਦਾ ਨਾ ਉਹ ਪੰਜਾਬੀ ਆ ਉਹ ਮਰ ਜਾਊਗਾ ਪਰ ਉਹ ਦਾ ਮਤਲਬ ਜਿੱਦਾਂ ਕਹਿ ਰਿਹਾ ਨਾ ਵੀ ਬਰਾਬਰੀ ਕਰਨੀ ਨਹੀਂ ਛੱਡੂਗਾ ਬਿਨਾਂ ਵਜ੍ਹਾ ਦੀ ਕਿਸੇ ਗੁਜਰਾਤੀ ਦੀ ਜੇਬ ਦੇ ਵਿੱਚੋਂ ਪਿੱਛੇ ਦੀ ਵੀ ਗੱਲ ਕੀਤੀ ਵੀ ਕਿਸੇ ਗੁਜਰਾਤੀ ਦੀ ਜੇਬ ਦੇ ਵਿੱਚ ਜਦੋਂ ਮਰਸੀਡੀਜ਼ ਲੈਂਡ ਦੇ ਪੈਸੇ ਹੁੰਦੇ ਨਾ ਤਾਂ ਉਧਰੋਂ ਮਰੂਤੀ ਲੈਂਦਾ ਵਾ ਵੀ ਮਰਸੀਡੀਜ਼ ਦੀ ਹਾਇਸੀਅਤ ਹੈ ਮੇਰੀ ਚੱਲ ਮਰੂਤੀ ਲੈ ਲੈਂਦੇ ਆ ਕੋਈ ਗੱਲ ਤੇ ਸਾਡੇਆਂ ਕੋਲ ਸਾਈਕਲ ਦੀ ਹਾਇਸੀ ਉਹਨਾਂ ਦੇ ਹੱਥ ਪਾਉਂਦੇ ਜਾ ਕੇ ਵੀ ਫੋਰਚੂਨ ਮਿਲ ਜੇ ਕਿਸ ਤਰੀਕੇ ਵੀ ਕਮਾਂਡੀ ਨੇ ਵੀ ਤੇ ਲਈ ਆ ਹੂੰ ਵੀ ਕੋਈ ਗੱਲ ਨਹੀਂ ਲਿਮਟ ਚੁੱਕ ਲਾ ਬਾਪੂ ਵੀ ਕੋਈ ਨਹੀਂ ਕੰਮ ਆਰਤੀ ਕੋ ਫੜਤ ਸੀ ਮੜ ਜੇ ਪੈਸੇ ਦਸੀਏ ਇਹਨਾਂ ਨੂੰ ਦੱਸਣਾ ਕਿਨੂੰ ਯਾਰ ਤੂੰ ਅਸੀਂ 50 50 60 60 ਲੱਖ ਰੁਪਈਆ ਕੁੜੀਆਂ ਦੇ ਵਿਆਹਾਂ ਤੇ ਲਾਉਣ ਨੇ ਹੂੰ ਤੁਸੀਂ ਯਾਰ ਮਹਾਰਾਜ ਦੇ ਘਰ ਜਾ ਕੇ ਨੰਦਕਾਰਜ ਕਰੋ ਸਵੇਰੇ 4 ਵਜੇ 5 ਵਜੇ ਉਹਨੂੰ ਕਹਿੰਦੇ ਵੀ 11 ਬੰਦੇ ਲਿਆਓ ਵੀਰ ਬਰਾਤ ਦੇ ਆ 11 12 ਸਾਢੇ ਆਉਂਦੇ ਆ ਭਾਈ ਹਾਲ ਆ ਯਾਰ ਕੁੜੀ ਦੇ ਨਾਂ ਤੇ 30 ਲੱਖ ਰੁਪਈਆ ਹੀ ਜਮਾ ਕਰਾਤੇ ਹੂੰ ਕੀ ਆ ਬਾਤ ਹਾਲ ਆ ਯਾਰ 30 ਅਹੀਂ ਕਰਾਤਾ ਵਾ ਤੂੰ ਤੁਹਾਡੇ ਵੀ ਇੰਨਾ ਖਰਚਾ ਹੋਣਾ ਹੈ 35-40 ਲੱਖ 30 35 ਤੂੰ ਹੀ ਕੱਢੋ ਯਾਰ ਮੁੰਡੇ ਕੁੜੀ ਨੂੰ ਕੰਮ ਖੋਲ ਕੇ ਦੋ ਉਹ ਹੁੱਲੜ ਬਾਜ਼ੀਆਂ ਖਾ ਪੀਏ ਬੰਦੇ ਵਾ ਉਹ ਯਾਰ ਇਹਨਾਂ ਨੇ ਲੱਡੂ ਠੀਕ ਨਹੀਂ ਇਹਨਾਂ ਦੇ ਮੋ ਆਉਂਦੀ ਲੱਡੂਆਂ ਚੋਂ ਇੰਨਾ ਪੈਸਾ ਲਾਇਆ ਅਗਲੇ ਨੇ ਹਣਾ 5-5000 ਦੇ ਡੱਬੇ ਅੱਜ ਮਤਲਬ ਕਾਰਡਾਂ ਦੇ ਨਾਲ ਜਾਂਦੇ ਆ 5-5000 ਦੇ ਡੱਬੇ ਤੇ ਖਾ ਕੇ ਕਹਿੰਦੇ ਯਾਰ ਭਾਜੀ ਡੱਬਾ ਲੈ ਲਿਆ ਮਹਿੰਗਾ ਭਾਜੀ ਇਹਨਾਂ ਨੇ ਉੱਥੋਂ ਚਕਾਈ ਹੋਣੀ ਆ ਤਹਾਨੂੰ ਫੇਰ ਵੀ ਤੇ ਬਖਤੌਈਆਂ ਕਰਨ ਕਿਉਂ ਤੁਸੀਂ ਉਹ ਚੱਕਰਾਂ 'ਚ ਪਏ ਜੀ 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 ਕਿੰਨੂ ਸ਼ੋਅ ਆ ਪੰਜਾਬੀ ਬੰਦੇ ਸ਼ੋਅ ਆਫਟ ਮਾਰੇਗੇ ਤੁਸੀਂ ਬਾਹਰ ਵੀ ਚਲ ਜੋ ਕਿਤੇ ਵੀ ਪੰਜਾਬੀ ਬੰਦੇ ਉਹ ਉਹ ਰਵਾਇਤ ਭੁੱਲ ਗਏ ਸੀ ਰਣਜੀਤ ਸਿੰਘ ਵਾਲੀ ਉਹ ਗੱਲ ਭੁੱਲ ਗਏ ਸੀ ਕੌਣ ਦੱਸੂਗਾ ਕੌਣ ਦੱਸੂਗਾ ਵੀ ਸਾਡਾ ਸਾਡਾ ਜੱਸਾ ਸਿੰਘ ਆਲੂ ਵਾਲੀਆ ਹੋਇਆ ਕੌਣ ਦੱਸੂਗਾ ਵੀ ਸਾਡਾ ਜੱਸਾ ਸਿੰਘ ਆਮਕੜੀਆ ਹੋਇਆ ਬਘੇਲ ਸਿੰਘ ਇਹਨਾਂ ਤਿੰਨਾਂ ਸਰਦਾਰਾਂ ਨੇ ਦਿੱਲੀ ਦੇ ਉੱਤੇ ਕੇਸਰੀ ਨਿਸ਼ਾਨ ਚਲਾਇਆ ਕੌਣ ਦੱਸੂਗਾ ਹੂੰ ਕੌਣ ਦੱਸੂਗਾ ਵੀ ਉਹ ਸੱਲ ਜਿਹੜੀ ਉੱਥੇ ਲੱਗੀ ਸੀ ਜਿਹਦੇ ਉੱਤੇ ਬਹਿ ਕੇ ਤੇ ਜਦੋਂ ਲਾਹੌਰ ਦੇ ਕਿਲੇ ਚ ਲਾਹੌਰ ਕਹਿੰਨਾ ਦਿੱਲੀ ਦੇ ਕਿਲੇ ਜਦੋਂ ਇਹ ਤਿੰਨੇ ਸਰਦਾਰ ਅੰਦਰ ਗਏ ਤੇ ਜਾ ਕੇ ਉਹਨਾਂ ਨੇ ਨਾ ਜੀ ਉਹਦੀਆਂ ਜਿਹੜਾ ਰਾਣੀਆਂ ਸੀ ਜਿਹੜਾ ਰਾਜਾ ਸੀ ਉੱਥੇ ਪਤਨ ਕੀ ਨਾ ਸੀ ਉਹ ਰਾਜੇ ਦਾ ਉਸ ਵੇਲੇ ਮੁਗਲ ਬਾਦਸ਼ਾਹ ਸੀਗਾ ਉਹਨੇ ਉਹ ਉਹਦੀਆਂ ਕੁੜੀਆਂ ਤੇ ਉਹਦੀਆਂ ਜਿਹੜੀਆਂ ਰਾਣੀਆਂ ਸੀ ਉਹ ਸਾਹਮਣੇ ਪੇਸ਼ ਕੀਤੀਆਂ ਇਹਨਾਂ ਦੇ ਵੀ ਇਹ ਤੁਹਾਨੂੰ ਜਿਹੜਾ ਜੇਤੂ ਸਰਦਾਰ ਹੁੰਦਾ ਉਹ ਸਾਰਾ ਕੁਝ ਉਹਦਾ ਹੀ ਹੋ ਜਾਂਦਾ ਫਿਰ ਉਹਨਾਂ ਨੇ ਕਹ ਵੀ ਇਹ ਕੌਣ ਹੈ ਕਹਿੰਦਾ ਜੀ ਇਹ ਇਤੋਂ ਦੀਆਂ ਰਾਣੀ ਆ ਉਹ ਕਹਿੰਦੇ ਵੀ ਇਹਨਾਂ ਨੂੰ ਕਾਹਨੂੰ ਲਿਆਏ ਫਿਰ ਉਹ ਕਹਿੰਦੀ ਅੱਜ ਤੋਂ ਬਾਅਦ ਇਹ ਤੁਹਾਡੀਆਂ ਆ ਬਈ ਤੁਸੀਂ ਜਿੱਤ ਲਿਆ ਦਿੱਲੀ ਨੂੰ ਇਹ ਅੱਜ ਤੋਂ ਬਾਅਦ ਤੁਹਾਡੀਆਂ ਦਾਸੀਆਂ ਹੋ ਗਈਆਂ ਉਹਨਾਂ ਸਿਰ ਤੇ ਪਿਆਰ ਦਿੱਤਾ ਕਹਿੰਦਾ ਇਹ ਸਾਡੀਆਂ ਤੇ ਬੱਚੀਆਂ ਕਹਿੰਦਾ ਕਹਿੰਦਾ ਜਿੱਦਾਂ ਰਹਿੰਦੀਆਂ ਉਦਾਂ ਹੀ ਰਹਿਣਗੀਆਂ ਹਮ ਕਿਦਾਂ ਰਹਿੰਦੀਆਂ ਉਦਾਂ ਹੀ ਰਹਿਣਗੀਆਂ ਇਹ ਇਹਨਾਂ ਨੂੰ ਕਿਸੇ ਚੀਜ਼ ਦੀ ਸਾਡੀ ਲੜਾਈ ਇਹਨਾਂ ਦੇ ਪਿਓ ਨਾਲ ਜਾਂ ਇਹਨਾਂ ਦੇ ਘਰ ਵਾਲੇ ਨਾਲ ਹੈ ਇਹਨਾਂ ਨਾਲ ਸਾਡੀ ਕਾਹਦੀ ਲੜਾਈ ਹੈ ਜੇ ਸ਼ਾਨੋ ਸ਼ੌਕਤ ਨਾਲ ਰਹਿੰਦੀਆਂ ਰਾਜਕੁਮਾਰੀਆਂ ਰਹਿਣਾ ਤੂੰ ਜਾਓ ਕਹਿੰਦਾ ਆਪਣੇ ਉਹਨ ਘਮਾਉਣ ਲੱਗਾ ਵੀ ਇੱਥੇ ਕੀ ਇੱਥੇ ਆ ਤੇ ਇੱਥੇ ਫਲਾ ਤੇ ਇੱਥੇ ਆ ਉਹ ਕਹਿੰਦਾ ਵੀ ਇਹ ਕੀ ਕਹਿੰਦਾ ਇਹ ਦਰਬਾਰੇ ਆਮ ਆ ਜਿੱਥੇ ਬਾਦਸ਼ਾਹ ਆਮ ਲੋਕਾਂ ਨਾਲ ਮਿਲਦੇ ਸੀ ਦਰਬਾਰੇ ਆਮ ਜਿਹਨੂੰ ਕਹਿੰਦੇ ਆਮ ਲੋਕਾਂ ਦਾ ਕਹਿੰਦਾ ਅੱਛਾ ਕਹਿੰਦਾ ਅੰਦਰ ਕਹਿੰਦਾ ਉਹ ਦਰਬਾਰੇ ਖਾਸ ਆ ਅੰਦਰ ਗਏ ਤੇ ਉਹ ਵੇਖਿਆ ਉੱਤੇ ਸੇਲ ਖੜੀ ਸੀ ਇੱਕ ਵੱਡੀ 6 ਫੁੱਟ ਦੀ ਲਾਲ ਪੱਥਰ ਦੀ ਜਿਹਦੇ ਉੱਤੇ ਤਖਤ ਤੇ ਤਾਊਸ ਰੱਖਿਆ ਜਾਂਦਾ ਸਭ ਤੋਂ ਮਹਿੰਗਾ ਦੁਨੀਆ ਦਾ ਜਿਹਨੂੰ ਮਯੂਰ ਸੰਗਾਸ਼ਨ ਕਹਿੰਦੇ ਜਿਹਨੂੰ ਨਾਦਰ ਲੈ ਗਿਆ ਸੀ ਉਸ ਵੇਲੇ ਉੱਟ ਗਿਆ ਕੋਹੇਨੂਰ ਦੇ ਨਾਲ ਹੀ ਲੈ ਗਿਆ ਸੀ ਉਹ ਉਹ ਕਹਿੰਦਾ ਵੀ ਇੱਥੇ ਕਹਿੰਦਾ ਵੀ ਇਹਦੇ ਤੇ ਬਹਿ ਕੇ ਕੀ ਕਰਦੇ ਸੀ ਕਹਿੰਦਾ ਇੱਥੇ ਬਹਿ ਕੇ ਫਰਮਾਨ ਜਾਰੀ ਕੀਤੇ ਜਾਂਦੇ ਸੀ ਹੁਣ ਇੱਕ ਸਰਦਾਰ ਨੇ ਵਿੱਚੋਂ ਪੁੱਛਿਆ ਕਹਿੰਦਾ 9ਵੇਂ ਪਾਤਸ਼ਾਹ ਨੂੰ 33 ਤਵੀ ਤੇ ਬਿਠਾਉਣ ਦਾ ਫਰਮਾਨ ਇੱਥੇ ਜਾਰੀ ਹੋਇਆ ਸੀ ਕਿਵੇਂ ਹਾਂ ਕਹਿੰਦਾ 9ਵੇਂ ਪਾਤਸ਼ਾਹ ਦਾ ਸਿਰ ਵੱਢਣ ਦਾ ਕਹਿੰਦਾ ਇੱਥੇ ਜਾਰੀ ਹੋਇਆ ਇੱਥੇ ਬਹਿ ਕੇ ਹੈਨਾ ਅੱਛਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕਰਨ ਦਾ ਆਨੰਦਪੁਰਸ ਕਹਿੰਦੇ ਇੱਥੇ ਬਹਿ ਕੇ ਕਹਿੰਦਾ ਬੱਚਿਆਂ ਨੂੰ ਉਹਨਾਂ ਦੇਆਂ ਨੀਹਾਂ 'ਚ ਚੜਨ ਦਾ ਤੇ ਕਹਿੰਦੇ ਇੱਥੇ ਬਹਿ ਕਹਿੰਦਾ ਜੜ ਤੋਂ ਪੁੱਟ ਲੋ ਉਨਾ ਪੁੱਟ ਲਿਆ ਮਾਰ ਮਾਰ ਸੱਬਲਾਂ ਉਹ ਸੱਲ ਪੁੱਟ ਲਈ ਜਿਹਦੇ ਉੱਤੇ ਬਹਿ ਕੇ ਹਿੰਦੁਸਤਾਨ ਦੇ ਬਾਦਸ਼ਾਹ ਰਾਜ ਕਰਦੇ ਸੀ ਸੱਲੀ ਜੜੋ ਪੁੱਟਦੀ ਉਹਨਾਂ ਨੇ ਪੁੱਟ ਕੇ ਹਾਥੀ ਦੇ ਮਗਰ ਬੰਨ ਲੀ 48 ਪਿੱਲਰ ਸੀ ਉਸ ਦਰਬਾਰੇ ਖਾਸ ਦੇ ਉਹ ਪੁੱਟੇ ਲਿਆ ਕੇ ਹਰਮੰਦਰ ਸਾਹਿਬ ਲਾਏ ਹੋਏ ਗਿਤਾਪਾ ਪ੍ਰਕਰਮਾਂ ਕਰਦੇ ਨਾ ਤੇ ਦੁੱਖ ਭਣਣੀ ਬੇਰੀ ਤੋਂ ਪਹਿਲਾਂ ਖੱਬੇ ਹੱਥ ਲਾਲ ਪੱਥਰ ਦੀਆਂ ਤੇ ਨਾਰਚਾਂ ਨੇ ਉਹਦੇ ਅੰਦਰੋਂ ਸੱਲ ਗੱਡੀ ਹੋਈ ਲਿਆ ਕੇ ਮਾਰਦ ਚਰਨਾ ਸੁਣ ਮਤਲਬ ਇਹ ਕੌਣ ਦੱਸੂਗਾ ਇਹ ਮੀਡੀਆ ਦੱਸੂਗਾ ਇਹ ਫਿਲਮਾਂ ਹੀ ਦੱਸਣਗੀਆਂ ਹਾਂਜੀ 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 ਅੱਜ ਗਲੈਡੀ ਸਾਡੇ ਬੱਚਾ ਨੂੰ ਪੁੱਛ ਲੋ ਗਲੈਡੀਏਟਰ ਕੱਲੇ ਕੱਲੇ ਨੂੰ ਯਾਦ ਆ ਟ੍ਰੋਏ ਕੱਲੇ ਕੱਲੇ ਨੂੰ ਯਾਦ ਆ 300 ਆਫ ਪਰਸ਼ੀਆ ਆਪਣਾ ਲਾ ਲਓ ਗੇਮ ਆਫ ਥਰੋਨ ਸਪਾਰਟਿਕਰ ਜਿਹੜੀ ਜਿਹਨੀਆਂ ਮਰਜ਼ੀ ਫਿਲਮਾਂ ਲੈ ਲਓ ਤੁਸੀਂ ਸਭ ਰੋਬਿਨ ਹੁੱਡ ਸਭ ਨੂੰ ਯਾਦ ਆ ਉਹ ਇੱਕ ਰੋਬਿਨ ਹੁੱਡ ਆ ਸਾਡੇ ਕੋਲ ਤਾਂ ਢੇਰ ਲੱਗਾ ਰੋਬਿਨ ਹੁੱਡਾਂ ਦਾ ਖੂਬਾ ਜੀ ਇਹ ਕੌਣ ਦੱਸੂਗਾ ਇਹ ਦਸੂਗਾ মিডিਆ মিডিਆ ਦੀ ਏਡੀ ਪਾਵਰ ਹੈ ਨਾ ਇਸ মিডিਆ ਦੇ ਵਿੱਚ ਇਸ মিডিਆ ਨੇ ਜਿਹੜੀ 47 ਦੇ ਵਿੱਚ ਵੱਡ ਟਕ ਹੋਈ ਨਾ ਇਸ মিডিਆ ਨੇ ਕਰਾਈ ਆ ਉਦੋਂ ਟੀਵੀ ਨਹੀਂ ਸੀ ਹੁੰਦਾ ਹੂੰ ਹੂੰ ਉਦੋਂ ਕਿਸੀ ਰੇਡੀਓ ਹੂੰ ਰੇਡੀਓ ਰੇਡੀਓ ਤੇ ਸੁਣਿਆ 15 ਅਗਸਤ ਨੂੰ ਆਜ਼ਾਦੀ ਮਿਲੀ 1947 ਨੂੰ ਹਾਂਜੀ 15 ਅਗਸਤ 16 ਅਗਸਤ 17 ਅਗਸਤ ਕੋਈ ਦੰਗਾ ਨਹੀਂ ਚੁੱਪਚੀ ਬੀਤੇ ਹਰ ਬੰਦਾ ਆ ਜਾ ਰਿਹਾ ਸੀ ਵੀ ਚੱਲੇ ਆ ਚਾਬੀ ਫੜ ਲਾ ਮੇਰੇ ਘਰ ਦੀ ਮੈਂ ਚੱਲਿਆ ਮੈਂ ਆ ਜਾਣਾ ਇਹਨਾਂ ਵੇਖਿਆ ਵੀ ਯਾਰ ਇਹ ਇਹ ਕੋਈ ਰੌਲਾ ਹੀ ਨਹੀਂ ਪਿਆ ਇਹਨਾਂ ਨੇ ਇੱਕ ਅਖਬਾਰ ਦੇ ਵਿੱਚ ਫੋਟੋ ਕੱਢੀ ਜਿਹਦੇ ਵਿੱਚ ਬੰਗਾਲ ਦੇ ਵਿੱਚ ਇੱਕ ਔਰਤ ਭੱਜ ਰਹੀ ਹੈ ਤੇ ਉਹਦੇ ਮਗਰ ਕੁਝ ਬੰਦੇ ਭੱਜ ਰਹੇ ਨੇ ਇਹਨਾਂ ਨੇ ਦਿਖਾਈ ਵੀ ਪਸ਼ੌਰ ਦੇ ਵਿੱਚ ਪਸ਼ੌਰ ਦੀ ਫੋਟੋ ਆ ਅਖਬਾਰ ਇੱਥੇ ਛਾਪਦੀ ਫੋਟੋਸ ਹੀ ਉੱਥੇ ਦੀ ਚਲੋ ਕੁਝ ਬੰਦੇ ਬੋਲੇ ਜਜ਼ਬਾਤ ਪੜਕੇ ਪਰ ਦੰਗੇ ਨਹੀਂ ਹੋਏ ਹੂੰ ਉਸ ਦਿਨ ਹੀ ਕਹਿੰਦੇ ਦੁਪਹਿਰ ਨੂੰ ਜਾਂ ਸ਼ਾਮ ਨੂੰ ਰੇਡੀਓ ਤੇ ਤਰੰਗਾ ਸਿਰਫ ਕੋਈ ਸ਼ਕਲ ਨਹੀਂ ਕੁਝ ਨਹੀਂ ਦਿੱਲੀ ਦੂਰਦਰਸ਼ਨ ਤੋਂ ਇੱਕ ਨਿਊਜ਼ ਜਾਰੀ ਹੁੰਦੀ ਆ ਹੂੰ ਕਿ ਉਧਰੋਂ ਆਉਣ ਵਾਲੀ ਟ੍ਰੇਨ ਜਿਹੜੀ ਆ ਉਹਦੇ ਵਿੱਚ ਮੁਸਲਮਾਨਾਂ ਨੇ ਸਿੱਖ ਤੇ ਹਿੰਦੂ ਮਿਲਦੇ ਹੋ ਉਹ ਆਵਾਜ਼ ਜਦੋਂ ਕੰਨਾਂ ਦੇ ਵਿੱਚ ਗਈ ਨਾ ਉਹ ਕਨਰਸ ਜਾ ਕੇ ਦੂਵੇਂ ਪਾਸੇ ਦੇ ਜਾਹਲਾਂ ਨੂੰ ਮੌਕਾ ਮਿਲ ਗਿਆ ਤਦਵਾ ਤੁਸੀਂ ਸੋਚੋ ਸਿਰਫ ਆਵਾਜ਼ ਨੇ ਆਹ ਕੰਮ ਕਰਾਤਾ ਤੇ ਅੱਜ ਇਹ ਆ ਜਿਹੜੀ ਪਾਵਰ ਸਾਡੇ ਕੋਲ ਹੈ ਮੀਡੀਆ ਦੀ ਜਿਹਨੂੰ ਵਰਤ ਨਹੀਂ ਰਹੇ ਅਸੀਂ ਉਹ ਕੀ ਕਰ ਸਕਦੀ ਹੈ ਸਾਡੀ ਕੌਮ ਦਾ ਜਿਹੜਾ ਯੂਥ ਹੈ ਉਹ ਕਿਉਂ ਸਿੱਧੇ ਪਾਸੇ ਲੱਗੂਗਾ ਉਹਦਾ ਇੱਕ ਰੀਜ਼ਨ ਹੋਣਾ ਚਾਹੀਦਾ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਹੈ ਕਿ ਕੌਮ ਦਾ ਬਲੰਦ ਕੈਰੈਕਟਰ ਬਣਾ ਕੇ ਉਹਨਾਂ ਦੇ ਸਾਹਮਣੇ ਰੱਖਿਆ ਜਾਵੇ ਅਸੀਂ ਆ ਅਸੀਂ ਆ ਸੀ ਸਾਨੂੰ ਬਣਾ ਕੇ ਦਿੱਤਾ ਗਿਆ ਸਮਝੇ ਨਾ ਮੈਂ ਇੱਕ ਪਿੱਛੇ ਦੇ ਪਾਕਿਸਤਾਨ ਦੀ ਇੱਕ ਕਿੱਸਾ ਸੁਣਦਾ ਹਾਂ ਕਹਿੰਦਾ ਇੱਕ ਸ਼ੰਗਾਰਾ ਸਿੰਘ ਨਾਂ ਦਾ ਬੰਦਾ ਪਿੰਡ ਦਾ ਲੰਬੜਦਾਰ ਹੁੰਦਾ ਸੀ ਵਡਾ ਸਰਦਾਰ ਉਹਦੀ ਵੇਦਲੀ ਉੱਤੇ ਸੀ ਉਹਦਾ ਪੋਤਾ ਸ਼ਹਿਰੋਂ ਪੜ ਕੇ ਆਇਆ ਉਹਦਾ ਪੋਤਾ ਪੜ ਕੇ ਆਇਆ ਸ਼ਹਿਰੋਂ ਤੇ ਲਾਹੌਰ ਤੋਂ ਤੇ ਖੂ ਗਰਮੀ ਬਹੁਤ ਸੀ ਸਮਾਂ ਹੁੰਦਾ ਸੀ ਵੀ ਜਨਾਨੀਆਂ ਨੇ ਖੂ ਦੇ ਕਦੋਂ ਨਹਾਉਣਾ ਤੇ ਬੰਦਿਆਂ ਨੇ ਕਦੋਂ ਨਹਾਉਣਾ ਠੀਕ ਹੈ ਉਹ ਜਨਾਨੀਆਂ ਦੇ ਪਾਣੀ ਭਰਨ ਦਾ ਟਾਈਮ ਸੀ ਨਹਾਉਣ ਦਾ ਨਹੀਂ ਸੀਗਾ ਪਾਣੀ ਪਰ ਪਾਣੀ ਭਰ ਰਹੀ ਹੁੰਦੋ ਆਇਆ ਤੇ ਉਹ ਕਹਿੰਦਾ ਮੈਨੂੰ ਪਾਣੀ ਪਾਇਓ ਮੜ ਜਾ ਤੇ ਜਿਹੜਾ ਸ਼ੰਗਾਰਾ ਸਿੰਘ ਜੂ ਵੀ ਉੱਪਰ ਬੈਠਾ ਵਿਹਲੀ ਤੋਂ ਵੇਖਣ ਰਿਹਾ ਸੀ ਦੂਰ ਤੱਕ ਉਹਨੇ ਵੇਖਿਆ ਵੀ ਪੋਤਾ ਤੇ ਮੇਰਾ ਲਪੋਤਾ ਉਹਦਾ ਉਹਨੇ ਪਾਣੀ ਪੀਤਨ ਨਾਲੇ ਆਪਣੀ ਪੱਗ ਲਾ ਲਈ ਉਹਨੇ ਉੱਥੇ ਪੱਗ ਲਾ ਕੇ ਉਹਨੇ ਪਾਣੀ ਸਿਰ 'ਚ ਵੀ ਪਾ ਗਰਮੀ ਬਹੁਤ ਸੀ ਉਹਨਾਂ ਨੇ ਪਾਣੀ ਪਾਇਆ ਸਿਰ ਦੇ ਵਿੱਚ ਤੇ ਵਾਲ ਖੋਲ ਕੇ ਪੱਛ ਪੱਗ ਕੱਚੇ ਮਾਰ ਕੇ ਤੇ ਤੁਰਿਆ ਆਵੇ ਉਹ ਉੱਤੇ ਬੈਠਾ ਉਹਨੇ ਥੱਲੇ ਨੌਕਰ ਨੂੰ ਮਾਰੀ ਆਵਾਜ਼ ਵੀ ਮੈਂ ਉਹ ਥੱਲੇ ਆਉਣ ਡਿਆ ਬਜ਼ੁਰਗ ਸੀ ਬੰਦਾ ਕੁੰਡੀ ਨਾਲ ਤੁਰਦਾ ਵੀ ਅਬ ਉਮ ਪੋਤਾ ਹੁੰਡਿਆ ਮੇਰਾ ਉਹਨੂੰ ਗੇਟ ਦੇ ਬਾਹਰ ਰੋਕ ਜਰਾ ਅੰਦਰ ਦਾ ਵੜਨ ਨਹੀਂ ਦਿਉੜੀ ਦੇ ਵਿੱਚ ਉਹ ਆਇਆ ਕਹਿੰਦਾ ਵੀ ਸਰਦਾਰ ਸਾਹਿਬ ਨੇ ਰੋਕਿਆ ਉਹ ਆਇਆ ਬਾਹਰ ਕਹਿੰਦਾ ਉਹ ਤੂੰ ਤੈਨੂੰ ਸ਼ਰਮ ਆਉਂਦੀ ਹੈ ਪਿੰਡ ਦੀਆਂ ਧੀਆ ਭੈਣਾ ਪਾਣੀ ਭਰਨ ਰਹੀਆਂ ਤੇ ਤੂੰ ਤੂੰ ਉੱਥੇ ਸਿਰ ਤੋਂ ਪੱਗ ਲਾ ਕੇ ਤੇ ਸਾਰੇ ਪਿੰਡ ਦੇ ਵਿੱਚ ਨੰਗੇ ਸਿਰ ਆਇਆ ਪੱਗ ਕੱਛੇ ਮਾਰ ਕੇ ਕਹਿੰਦਾ ਗਰਮੀ ਬੜੀ ਸਿਰਨਾ ਆ ਗਿਆ ਕਹਿੰਦਾ ਬਹਿ ਇੱਥੇ ਥੱਲੇ ਬਿਠਾਇਆ ਸਾਰਾ ਪਿੰਡ ਇਕੱਠਾ ਕੀਤਾ ਉਹਨੇ ਆਪਣੇ ਨੌਕਰ ਨੂੰ ਕਹਿੰਦਾ ਚਾਰ ਬੁੱਕਾਂ ਮਿੱਟੀ ਦੀਆਂ ਭਰ ਕੇ ਤੇ ਸਿਰ 'ਚ ਪਾ ਆਪਣੇ ਪੋਤੇ ਦੇ ਹੂੰ ਕਹਿੰਦਾ ਸ਼ੰਗਾਰਾ ਸਿੰਘ ਦਾ ਪੋਤਾ ਆ ਕੰਮ ਕਰੂਗਾ ਤੇ ਪਿੰਡ ਕੀ ਕਰੂਗਾ ਦਫਾ ਹੋ ਜਾ ਕਹਿੰਦਾ 6 ਮਹੀਨੇ ਇਸ ਪਿੰਡ ਦੀ ਝੂ ਤੇ ਪੈਰ ਨਹੀਂ ਰੱਖਣਾ ਜਾਂ ਡੇਰੇ ਚ ਰਹਿ ਜਾ ਕੇ ਭੱਜਾ ਇਹ ਸੀ ਲੋਕਾਂ ਦੇ ਖਲਾਕ ਹੂੰ ਇਹ ਇਹ ਖਲਾਕ ਕੌਣ ਦੱਸੂਗਾ ਇਹ ਦੱਸਣੇ ਪੈਣੇ ਯੂਥ ਆਪਾਂ ਕਹਿੰਦੇ ਯੂਥ ਪੁੱਠੇ ਪਾਇ ਤੋ ਉਹ ਯੂਥ ਨੂੰ ਤੇ ਪੁੱਠੇ ਪਾਸੇ ਤੋਰਿਆ ਸੀ ਹੂੰ ਯੂਥ ਨੂੰ ਅਸੀਂ ਤੋਰਿਆ ਅਸੀਂ ਰੱਬ ਨਾਲੋਂ ਇਤਿਹਾਸ ਨਾਲੋਂ ਅਸੀਂ ਤੋੜ ਕੇ ਉਹਨਾਂ ਨੂੰ ਦੂਜੇ ਪਾਸੇ ਲਾਤਾ ਸਾਡੇ ਕੋਲ ਟਾਈਮ ਹੀ ਨਹੀਂ ਦੱਸਣ ਦਾ ਹਨਾ ਸੋ ਇਹ ਜ਼ਿੰਮੇਵਾਰੀ ਕਿਹਦੀ ਵੰਦੀ ਸਰਕਾਰ ਦੀ ਜਾਂ ਸ਼੍ਰੋਮਣੀ ਕਮੇਟੀ ਜਿਹੜੇ ਸਾਡੇ ਮੋਰੀ ਨੇ ਦੋ ਮੋਰੀਆਂ ਸਾਡੇ ਇੱਥੇ ਇੱਕ ਐਡ-ਆਨ ਕਰੂੰਗਾ ਭਾਜੀ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਪਿਛਲੇ ਪਹਿਲਾ ਹੋਇਆ ਸੀ ਮੈਂ ਨਾ ਵੀਡੀਓ ਪਾਉਣੀ ਸ਼ੁਰੂ ਕੀਤੀ ਆ ਆਵਾਜ਼ ਨੂੰ ਦਬਾ ਦਿੱਤਾ ਗਿਆ ਮੈਨੂੰ ਵੀ ਫੋਨ ਆਈ ਕੋਈ ਸਰਕਾਰੀ ਦਾ ਅੱਜ ਮੈਂ ਦੱਸਦਾ ਤੁਹਾਨੂੰ ਕੋਈ ਯੂਟਿਊਬਰ ਹੈਗੇ ਨੇ ਜਿਹੜੇ ਕਿسے ਹੋਰ ਸਟੇਟ ਦੇ ਨੇ ਉਥੋਂ ਦੀ ਸਰਕਾਰ ਉਹਨੂੰ ਕਹਿੰਦੀ ਪਾਓ ਉਹਨਾਂ ਨੂੰ ਫੰਡਿੰਗ ਹੁੰਦੀ ਆ ਭਾਜੀ ਹਾਲਾਂਕਿ ਅਸੀਂ ਜੇ ਮੰਨ ਲਓ ਆਪਾਂ ਐਕਟਰਾਂ ਸੇਮ ਫੀਲਡ ਦੇ ਆ ਮੈਨੂੰ ਪੁੱਛਿਆ ਮੈਂ ਕਿਹਾ ਯਾਰ ਤੁਹਾਨੂੰ ਰੋਕਦਾ ਨਹੀਂ ਤੁਸੀਂ ਸ਼ਰੇਆਮ ਕਿਸਾਨਾਂ ਬਾਰੇ ਬੋਲਣ ਲੱਗੇ ਵਾਤਕਵਾਦੀ ਕਹਤਾ ਭਾਈ ਹਮੇਂ ਹੁੰਦੀ ਆ ਫੰਡਿੰਗ ਮੈਂ ਕਿਹਾ ਯਾਰ ਸਾਨੂੰ ਫੰਡਿੰਗ ਨਹੀਂ ਸਾਨੂੰ ਬਸ ਐਂ ਕਹਿ ਦੇਣ ਵੀ ਤੇਰੇ ਚੈਨਲ ਨੂੰ ਕੁਝ ਨਹੀਂ ਹੁੰਦਾ ਤੂੰ ਪ੍ਰਚਾਰ ਕਰ ਸਾਨੂੰ ਸਾਨੂੰ ਵੀ ਆ ਜਾਂਦੇ ਆ ਪਾਵਰਫੁੱਲ ਫੋਨ ਨਹੀਂ ਉਹ ਤੇ ਮੈਂ ਉਹੀ ਦਸੀ ਜਾਂਦਾ ਤੇ ਉਹੀ ਵੀ ਸਿਸਟਮ ਅਸੀਂ ਤਾਂ ਚਲੋ ਇੰਡੀਪੈਂਡੈਂਟ ਆ ਅਸੀਂ মিডিਆ ਵੀ ਨਹੀਂ ਹੈਗੇ ਮੇਰਾ ਆਬਦਸ਼ ਹੋਆ ਮੈਨੂੰ ਕਿਸੇ ਦਾ ਫਿਕਰ ਵੀ ਨਹੀਂ ਪਰ ਜਦੋਂ ਆਪਾਂ ਡਰਦੇ ਆਂ ਪਰਿਵਾਰ ਤੋਂ ਫੈਮਿਲੀ ਤੋਂ ਵੀ ਜੇ ਮੀਡੀਆ ਦੀ ਆਵਾਜ਼ ਨਹੀਂ ਅਸੀਂ ਵੀ ਚੱਕਰ ਨੂੰ ਤਿਆਰ ਆ ਜੇ ਕੋਈ ਹੌਸਲਾ ਦੇਵੇ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਖਿੱਚ ਕੇ ਰੱਖੋ ਕਿਉਂਕਿ ਅੱਜ ਦੀ ਪਾਵਰ ਇਹੀ ਆ ਭਾਜੀ ਮੀਡੀਆ ਬਸ ਇਹ ਅਸੀਂ ਵਰਤ ਨਹੀਂ ਅਸੀਂ ਵਰਤ ਹੀ ਨਹੀਂ ਰਹੇ ਹਾਂ ਹੈਨਾ ਹੁ ਜੇ ਯੁੱਧ ਦੀ ਗੱਲ ਕਰਦੇ ਆ ਪਿੱਛੇ ਜੇ ਆਮ ਤੌਰ ਤੇ ਹਰ ਬੰਦਾ ਕਹਿੰਦਾ ਯਾਰ ਪ੍ਰਵਾਸ ਪ੍ਰਵਾਸ ਯਾਰ ਮੁੰਡੇ ਪ੍ਰਵਾਸ ਹੋਈ ਜਾਂਦੇ ਆ ਮੁੰਡੇ ਬਾਹਰ ਜਾਈ ਜਾਂਦੇ ਆ ਬਾਹਰ ਜਾਈ ਜਾਂਦੇ ਆ ਉਹ ਜਾਣਨਾ ਤੇ ਕੀ ਕਰਨਿਆ ਹੂੰ ਅਜੂ ਬਿਹਾਰ ਦੇ ਵਿੱਚੋਂ ਇੱਕ ਬੰਦਾ ਹਾਂਜੀ 400 ਰੁਪਏ ਟਿਕਟ ਲੈਂਦਾ 500 ਦੀ ਉਥੋਂ ਬਹਿੰਦਾ ਵਾ ਪਟਨੇ ਤੋਂ ਜਾਂ ਜਿੱਥੋਂ ਵੀ ਯੂਪੀ ਤੋਂ ਬੰਗੇ ਤੋਂ ਹੂੰ ਟ੍ਰੇਨ ਫੜਦਾ ਵਾ ਰਾਤ ਨੂੰ 9-10 ਵਜੇ ਲੁਧਿਆਣੇ ਉੱਤਰ ਜਾਂਦਾ ਆ ਕੇ ਹੂੰ ਜਦੋਂ ਉੱਤਰਦਾ ਸਵੇਰੇ ਉੱਤਰਦੇ ਕੰਮ ਉਹਦਾ ਰੈਡੀ ਖੜਾ ਉਹਨੇ ਡੱਬਾ ਲੈਣਾ ਰੋਟੀ ਵਾਲਾ ਤੇ ਚੌਂਕ ਤੇ ਖਲੋ ਜਾਣਾ ਜਾ ਕੇ ਠੀਕ ਆ ਸਹੀ ਉੱਥੇ ਖੜੇ ਕੋ ਹਣਾ ਚੌਂਕ ਦੇ ਵਿੱਚ ਸਾਡੇ ਜਿਹਨੂੰ ਆਪਾਂ ਆਪਣੇ ਮਤਲਬ ਐਸਸੀ ਭਾਈਚਾਰੇ ਦੇ ਲੋਕ ਆਪਾਂ ਜਿਹਨਾਂ ਨੂੰ ਕਹਿੰਦੇ ਆਪਾਂ ਉਹ ਉੱਥੇ ਖੜੇ ਵਿਚਾਰੇ ਉਹਨੂੰ 800 ਰੁਪਏ ਦਿਹਾੜੀ ਮਿਲਦੀ ਆ ਉਹ 800 ਚ ਖੁਸ਼ ਨੇ ਉਹ 800 ਰੁਪਏ ਦਿਹਾੜੀ ਚ ਬੜੇ ਖੁਸ਼ ਨੇ ਵੀ ਯਾਰ ਚੱਲ ਠੀਕ ਆ 200 ਹੈ ਆਪਣੇ ਦੇ ਖਰਚ ਨੇ 600 ਰੁਪਏ ਸ਼ਾਮ ਨੂੰ ਘਰ ਜਾ ਕੇ ਫਰਾਇਦ ਲੈ ਵੀ ਕੁੜੀਏ ਯਾਲ ਵੀ ਭਗਵਾਨ ਨੇ ਘਰ ਚਲਾ ਜਦੋਂ 800 ਰੁਪਏ ਲੈਣ ਵਾਲੇ ਬੰਦੇ ਦੇ ਉੱਤੇ ਇੱਕ ਬੰਦਾ ਆ ਕੇ ਖਲੋੜੂ ਜਿਹੜਾ ਕਹਿੰਗਾ ਬਾਊ ਜੀ 300 ਲੈ ਲੂੰਗਾ ਲੈ ਚਲੋ ਉਨਾ ਵਸ 300 ਹੀ ਬੜਾ ਬਹੁਤ ਆ 300 ਹੀ ਬੜਾ ਵਾ ਹੂੰ ਹੂੰ ਭਾਵੇਂ ਆਪਾਂ ਉਹਨਾਂ ਨੂੰ ਸਮਾਜ ਕਹਿੰਦਾ ਵਾ ਪ੍ਰਮਾਤਮਾ ਨੇ ਕੋਈ ਕੋਈ ਭੇਦ ਭਾਵ ਨਹੀਂ ਰੱਖਿਆ ਉਹਨਾਂ ਦੇ ਵਿੱਚ ਪ੍ਰਮਾਤਮਾ ਨੇ ਇਨਸਾਨ ਹੀ ਬਣਾਇਆ ਵਾ ਹੂੰ ਜਾਤੀ ਇਹ ਉਹ ਸਭ ਇੱਥੇ ਬਣਿਆ ਵਾ ਉਹ ਹੈਗੀ ਨਾ ਭਾਈ ਨਨ ਨਾਮਦੇਵ ਜੀ ਦਾ ਕਿ ਸਲੋਕ ਹੈ ਪਤਾ ਨਹੀਂ ਕਿਹੜਾ ਉਹ ਕਹਿੰਦੇ ਵੀ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ ਵੀ ਜੇ ਤੂੰ ਸਮਝਦਾ ਤੂੰ ਬ੍ਰਾਹਮਣ ਹੈ ਤੂੰ ਉੱਚੀ ਕੋਲ ਚ ਜਨਮ ਲਿਆ ਵਾ ਤੇ ਤੂੰ ਮੇਰੇ ਵਾਂਗੂ ਮਾਂ ਦੀ ਕੂਖ ਰੋ ਜਨਮ ਕਿਉਂ ਲਿਆ ਵਾ ਮੈਂ ਵੀ ਤਾਂ ਉੱਥੇ ਜਨਮ ਲਿਆ ਹੂੰ ਫਗਤ ਨਾਮਦੇਵ ਜੀ ਦੀ ਲਿਖਿਆ ਬਾਣੀ ਹੈ ਵੀ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਿਸ ਤੂੰ ਦੁਨੀਆਂ ਚ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ ਤੂੰ ਕਿਸੇ ਦਰਖਤ ਨਾਲ ਕਿਉਂ ਨਹੀਂ ਲੱਗਾ ਤੂੰ ਕਿਸੇ ਕਮਲ ਦੇ ਫੁੱਲ ਚੋਂ ਕਿਉਂ ਨਹੀਂ ਨਿਕਲਿਆ ਹੂੰ ਜਦੋਂ ਤੂੰ ਆਇਆ ਇਸ ਮਾਰਤ ਲੋਕ ਚ ਆਉਣ ਦਾ ਜਰੀਆ ਹੀ ਇੱਕ ਆ ਆਪਣਾ ਮਾਂ ਦੀ ਕੋਖ ਤੇ ਫੇਰ ਤੇਰੇ ਮੇਰੇ ਚ ਫਰਕ ਕਿੱਥੋਂ ਹੋ ਗਿਆ ਇਹ ਆਪਾਂ ਫਰਕ ਬਣਾ ਲਏ ਉਹ ਉਹੀ ਬੰਦੇ ਨੇ ਜਿਹੜੇ ਸਾਡੇ ਨਾਲ ਨਾਜ਼ਰਾ ਅਹਿਮਦ ਸ਼ਾਹ ਅਬਦਾਲੀਆ ਨਾਲ ਲੜਦੇ ਰਹੇ ਉਹਨਾਂ ਚ ਵੀ ਉਹੀ ਖੂਨ ਆ ਹੂੰ ਜਿਹੜਾ ਆਪਾਂ ਕਹੀ ਕਿ ਕਿਸੇ ਉੱਚੇ ਵਰਗ ਚ ਖੂਨ ਆ ਉਹੀ ਖੂਨ ਉਹਨਾਂ ਚ ਆ ਉਹ ਜਾਤੀਵਾਦ ਅਸੀਂ ਬਣਾ ਲਿਆ ਆ ਉਹ 800 ਰੁਪਇਆ ਕੱਟ ਕੇ 300 ਦੇ ਕੰਮ ਨਹੀਂ ਕਰਨਗੇ ਜੇ ਅਸੀਂ ਨਹੀਂ ਨਾ ਕਰਾਂਗੇ ਉਹ ਵੀ ਨਹੀਂ ਕਰਦਗੇ ਉਹ ਵਿਹਲੇ ਬਹਿ ਜਾਣਗੇ ਘਰ ਜਾ ਕੇ ਪਰ ਟੁੱਟਣਗੇ ਨਹੀਂ ਹੁਣ ਹੋ ਕੀ ਰਿਹਾ ਵਾਂ ਨਾ ਅਸੀਂ ਜੰਮੂ ਚ ਜ਼ਮੀਨ ਲੈ ਸਕਦੇ ਜਾ ਕੇ ਅਸੀਂ ਨਹੀਂ ਲੈ ਸਕਦਾ ਨਾ ਅਸੀਂ ਹਿਮਾਚਲ ਚ ਨਾ ਅਸੀਂ ਰਾਜਸਥਾਨ ਚ ਲੈ ਸਕਦੇ ਜ਼ਮੀਨ ਉਹ ਆ ਕੋਵੜ ਤੋਂ ਬਾਅਦ 60 ਲੱਖ ਬੰਦਾ ਪਹਾੜ ਤੋਂ ਉੱਤਰ ਆਇਆ 60 62 ਲੱਖ ਬੰਦਾ ਅੱਜ ਜਿੱਥੇ ਬੈਠੇ ਆਪਾਂ ਕਿਤੇ ਘੁੰਮ ਕੇ ਵੇਖ ਲੋ ਤੁਹਾਨੂੰ ਸਿਰਫ ਹਿਮਾਚਲੀ ਬੰਦਾ ਦਿਖੂਗਾ ਖੂਬ ਗਿਆ ਭਾਈ हिमाਚਲੀ ਦਿਖੂਗਾ ਜਾਂ ਜੰਮੂ ਕਸ਼ਮੀਰ ਤੋਂ ਹੂੰ ਹੂੰ ਉਹਨਾਂ ਦਾ ਉੱਤਰ ਦੇ ਇੱਥੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬਣ ਜਾਂਦਾ ਅਸੀਂ ਪੈੜੀ ਲੈਣੀ ਹੋਵੇ ਜਾ ਕੇ ਉੱਥੇ ਅਸੀਂ ਪ੍ਰਾਪਰਟੀ ਲੈਣੀ ਹੋਵੇ ਨਹੀਂ ਨਹੀਂ ਆ ਪੰਜੌਰ ਤੋਂ ਗਾ ਨਹੀਂ ਸਾਨੂੰ ਲੈਣ ਦਿੰਦੇ 1 ਫੁੱਟ ਥਾਂ ਨਹੀਂ ਲੈ ਸਕਦੇ ਅਸੀਂ ਉਹ ਕਿਉਂ ਲੈ ਸਕਦੇ ਫਿਰ ਆ ਕੇ ਬਈ ਉੱtre ਆਏ ਇੱਥੇ ਕਿ ਰਹਿਣ ਤੇ ਨਹੀਂ ਆਏ ਉਹ ਕੀ ਕਰਨਾ ਹੈ ਇੱਥੇ ਨੌਕਰੀ ਕਰਨ ਨੌਕਰੀ ਕਿਹਦੀ ਖਾ ਰਹੇ ਆ ਪੰਜਾਬ ਦੇ ਮੁੰਡਿਆਂ ਦੀ ਆਉਣ ਜੀ ਸੱਦ ਕੇ ਅਸੀਂ ਵੀ ਜਾਣੇ ਆਉਣ ਕਦੋਂ ਰੋਕਦੇ ਆਉਣ ਇੱਥੇ ਪਰ ਸਾਨੂੰ ਵੀ ਤੇ ਕੋਟਾ ਖੋਲੋ ਉਧਰ ਦਾ ਫਿਰ ਹੂੰ ਸਾਡਾ ਵੀ ਤੇ ਕੋਟਾ ਖੋਲੋ ਬੇਹੀ ਵੀ ਜੰਮੂ ਜਾ ਕੇ ਜੋ ਮਰਜ਼ੀ ਕਰੀਏ ਅਸੀਂ ਵੀ ਸੇਬਾਂ ਦੇ ਬਾਗ ਲਾਈਏ ਖੂਬ ਭਾਈ ਇਹ ਕਿੱਥੇ ਜਾਊ ਪੰਜਾਬੀ ਮੁੰਡਾ ਇੰਜੀਨੀਅਰਿੰਗ ਕਰਕੇ ਜੌਬਸ ਕਿਉਂ ਕੌਣ ਕਰ ਰਿਹਾ ਕੋਈ ਹਿਮਾਚਲ ਤੋਂ ਕੋਈ ਰਾਜਸਥਾਨ ਤੋਂ ਕੋਈ ਕਿਤੇੋਂ ਤੁਸੀਂ ਮੇਰੀ ਗੱਲ ਸਮਝ ਗਏ ਅੱਜ 12 13 ਜਿੱਦ ਨਹੀਂ ਕਾਲਜ ਬੰਦ ਹੋ ਗਏ ਪੰਜਾਬ ਦੇ ਕਿੱਥੇ ਜਾਊਗਾ ਤੁਸੀਂ ਕਿਸੇ ਨੂੰ ਪੁੱਛ ਰਹੇ ਹੋ ਵੀ ਯਾਰ ਐਮਏ ਕਰਨੀ ਕਿਹਦੀ ਕਰ ਰਹੇ ਆ ਕੋਈ ਆ ਮੈਂ ਇੰਗਲਿਸ਼ ਦੀ ਕਰ ਰਿਹਾ ਮੈਂ ਫਰਾਂਸ ਦੀ ਤੁਹਾਨੂੰ 100 ਦੇ ਵਿੱਚੋਂ 2 ਜਾਂ 3 ਬੱਚੇ ਮਿਲ ਜਿਹੜੇ ਕਹਿੰਦੇ ਕਿ ਮੈਂ ਪੰਜਾਬੀ ਦੀ ਐਮਏ ਕਰ ਰਿਹਾ ਆ ਆਉਣ ਵਾਲੇ 10 ਸਾਲਾਂ ਸਾਡੇ ਕੋਲ ਕੋਈ ਆਪਣਾ ਆਈਐਸ ਆਈਪੀਐਸ ਨਹੀਂ ਹੋਣਾ ਪੰਜਾਬ ਦੇ ਵਿੱਚ ਸਭ ਬਾਹਰੋਂ ਮੈਂ ਉਹ ਵੀ ਕਹਿੰਦੇ ਕਿ ਚੱਕਰ ਕੀ ਪੰਜਾਬੀ ਬੰਦਾ ਮਿਹਨਤੀ ਆ ਇੱਥੋਂ ਜਾਂਦੇ ਆ ਇੱਥੋਂ ਗੁਜਰਾਤੀ ਵੀ ਜਾਂਦੇ ਆ ਬਿਹਾਰ ਤੋਂ ਵੀ ਜਾਂਦੇ ਆ ਯੂਪੀ ਤੋਂ ਵੀ ਹਿਮਾਚਲ ਤੋਂ ਜੰਮੂ ਸਭ ਜਗ੍ਹਾ ਤੋਂ ਜਾਂਦੇ ਆ ਬਾਹਰ ਜਾ ਕੇ ਕਾਮਯਾਬ ਕੌਣ ਗੱਲ ਕੀ ਦੀ ਹੁੰਦੀ ਆ ਪੰਜਾਬੀਆਂ ਦੀ ਹੂੰ ਉੱਥੇ ਵੀ ਹਾਲ ਇਹੀ ਹੈ ਇਹਨਾਂ ਦਾ ਉੱਥੇ ਵੀ ਮੈਂ ਆਸਟ੍ਰੇਲੀਆ ਰਹਿਣਾ ਮੈਂ ਵੇਖਿਆ ਕਹਿੰਦਾ ਮੈਂ ਗੋਰਾ ਕੁੱਟਣਾ ਵਾਂ ਮੈਨੇਜਰ ਹੂੰ ਨਾਲ ਦੇ ਕਹਿਣਗੇ ਤੇਰਾ ਟਰੱਕ ਦਾ ਟਰੱਕ ਨੂੰ ਅੱਗ ਲਾ ਦੂੰਦਾ ਮੈਂ ਪਰ ਗੋਰਾ ਕੁੱਟਣਾ ਮੈਂ ਬੋਲਿਆ ਕਿਦਾਂ ਇਹ ਉਹ ਇਹ ਆ ਆਣਖਾਂਕ ਇਹਨੂੰ ਆਣਖ ਕਹਿੰਦੇ ਆ ਇਹ ਆਣਖ ਬੂਟਿਆਂ ਨੂੰ ਨਹੀਂ ਲੱਗਦੀ ਜਾਂ ਕਿਸੇ ਕੋਈ ਫਸਲ ਨਹੀਂ ਉੱਗਦੀ ਯਾ ਪੈੜੀ ਚ ਨਹੀਂ ਜੰਮਦੀ ਯਾ ਬਾਗਾਂ ਚ ਫਰੂਟ ਨਹੀਂ ਲੱਗਦਾ ਅਣਖਦਾ ਜੇ ਕਿਤੇ ਲੱਗਦਾ ਹੁੰਦਾ ਨਾ ਤਾਂ ਜਿੰਨੇ ਅਮੀਰ ਘਰਾਣੇ ਇਹ ਇਹ ਅਣਖ ਨੂੰ ਇਕੱਠੀ ਕਰਕੇ ਕੋਲਡ ਸਟੋਰਾਂ ਚ ਬੰਦ ਕਰ ਲੈਂਦੇ ਗਣਕ ਸਾਡੇ ਕੋਲ ਇਹ ਤੋਲ ਕੇ ਦਿੰਦੇ ਮੈਂ ਜਾਣਾ ਵਿਆਹ ਤੇ ਮੈਂ ਜਾਣਾ ਮੈਂ ਯਾਰ ਮੈਂ ਚੱਲਿਆ ਮੜ ਜਾ ਵਿਆਹ ਤੇ ਸੰਡੂ ਮੇਰਾ ਜਿਹੜਾ ਨਾ ਪਿਛਲੀ ਵਾਰ ਅਣਖ ਬੜੀ ਸੀ ਉਹਦੇ ਚ ਆ ਆ 500 ਦੇ ਅਣਖਦਾਈ ਮਾਰੀ ਸੀ ਮੈਂ ਵੀ ਪਾਵਾਂ ਵਿੱਚ ਮੈਂ ਵੀ ਟੀਕਾ ਲਾਵਾਂ ਕਿਤੇ ਜੇ ਅਣਖ ਹੁੰਦੀ ਅਣਖ ਅਣਖ ਪੈਦਾ ਹੁੰਦੀ ਆ ਹਮ ਇੱਥੇ ਅੰਦਰ ਉਹਦੇ ਅੰਦਰ ਪੈਦਾ ਹੁੰਦੀ ਆ ਜਿਹਦੇ ਅੰਦਰ ਅਣਖ ਦਾ ਬੂਟਾ ਹੋਵੇ ਜੇ ਅਣਖ ਦੀ ਗੱਲ ਅਸਲ ਚ ਵੇਖਣੀ ਹੋਵੇ ਨਾ ਮੈਂ ਪਿੱਛੇ ਜੇ ਵੀ ਸੁਣਾਈ ਸੀ ਇੱਕ ਜਗ੍ਹਾ ਥਾਲੇ ਇੰਟਰਵਿਊ ਲੰਮੀ ਤਾਂ ਨਹੀਂ ਹੋਗੀ ਨਹੀਂ ਨਹੀਂ ਭਾਜੀ ਜ਼ਰੂਰੀ ਆ ਗੱਲਾਂ ਹੋਣੀਆਂ ਚਾਹੀਦੀਆਂ ਇਹ ਅਣਖ ਜਿਹੜੀ ਆ ਨਾ ਅਣਖ ਪੰਜਾਬੀ ਚ ਬੰਦੇ ਚ ਕਿਉਂ ਅਣਖ ਆ ਉਹ ਇਸ ਕਰਕੇ ਆ ਕਿ ਜਦੋਂ ਵੀ ਕੋਈ ਹਮਲਾਵਰ ਆਇਆ ਮੈਂ ਜਦਾਂ ਦੱਸਿਆ ਵੀ 2060 ਤੋਂ ਲੈ ਕੇ ਤੇ 1700 1800 ਕੇ 1785 ਤੱਕ ਹਮਲਾਵਰ ਆਉਂਦੇ ਰਹੇ ਉਹਨਾਂ ਨਾਲ ਹੀ ਇਹ ਸੀਗੇ ਜਿਸ ਜਿੱਥੇ ਬੈਠੇ ਆਪਾਂ ਇੱਥੋਂ ਲੈ ਕੇ ਤੇ ਤੁਸੀਂ ਮੁਲਤਾਨ ਪਸ਼ੌਰ ਲਾ ਲਓ ਇਹ ਇਹੋ ਹੀ ਸੀ ਲੜਨ ਵਾਲੇ ਆਉਂਦਿਆਂ ਵੀ ਲੜਦੇ ਸੀ ਜਾਂਦਿਆਂ ਵੀ ਲੜਦੇ ਸੀ ਆਉਂਦਿਆਂ ਤਾਂ ਲੜਦੇ ਸੀ ਵੀ ਰੁਕ ਜਾਓ ਨਾ ਵੜੋ ਸਾਡੇ ਵਾਲੇ ਪਾਸੇ ਜਾਂਦਿਆਂ ਤਾਂ ਲੜਦੇ ਸੀ ਵੀ ਕੁੜੀਆਂ ਬਨ ਕੇ ਲੈ ਕੇ ਚੱਲੇ ਆ ਵੀ ਕੁੜੀਆਂ ਨਹੀਂ ਜਾਣ ਦੇਣੀ ਇਸ ਮੁਲਖ ਦੀ ਜਿੱਦ ਅਸੀਂ ਬਾਹਰ ਜਾ ਕੇ ਟਕੇ ਟਕੇ ਨੂੰ ਵੇਚਣੀਆਂ ਅਸੀਂ ਉਹਨਾਂ ਦਾ ਖੂਨ ਆ ਤੁਸੀਂ ਉਹਨਾਂ ਦਾ ਖੂਨ ਹੋ ਜਦੋਂ 1700 ਬੰਦਾ ਸਿੰਘ ਬਹਾਦਰ ਦੇ ਮਰਨ ਤੋਂ ਬਾਅਦ 1715 ਚ ਬੰਦਾ ਸਿੰਘ ਬਹਾਦਰ ਮਰਿਆ ਚੀਤ ਕੀਤਾ ਉਹਨੂੰ ਉਹ ਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਵੀ ਜਿਹੜਾ ਵੀ ਇੱਕ ਸਿੱਖ ਦਾ ਸਿਰ ਵੱਢ ਕੇ ਲਿਆਊਗਾ ਉਹਨੂੰ 80 ਮੋਹਰਾਂ ਦਿੱਤੀਆਂ ਜਾਣਗੀਆਂ ਹਾਂਜੀ ਤੇ ਜਿਹੜਾ ਜਿੰਦਾ ਫੜ ਲਿਆਊਗਾ ਉਹਨੂੰ ਤੇ ਮੂੰਹ ਮੰਗਿਆ ਨਾਮ ਤੇ ਜਿਹੜਾ ਸਿੱਖ ਦੀ ਦਾਸੀ ਪਾ ਦੂਗਾ ਵੀ ਉੱਥੇ ਰਹਿੰਦਾ ਜੇ ਉੱਥੇ ਲੁਕਿਆ ਹੋ ਉਹਨੂੰ 25 ਮੋਹਰਾਂ ਨਾਮ ਮੇਰੀ ਗੱਲ ਸਮਝੇ ਹੂੰ ਜਿਹੜੀ ਸੇ ਕਮਿਊਨਿਟੀ ਉਹਨਾਂ ਜੰਗਲਾਂ ਦਾ ਰੋਕ ਕਰ ਲਿਆ ਛੱਡ ਕੇ ਜੰਗਲਾਂ ਨੂੰ ਚਲੇ ਗਏ ਉੱਥੇ ਜਾਂਦੇ ਬਿਮਾਰੀਆਂ ਨਾਲ ਮਰ ਗਏ ਜਾਂ ਭੁੱਖ ਨਾਲ ਮਰ ਗਏ ਜਾਂ ਜਾਨਵਰਾਂ ਨੇ ਮਾਰਤੇ ਜਾਂ ਮੁਗਲਾਂ ਨੇ ਮਾਰਤੇ ਪੰਮੀ ਕਮਿਊਨਿਟੀ ਬਚੇ ਕੌਣ ਬਚੇ ਉਹ ਜਿਹੜੇ ਹਰ ਹਾਲਾਤ ਨਾਲ ਟੱਕਰ ਲੈਣ ਨੂੰ ਤਿਆਰ ਸੀਗੇ ਵੀ ਆਓ ਕਿਹੜਾ ਆਉਂਦਾ ਬਿਮਾਰੀ ਆਉਂਦੀ ਆ ਜਾ ਜਾਨਵਰ ਆ ਕੇ ਆ ਜਾ ਮੁਗਲ ਆਏ ਆ ਜਾ ਭੁੱਖਾ ਹੀ ਆ ਜਾ ਦਰਖਤਾਂ ਦੇ ਛੱਲਾਂ ਤੇ ਪੱਤੇ ਹੀ ਖਾਈ ਗਏ ਉੱਥੇ ਬੈਠੇ ਜੰਗਲਾਂ 'ਚ 1739 ਤੋਂ ਬਾਅਦ ਉਹ ਦੁਬਾਰਾ ਆਏ ਇਥੇ ਜਦੋਂ ਜ਼ਕਰੀਆ ਖਾਨ ਐਲਾਨ ਕਰਦਾ ਕਿ ਖਤਮ ਕਰਦੇ ਮੈਂ ਸਾਰੇ ਫੇਰ ਉੱਠ ਕੇ ਬੋਲਤਾ ਸਿੰਘ ਅਰਜਾ ਸਿੰਘ ਅਰਗੇ ਨਾਕਾ ਲਾ ਕੇ ਸੁੱਖਾ ਸਿੰਘ ਮਤਾਬ ਸਿੰਘ ਅਰਗੇ ਜਿਨ੍ਹਾਂ ਮੱਸੀ ਰੰਗੜ ਦਾ ਸਿਰ ਵੱਢਿਆ ਆ ਕੇ ਉਹ ਉਥੇ ਉਹ ਵਾਪਸ ਆਏ ਉਹਨਾਂ ਪਰਿਵਾਰ ਵਸਾਏ ਅਸੀਂ ਉਹਨਾਂ ਦੀ ਬਲੱਡ ਲਾਈਨ ਚੋਂ ਕਿਤੇ ਦਿਨੋਂ ਕਿਤੇ ਗਾਂ ਤੋਂ ਗਾਂ ਅਸੀਂ ਉਹਨਾਂ ਸਿੰਘਾਂ ਦੀ ਬਲੱਡ ਲਾਈਨ ਚੋਂ ਆ ਜਿਹੜੇ ਮਤਲਬ ਹਰ ਹਾਲਾਤ ਨਾਲ ਟੱਕਰ ਲੈ ਕੇ ਨਿਕਲ ਆਏ ਸੀਗੇ ਜੀਰਨੂ ਮੌਤ ਨਹੀਂ ਮਾਰ ਸਕੀ ਜਾਨਵਰ ਨਹੀਂ ਮਾਰ ਸਕੇ ਮੁਗਲ ਨਹੀਂ ਮਾਰ ਸਕੇ ਅਸੀਂ ਉਹਨਾਂ ਦੀ ਉਹ ਜੀਨਸ ਸਾਡੇ ਅੰਦਰ ਨੇ ਜਿੰਨੇ ਵੀ ਪੰਜਾਬੀ ਆ ਉਹਨਾਂ ਨੇ ਆ ਕੇ ਘਰ ਬਸਾਇਆ ਦੁਬਾਰਾ ਅਸੀਂ ਉਹਨਾਂ ਦੀ ਬਲੱਡ ਲਾਈਨ ਚੋਂ ਆ ਤੇ ਹਿਸਟਰੀ ਕਹਿੰਦੀ ਹੈ ਕਿ ਜੀਨਸ ਨੂੰ ਬਦਲ ਜੀਨ ਜਿਹੜੇ ਨੇ ਨਾ ਜੇ ਅੱਜ ਮੇਰੇ ਮੈਨੂੰ ਐਕਸਪੋਜ਼ ਕਰੋ ਡਾਇਬੀਟਿਕ ਹੈ ਡਾਇਬੀਟਿਸ ਹੈ ਤੇ ਇਟ ਮੀਨਸ ਕਿ ਮੇਰੇ ਪਰਿਵਾਰ ਦੇ ਵਿੱਚ 2 300 400 ਸਾਲ ਪਹਿਲਾਂ ਵੀ ਕਿਸੇ ਡਾਇਬੀਟਿਸ ਰਹੀ ਹੋਣੀ ਆ ਉਹ ਜੀਨਸ ਅਜੇ ਤੁਰੇ ਆਉਂਦੇ ਆ ਹਾਂਜੀ ਚਾਰ 450 ਤੋਂ 700 ਸਾਲ ਲੱਗਦਾ ਜੀਨਸ ਨੂੰ ਬਦਲਣ ਵਾਸਤੇ ਜੀਨਸ ਕਨਵਰਟ ਹੋਣ ਵਾਸਤੇ ਹਾਂਜੀ ਤੇ ਇਹ ਤੇ ਗੱਲ ਹੀ ਹਜੇ 200 ਸਾਲ ਪੁਰਾਣੀ ਹੈ ਹੂੰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਹੈ ਇਹ ਤੇ ਗੱਲ ਹੀ 1739 ਦੀ ਹੈ 2300 ਸਾਲ ਪੁਰਾਣੀ ਹੈ ਇਹ ਤੇ ਗੱਲ ਬਹੁਤ ਹੀ ਪੁਰਾਣੀ ਨਹੀਂ ਸੋ ਮੇਰੀ ਗੱਲ ਸਮਝੀ ਤੁਸੀਂ ਮੁੱਤਾ ਆ ਆ ਉਹ ਬੰਦੇ ਇੱਥੇ ਕਿਸੇ ਪੂਰਬੀਅਤ ਥੱਲੇ ਕੰਮ ਨਹੀਂ ਕਰਨਗੇ ਜਿਹੜੇ ਗੋਰਿਆਂ ਦੀ ਨਹੀਂ ਮੰਨਦੇ ਉੱਥੇ ਜਾ ਕੇ ਹੂੰ ਅੱਜ ਵੇਖਿਆ ਜਾਵੇ ਉਹਨਾਂ ਮੁਲਕਾਂ ਦੇ ਵਿੱਚ ਅੰਪਾਇਰ ਖੜੇ ਕੀਤੇ ਪਏ ਗੋਰਿਆਂ ਕੋ ਘਰ ਨਹੀਂ ਰਹਿਣ ਵਾਸਤੇ ਹਾਂਜੀ ਉਹ ਜਿਹੜੇ ਸ਼ੈਲਟਰ ਹੁੰਦੇ ਉਹਨਾਂ ਦੇ ਬਾਹਰ ਡੱਬੇ ਲਾ ਕੇ ਖੜੇ ਹੁੰਦੇ ਆ ਅੱਜ ਆ ਸਾਨੂੰ ਗਿਵ ਮੀ ਫਰਮ ਫੂਡ ਤੇ ਸਾਨੂੰ ਕੋਈ ਕਾਟੇਜ ਦਾ ਘਰ ਦੇ ਦਿਓ ਤੇ ਸਾਡਿਆਂ ਨੇ 8 8 ਬੈੱਡਰੂਮ ਹਰ ਘਰ ਪਾਏ ਹੋਏ ਆ ਹੂੰ 8 800 900 ਹਜ਼ਾਰ ਹਜ਼ਾਰ ਕਿਲਾ ਪੈਲੀ ਆ ਉੱਥੇ ਇਹਨਾਂ ਦੀ ਇਹ ਕੀ ਆ ਜੇ ਉੱਥੇ ਕਾਮਯਾਬ ਹੋਗੇ ਇੱਥੇ ਕਾਮਯਾਬ ਨਹੀਂ ਹੋ ਸਕਦੇ ਪਰ ਕਾਮਯਾਬ ਹੋਣ ਨਹੀਂ ਦੇਣਾ ਚਾਹੁੰਦੇ ਸਰਕਾਰਾਂ ਨਹੀਂ ਸਾਥ ਦਿੰਦੀਆਂ ਪ੍ਰੋਬਲਮ ਸਭ ਤੋਂ ਵੱਡੀ ਆ ਆ ਹੌਣ ਭਾਜੀ ਵੋਟਾਂ ਆ ਰਹੀਆਂ ਨੇ ਤੇ ਮੈਂ ਚਲੋ ਤੁਹਾਨੂੰ ਹੀ ਪੁੱਛਦਾ ਵਾਂ ਵੀ ਕਿੱਦਾਂ ਦਾ ਸਿਸਟਮ ਬਣਨਾ ਚਾਹੀਦਾ ਤੁਸੀਂ ਜੇ ਹੋਵੋ ਕਿਹੜੇ 2-3 ਸਿਸਟਮ ਇਹਦੇ ਚੇਂਜ ਕਰ ਦੋ ਦੇਖੋ ਸਭ ਤੋਂ ਜਿਹੜਾ ਪਹਿਲੀ ਗੱਲ ਜਿਹੜੀ ਸਭ ਤੋਂ ਫਰਸਟ ਗੱਲ ਮੈਂ ਜੇ ਮੈਨੂੰ ਕਿਤੇ ਬਾਜ਼ਾਰਤ ਮਿਲੇ ਹੂੰ ਪਹਿਲੀ ਗੱਲ ਤੇ ਮੈਂ ਪੰਜਾਬੀ ਲਾਜ਼ਮੀ ਕਰੂੰਗਾ ਜੇ ਸਾਡੀ ਮਾਂ ਹੀ ਮਰ ਗਈ ਸਹੀ ਗੱਲ ਜਿਹਦੇ ਕਰਕੇ ਸਾਡੀ ਹੁੰਦ ਆ ਹੂੰ ਫੇਰ ਕੀ ਕਰਨਗੇ ਪਿੱਛੇ ਲੜਦੇ ਵੀ ਰਹੇ ਆਪਣੇ ਭਰਾ ਉਹ ਉਹ ਗਲਤ ਲੜਾਈ ਤੇ ਅੱਜ ਦੀ ਨਹੀਂ ਲੜਾਈ ਤੇ ਕਦੋਂ ਦੀ ਚੱਲਣ ਰਹੀ ਆ ਲੜਾਈ ਤੇ ਸ਼ੁਰੂ ਤੋਂ ਚੱਲਣ ਦੀ 47 ਤੋਂ ਬਾਅਦ ਤੋਂ ਸ਼ੁਰੂ ਹੋ ਗਈ ਆ ਪਰ ਗੱਲ ਇਹ ਆ ਕਿ ਜਿਹੜੇ ਬਜ਼ਾਰਤ ਦੇ ਉੱਤੇ ਬਹਿ ਰਹੇ ਨੇ ਉਹ ਕਰ ਕੀ ਰਹੇ ਆ ਉਹ ਕੀ ਕਰਨ ਦੇ ਨੇ ਇੱਕ ਨੰਬਰ 2 ਪੰਜਾਬ ਦਾ ਪਾਣੀ ਸਾਡਾ ਪਹਿਲਾਂ ਪਾਣੀ ਪੂਰਾ ਤੇ ਹੋ ਜੇ ਪਹਿਲਾਂ ਅਸੀਂ ਆਪਣੀ ਜ਼ਮੀਨ ਦਾ ਪਾਣੀ ਮਕਾਈ ਜਾਂਦੇ ਆ ਜਦ ਕਿ ਸਾਡੇ ਕੋਲ ਸੋਮਾ ਨੇਚਰਲ ਸੋਮਾ ਸਾਡੇ ਕੋਲ ਹਾਂਜੀ ਨੇਚਰਲ ਸੋਮਾ ਅੱਜ ਸਾਡੇ ਕੋਲ ਪੰਜ ਦਰਿਆ ਸੀ ਛੇਵਾਂ ਸਿੰਧ ਸੀ ਇੰਡਸ ਰਿਵਰ ਜੀ ਨੂੰ ਕਹਿੰਦੇ ਆ ਹਾਂਜੀ ਠੀਕ ਹੈ ਜੀ ਉੱਥੋਂ ਤੱਕ ਪੰਜਾਬ ਸੀ ਕੀਤਾ ਕੀ ਦਿੱਲੀ ਦੇ ਵਿੱਚ ਇੱਕ ਬੰਦ ਕਮਰੇ ਦੇ ਵਿੱਚ ਬਹਿ ਕੇ ਕਿਸੇ ਬੰਦੇ ਨੇ ਹੱਥ ਤੇ ਸਹਾਰ ਫੜ ਕੇ ਤੇ ਸ਼ਰਾਬ ਦਾ ਗਲਾਸ ਫੜ ਕੇ ਲੀ ਖਿੱਚਤੀ ਇਧਰ ਪਾਉਂ ਨਹੀਂ ਕਹਿੰਦਾ ਇਧਰ ਨਾ ਪਾਓ ਥੋੜਾ ਇਧਰ ਕਰ ਦੋ ਓਕੇ ਸਰ ਇਧਰ ਕਿਸੇ ਨੇ ਪੁੱਛਿਆ ਆ ਕੇ ਵੀ ਤੁਸੀਂ ਵੱਖ ਹੋਣਾ ਕਿਸ ਨੇ ਪੁੱਛਿਆ ਗ੍ਰੀਨ ਰੈਗੂਲੇਸ਼ਨ ਟਾਈਮ ਉਹ ਲਈ ਗੱਲ ਕਰਦੇ ਹਾਂ ਜਦੋਂ ਮੈਂ 47 ਦੀ ਗੱਲ ਕਰਦਾ 47 ਦੀ ਅੱਛਾ ਦੀ ਗੱਲ ਕਰਦਾ ਹੂੰ ਜਦੋਂ ਇੱਕ ਕਮਰੇ ਦੇ ਵਿੱਚ ਜਿੰਨਾ ਮਹਮਦ ਅਲੀ ਜੀ ਨਾ ਗਾਂਧੀ ਨਹਿਰੂ ਪਟੇਲ ਤੇ ਵਾਇਸ ਰాయ ਜਿਹੜਾ ਸੀਗਾ ਮਾਉਂਟ ਬੈਟਨ ਹਾਂਜੀ ਇਹ ਕਮਰੇ 'ਚ ਖੜੇ ਜਦੋਂ ਲੀਕ ਵੱਜ ਰਹੀ ਆ ਵੀ ਪਾਰਟੀਸ਼ਨ ਹੋਣਾ ਚ ਪਾਰਟੀਸ਼ਨ ਹੋਣਾ ਫਿਰ ਯਾਰ ਜਾਂ ਤੇ ਪੂਰਾ ਪੰਜਾਬ ਦੇ ਦਿਓ ਉਧਰ ਹੀ ਹੂੰ ਜਾਂ ਤੇ ਸਾਰਾ ਹੀ ਪੰਜਾਬ ਦੇ ਦਿਓ ਉਧਰ ਹੂੰ ਲੀਕ ਵਿੱਚ ਕੁਮਾਰਨ ਹੈ ਜੇ ਤੁਸੀਂ ਕਿਤੇ ਹੋਰ ਲੀਕ ਵੱਜੀ ਜੰਮੂ ਕਸ਼ਮੀਰ ਚ ਲੀਕ ਵੱਜੀ ਨਹੀਂ ਵੱਜੀ ਹੂੰ ਰਾਜਸਥਾਨ ਲੀਕ ਵੱਜੀ ਨਹੀਂ ਵੱਜੀ ਥੱਲੇ ਲੀਕ ਵੱਜੀ ਉੱਥੇ ਗਜ਼ਰਾਤ ਚ ਨਹੀਂ ਵੱਜੀ ਲੀ ਕਿੱਥੇ ਵੱਜੀ ਆ ਪੰਜਾਬ ਚ ਪੰਜਾਬ ਚ ਵੱਜੀ ਡਿਵਾਈਡੈਂਡ ਰੂਲ ਵੰਡ ਦੋ ਫਿਰ ਦੇ ਦਿੰਦੇ ਉਦੋਂ ਤੋਂ ਤੁਸੀਂ ਦਿੱਲੀ ਤੱਕ ਪੰਜਾਬ ਸੀਗਾ ਪੰਜਾਬ ਕਿੱਥੋਂ ਤੱਕ ਸੀਗਾ ਹੂੰ ਪਾਣੀ ਪਾਤ ਤੋਂ ਗਾਂਹ ਤੱਕ ਪੰਜਾਬ ਸੀਗਾ ਫਿਰ ਦੇ ਦਿੰਦੇ ਪੂਰੇ ਪੰਜਾਬ ਉਧਰ ਦੇ ਦਿੰਦੇ ਨਾ ਉਦੋਂ ਮੈਂ ਦਿੱਤਾ ਕਿਉਂ ਨਹੀਂ ਦਿੱਤਾ ਕਿ ਸਾਲਾ ਬਾਰਡਰ ਨਾਲ ਲੱਗ ਜਾਣਾ ਕਿ ਹੂੰ ਇਹਨਾਂ ਦੂਜੇ ਦਿਨ ਢਾ ਲੈਣਾ ਪਤਾ ਤੇ ਸੀਗਾ ਸੁਭਾ ਦਾ ਕਿ ਕਿਹੋ ਜਿਹਾ ਸੁਭਾ ਦੇ ਨੇ ਦੋ ਕਮਾ ਇੱਕ ਪਠਾਨ ਤੇ ਇੱਕ ਸਿੰਘ ਹੂੰ ਇਹ ਕਹਿੋ ਜੇ ਨੇ ਜਿਹੜੇ ਜਿਹਨੂੰ ਝੋਟਾ ਆਉਂਦਾ ਦੇਖ ਜਾਵੇ ਨਾ ਭੱਜਦੇ ਨੇ ਝੋਟੇ ਵਾਲ ਨੂੰ ਭੱਜਦੇ ਆ ਵੀ ਤੂੰ ਆਇਆ ਕਿੱਦਾਂ ਸਾਡੇ ਵਾਲੇ ਸਿੰਘਾਂ ਤੋਂ ਫੜਨਗੇ ਜਾ ਕੇ ਉਹਨੂੰ ਇਹ ਪਠਾਨ ਪਖਤੂਨ ਅਫਗਾਨ ਤੇ ਜਿਹੜੇ ਸਿੱਖ ਨੇ ਇਹ ਕਹਿ ਹੋਰੀ ਕਮਿਊਨਿਟੀ ਆ ਜਿਹੜੇ ਮਸੀਬਤ ਨੂੰ ਵੇਖ ਕੇ ਭੱਜਦੇ ਨਹੀਂ ਮਸੀਬਤਾਂ ਨੂੰ ਉਹ ਲੈਂਦੇ ਆ ਵੀ ਤੂੰ ਆਈ ਕਿੱਦਾਂ ਉਦੋਂ ਦੇ ਦਿੰਦੇ ਫਿਰ ਨਾ ਅੰਮ੍ਰਿਤਸਰ ਤੇ ਕੋਈ ਬਾਡਰ ਮਾਰਿਆ ਜਾ ਕੇ ਟਾਰੀ ਤੇ ਵਾਗੇ ਤੇ ਕਿਉਂ ਬਾਡਰ ਮਾਰਿਆ ਫਿਰ ਪੂਰਾ ਦਿਨ ਦੇ ਪੰਜਾਬ ਉਧਰ ਜਾਣ ਦੋ ਆ ਸਾਨੂੰ ਉਧਰ ਹੀ ਭੇਜ ਦਿੰਦੇ ਉਦੋਂ ਵੀ ਵੀ ਡਰ ਸੀ ਵੀ ਸਾਲਾ ਦਿੱਲੀ ਦੇ ਨਾਲ ਬਾਡਰ ਲਾਜਣਾ ਇਹਨਾਂ ਦੂਜੇ ਦਿਨਾਂ ਕਿ ਢਾ ਲੈਣਾ ਸਾਨੂੰ ਵਿਚ ਫਸਾਤਾ ਵੀ ਆਪਸ ਵਿੱਚ ਹੀ ਕਰੀ ਜਾਂਦੇ ਵਿਚ ਫਸਾਤਾ ਵੀ ਜਦੋਂ ਹਮਲਾ ਹੋਵੇ 400 ਕਿਲੋਮੀਟਰ ਦੂਰ ਬਾਡਰ ਹੋਵੇ ਪਹਿਲਾਂ ਇਹ ਲੜਨ ਆਪਸ ਚ ਆਪਸ ਰਾਖੇ ਬਣਾ ਕੇ ਖੜੇ ਕਰ ਲਿਆ ਸਾਨੂੰ ਤੇ ਸਾਡੇ ਲੀਡਰ ਦਿਮਾਗੋਂ ਪੈਦਲ ਜਿਨ੍ਹਾਂ ਨੇ ਸਮਝੌਤੇ ਤੇ ਕਰਤੀ ਤੁਹਾਨੂੰ ਪਤਾ ਹੀ ਨਹੀਂ ਆ ਜਦੋਂ ਗੋਰੇ ਨੇ ਟੇਕਓਵਰ ਕੀਤਾ ਨਾ ਜਦੋਂ ਗੋਰੇ ਨੇ 17 1800 47 ਦੇ ਵਿੱਚ ਪੰਜਾਬ ਟੇਕਓਵਰ ਕੀਤਾ 46 ਚ ਆਈ ਥਿੰਕ 46 ਦੇ ਵਿੱਚ ਟੇਕਓਵਰ ਕੀਤਾ ਜਦੋਂ ਆ ਕੇ ਗੋਰੇ ਨੇ ਉਹਨੇ ਟ੍ਰੀਟੀ ਕੀਤੀ ਆ ਇੱਕ ਸੰਧੀ ਹੋਈ ਆ ਹੂੰ ਦੋ ਸੰਧੀਆਂ ਹੋਈਆਂ ਪੰਜਾਬ ਦੀਆਂ ਇੱਕ ਹੋਈ ਰੋਪੜਨਹਿਰ ਦੇ ਕੰਢੇ ਤੇ ਹੈੱਡ ਤੇ ਇਦੋਂ ਉੱਪਰ ਦਰਿਆ ਟੱਪੋਂਗੇ ਨਾ ਤੁਸੀਂ ਪੁਰਾਣਾ ਪੁਲ ਉੱਪਰ ਇੱਕ ਨਿਸ਼ਾਨ ਸਾਹਿਬ ਲੱਗਾ ਜਿੱਤੇ ਲਿਖਿਆ ਅਕਾਲ ਸਹਾਇ ਉਹ ਰਣਜੀਤ ਸਿੰਘ ਦਾ ਇਲਾਕਾ ਉੱਥੇ ਤੱਕ ਸੀਗਾ ਉੱਥੇ ਸੰਧੀ ਹੋਈ ਆ ਹਾਥੀਆਂ ਤੇ ਬਹਿ ਕੇ ਕਿ ਰਣਜੀਤ ਸਿੰਘ ਸਤਲੁਜ ਦੇ ਇਧਰ ਨਹੀਂ ਆਊਗਾ ਤੇ ਗੋਰੀ ਸਰਕਾਰ ਬ੍ਰਿਟਿਸ਼ ਆਰਮੀ ਸਤਲੁਜ ਦੇ ਉਧਰ ਨਹੀਂ ਜਾਊਗੀ ਗੋਰਿਆਂ ਸੰਧੀ ਕਰ ਲਈ ਵੀ ਜੇ ਤੁਰ ਪਿਆ ਇਦਨੂੰ ਇਹਦੇ ਸਾਰਾ ਹਿੰਦੁਸਤਾਨ ਲੈ ਜਾਣਾ ਉਹ ਟ੍ਰੀਟੀ ਟੁੱਟੀ ਕਿੱਥੇ ਡੋਗਰਿਆਂ ਨੇ ਤੋਰੀ ਤੋੜੀਓ ਤੇਜਾ ਸਿੰਘ ਤੇ ਲਾਲ ਸਿੰਘ ਨੇ ਗੁਲਾਬ ਸਿੰਘ ਦੇ ਮੁੰਡੇ ਸੀ ਉਹਨਾਂ ਤੋੜੀ ਸਭਰਾਮਾ ਦੇ ਵਿੱਚ ਸਿੱਖ ਫੌਜ ਨੂੰ ਦਰਿਆ ਟਪਾ ਕੇ ਦੂਸਰੇ ਪਾਸੇ ਲੜਨ ਲੈ ਗਏ ਤੇ ਤਖਤ ਉੱਤੇ ਕੌਣ ਬੈਠਾ ਦਲੀਪ ਸਿੰਘ 8 ਸਾਲ ਦਾ ਬੱਚਾ 7 ਸਾਲ ਦਾ 6 ਸਾਲ ਦਾ 6-7 ਸਾਲ ਦਾ ਤੁਸੀਂ ਮੇਰੀ ਗੱਲ ਸਮਝੇ ਜਦੋਂ ਗੋਰਿਆਂ ਨੇ ਇਸ ਹਰਜਾਨੇ ਵੱਜੋਂ ਪੰਜਾਬ ਲੈ ਕੇ ਤੁਸੀਂ ਸਾਡੀ ਟੈਰਿਟਰੀ ਜਾ ਕੇ ਲੜਿਓ ਸਾਡੇ ਨਾਲ ਹੂੰ ਸਮਝੌਤਾ ਬ੍ਰੇਕ ਕੀਤਾ ਜਾਣ ਬੁੱਝ ਕੇ ਡੋਗ ਰਿਆ ਨੇ ਜਦੋਂ ਗਏ ਉਹਨਾਂ ਨੇ ਹਰਜਾਨੇ ਵਿੱਚੋਂ 100 ਸਾਲ ਵਾਸਤੇ ਪੰਜਾਬ ਲੈ ਲਿਆ ਹਰਜਾਨੇ ਵਿੱਚੋਂ ਵੀ 100 ਸਾਲ ਇੱਥੇ ਦੀ ਬੱਚਾ ਵਾ ਅਸੀਂ ਇਹਦੀ ਕਿਦਾਂ ਛਾਂਸੀ ਦੇ ਹੋਇਆ ਸੀ ਮੁੰਡੇ ਨਾਲ ਵੀ ਛੋਟਾ ਬੱਚਾ ਅਸੀਂ ਸੰਭਾਂਗੇ ਹੂੰ ਵੀ ਇਹ 8 ਸਾਲ ਦਾ 7 ਸਾਲ ਦਾ ਇਹਦੀ ਅਸੀਂ ਸੰਭਾਂਗੇ 40 ਰੁਪਏ ਅਸੀਂ ਲਾਵਾਂਗੇ 60 ਰੁਪਏ ਲਾਹੌਰ ਦਰਬਾਰ ਲਾਊਗਾ ਕੁਝ ਮਹੀਨਿਆਂ ਬਾਅਦ 60 ਰੁਪਏ ਉਹਨਾਂ ਦੇ ਹੋਗੇ 40 ਰੁਪਏ ਸਾਡੇ ਹੋਗੇ ਵਿੱਚੋਂ ਕਰਦੇ 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 ਜਿੰਦਾਂ ਨੂੰ ਕੱਟਤਾ ਸਾਰੇ ਕੱਢ ਤੇ ਉਹਨੂੰ ਦਲੀਪ ਸਿੰਘ ਨੇ ਉੱਥੇ ਭੇਜਤਾ ਪੰਜਾਬ ਦੇਖਓਵਰ ਕਰ ਲਿਆ ਇੱਕ ਸਮਝੌਤੇ ਦੇ ਅਧੀਨ ਇੱਕ ਸੰਧੀ ਦੇ ਟ੍ਰੀਟੀ ਦੇ ਅਧੀਨ ਅਸੀਂ 100 ਸਾਲ ਦੀ ਪੰਜਾਬ ਲਿਆ ਸੀਗਾ ਜਦੋਂ 1746 ਦੇ ਵਿੱਚ ਉਹ ਟ੍ਰੀਟੀ ਟੁੱਟੀ 100 ਸਾਲ ਬਾਅਦ ਟੁੱਟਣੀ ਸੀ ਹਾਂਜੀ ਜਦੋਂ ਟੁੱਟੀ ਤੇ 15 ਜੂਨ ਜੂਨ ਜੁਲਾਈ ਅਗਸਤ 15 ਜੂਨ 1947 ਨੂੰ ਵਾਇਸ ਰాయ ਨੇ ਜਿਹੜਾ ਸੀਗਾ ਲਾਊਟ ਮਾਊਂਟ ਬੈਕਟਨ ਜਿਹੜਾ ਸੀਗਾ ਉਹਨੇ ਇੱਕ ਟ੍ਰੀਟੀ ਤੋੜੀ ਜਦੋਂ ਨਾ ਤੇ ਇਹ ਜਿਹਨੂੰ ਆਪਾਂ ਇੰਡੀਆ ਕਹਿੰਨੇ ਨਾ ਅੱਜ ਇਹਦੇ 615 ਮੁਲਕ ਬਣ ਗਏ ਸੀ ਉਦੋਂ 615 ਮੁਲਕ ਜਿਹੜੇ ਰਾਜ ਦੀ ਵਿਆਸਤ ਜਿੱਤੀ ਉਹਦਾਂ ਟ੍ਰੀਟੀ ਕਰ ਲਈ ਉਹਨੇ ਸਾਰੇ ਰਾਸਤਾ ਆਜ਼ਾਦ ਕਰਤੀਆਂ ਹੂੰ 2 ਮਹੀਨੇ ਰਹਿ ਗਏ ਸੀ ਆਜ਼ਾਦੀ ਮਿਲਣ ਨੂੰ 15 ਅਗਸਤ ਨੂੰ ਆਜ਼ਾਦੀ ਮਿਲਲੀ ਸੀ 1947 ਨੂੰ ਹਾਂਜੀ 15 ਅਗਸਤ ਨੂੰ ਜਿੱਦਣ ਸਾਡਾ ਮੁਲਕ ਆਜ਼ਾਦ ਹੋਇਆ ਉਦੋਂ ਪਤਾ ਕਿੰਨੇ ਹਿੱਸੇ ਹੋਏ ਇਸ ਮੁਲਕ ਦੇ 7 ਸੱਤ ਕੰਟਰੀਆਂ ਬਣੀਆਂ ਕਿਸੇ ਨੂੰ ਪਤਾ ਹੀ ਨਹੀਂ ਸੱਤ ਕਿਵੇਂ ਭਾਜੀ ਪਪਾਲ ਸਟੇਟ ਠੀਕ ਆ ਹైదరాబాద్ ਹੂੰ ਗੁਜਰਾਤ ਦੇ ਲਾਗੇ ਇੱਕ ਸਟੇਟ ਸੀ ਮੈਨੂੰ ਨਾਮ ਭੁੱਲ ਗਿਆ ਉਹਦਾ ਉਹ ਇੰਡੀਆ ਪਾਕਿਸਤਾਨ ਜੰਮੂ ਕਸ਼ਮੀਰ ਇੱਕ ਹੋਰ ਸੀ ਸੱਤ ਕੇ ਅੱਠ ਮੁਲਕ ਬਣੇ ਨੇ ਇਹ 48 ਦੇ ਵਿੱਚ ਜਾ ਕੇ ਇਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਅਟੈਕ ਕੀਤਾ ਹైదరాబాద్ ਤੇ ਤੇ ਅਟੈਕ ਕਰ ਕਰਕੇ ਕਪਣ ਨਾਲ ਜੁੜਿਆ ਤਾਂ ਜੁੜਿਆ ਸਾਡਾ ਕੋਈ ਲੀਡਰ ਨਹੀਂ ਸੀ ਮੰਗਣ ਵਾਲਾ ਵੀ ਸਾਡਾ ਤੇ ਆਪਣਾ ਖੇਤਾ ਵਾ ਅਸੀਂ ਤੇ ਆ ਅਸੀਂ ਤੇ ਸਾਡੀ ਸਾਡਾ ਤੇ ਆਪਣਾ ਪੰਜਾਬ ਇੱਕ ਸਟੇਟ ਆ ਹੁਣ ਤੁਸੀਂ ਸ਼ਾ ਮੁਹੰਮਦ ਬੜੋ ਉਹ ਲਿਖਦਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਜਿਹੜੀ ਸਭਰਾਵਾਂ ਦੀ ਜੰਗ ਆ ਨਾ ਉਹ ਲਿਖਦਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਹੂੰ ਉਹ ਜੰਗਨਾਮਾ ਲਿਖਦਾ ਜੰਗਨਾਮਾ ਕਿਤਾਬ ਆ ਉਹ ਪੰਜਾਬ ਨੂੰ ਇੱਕ ਮੁਲਕ ਲਿਖਦਾ ਵਾ ਏਸ਼ੀਆ ਪੈਸੀਫਿਕ ਦੀ ਸੈਕੰਡ ਬਿਗੇਸਟ ਐਨਮੀ ਏਸ਼ੀਆ ਪਹਿਲੀ ਰਸ਼ੀਆ ਦੀ ਸੈਕੰਡ ਬਿਗੇਸਟ ਐਨਮੀ ਸਵਾ ਲੱਖ ਫੌਜੀ ਇਹਦੇ ਕੋਲ ਨਜੀਦ ਸਿੰਘ ਦੇ ਕੋਲ ਇਹਦੀ ਮਰਨ ਗੱਲ ਉਹੀ ਕਿ ਕਮ ਲੀਡਰਲੈਸ ਹੋ ਗਈ ਇਹ ਗੱਲਾਂ ਕਰੂ ਕੌਣ ਇਹ ਗੱਲਾਂ ਦੱਸੂ ਕੌਣ ਕਿ ਅਸੀਂ ਤੇ ਗੁਲਾਮ ਹੈ ਹੀ ਨਹੀਂ ਸੀਗੇ ਮੈਂ ਕੱਲ ਇੱਕ ਇੱਕ ਮੈਂ ਰੀਲ ਪਾਈ ਆ ਕਿ ਜ਼ਰੂਰੀ ਇਹ ਨਹੀਂ ਕਿ ਸਾਨੂੰ ਆਜ਼ਾਦੀ ਮਿਲੀ ਕਿਦਾਂ ਹੂੰ ਇਹ ਜਾਣਨਾ ਜ਼ਰੂਰੀ ਨਹੀਂ ਸਾਨੂੰ ਕਿ ਅਸੀਂ ਆਜ਼ਾਦ ਕਿੱਦਾਂ ਹੋਏ ਆਂ ਸਾਲਾ ਜਾਣਨਾ ਜ਼ਰੂਰੀ ਇਹ ਸੀ ਗੁਲਾਮ ਕਿੱਦਾਂ ਹੋਏ ਸੀਗੇ ਸਾਨੂੰ ਗੁਲਾਮ ਕਿਹਨੇ ਬਣਾਇਆ ਇਦਾਂ ਐਮਪਾਇਰ 1 ਰੁਪਿਆ 33 ਰੁਪਏ ਬਣਦੇ ਇੰਗਲੈਂਡ ਦੇ ਅੱਧੀ ਦੁਨੀਆ ਦੇ ਰਾਜ ਜਿਹਦਾ ਭਾਜੀ ਐਨੀ ਨੌਲੇਜ ਆ ਤੁਹਾਡੇ ਕੋਲ ਆਪਾਂ ਫਿਲਮ ਨਹੀਂ ਬਣਾ ਸਕਦੇ ਪਰ ਤੁਸੀਂ ਸਮਾਂ ਕੱਢਣਾ ਇੱਕ ਮਹਾਰਾਜਾ ਰਣਜੀਤ ਸਿੰਘ ਤੇ ਮੈਂ ਪ੍ਰੋਪਰ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਮਰ ਮੇਰਾ ਫੇਵਰਟ ਟੌਪਿਕ ਆ ਹਾਂ ਕਿਉਂਕਿ ਫਿਲਮ ਬਣਾਉਣਾ ਇੱਕ ਬਹੁਤ ਚੀਜ਼ਾਂ ਇੱਕ ਇਤਿਹਾਸ ਤੇ ਫਿਲਮ ਬਣਾਉਣੀ ਲੇਕਿਨ ਤੁਹਾਡੇ ਕੋਲ ਇਨੀ ਨੋਲੇਜ ਹੈ ਮੈਨੂੰ ਐ ਉਹੀ ਇੰਟਰਨੈਟ ਹੈਗਾ ਵਧੀਆ ਆਡੀਅנס ਹੈਗੀ ਮੈਨੂੰ ਲੱਗਦਾ ਇੱਕ ਨਹੀਂ ਡੈਫੀਨਿਟਲੀ ਇਦਾਂ ਦੇ ਐਪੀਸੋਡ ਬਣਦੇ ਚੁੱਕੇ ਬਹੁਤ ਬੰਦੇ ਮੈਂ ਦੱਸਦਾ ਇਹ ਇਨੀ ਕਿ ਨਹੀਂ ਕਿ ਮੈਂ ਕਈ ਸੱਜਣ ਮਿੱਤਰਾਂ ਦੇ ਪੋਡਕਾਸਟ ਤੇ ਗਿਆ ਵਾਂ ਮੈਨੂੰ ਕਈ ਫੋਨ ਆਏ ਇਹਨਾਂ ਪੋਡਕਾਸਟ ਸੁਣ ਕੇ ਵੀ ਸਰਦਾਰ ਜੀ ਪਾਸਪੋਰਟ ਭੇਜੋ ਤੁਹਾਡਾ ਵੀਜ਼ਾ ਲਵਾਉਣਾ ਵਾ ਸਾਡੇ ਕੋਲ ਆ ਕੇ ਇੱਥੇ ਦਾ ਸਾਨੂੰ 20 ਦਿਨ ਦਾ ਸੈਸ਼ਨ ਦੇ ਕੇ ਜਾਓ ਇਤਿਹਾਸ ਤੇ ਹੁਣ ਮੈਨੂੰ ਆ ਲੱਗਦਾ ਯਾਰ ਮੇਰਾ ਮੇਰਾ ਵਿਸ਼ਾ ਨਹੀਂ ਹੈ ਇਹ ਕਥਾਵਾਚਕ ਜਿਹੜੇ ਸਾਡੇ ਕੌਮ ਦੇ ਬਹੁਤ ਸਨਮਾਨਯੋਗ ਸਾਰੇ ਜਿਹੜੇ ਜਿਹੜੇ ਮਹਾਰਾਜ ਦੀ ਦਰਬਾਰ ਚ ਬੈਠੇ ਨੇ ਚਾਹੇ ਉਹ ਰਾਗੀ ਆ ਢਾਡੀ ਆ ਕਥਾਵਾਚਕ ਨੇ ਗੁਰੂ ਘਰ ਦੇ ਵਜ਼ੀਰ ਨੇ ਹਾਂ ਉਹਨਾਂ ਦਾ ਬਣਦਾ ਸਤਕਾਰ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਨਾਂ ਦਾ ਹੱਕ ਮਾਰਾਂ ਕਿਤੇ ਜਾ ਕੇ ਆਹ ਠੀਕ ਹੈ ਤੁਹਾਡੀ ਗੱਲ ਕਿ ਪੋਡਕਾਸਟ ਜ਼ਰੀਏ ਗੱਲ ਹੋ ਜੀਵੇ ਉਹ ਗੱਲ ਵਕਰੀ ਪਰ ਬਹੁਤ ਬਹੁਤ ਪਿਆਰ ਮਿਲਦਾ ਬਹੁਤ ਸੱਜਣ ਮਿੱਤਰ ਕਹਿੰਦੇ ਨੇ ਕਿ ਭਾਈ ਸਾਡੇ ਕੋਲ ਦੱਸ ਦਿੰਦਾ ਸਾਡੇ ਕੋਲ ਗੁਰਦਾਰਾ ਸਾਹਿਬ ਆ ਕੇ ਸਾਨੂੰ ਇਸ ਵਿਸ਼ੇ ਤੇ ਗੱਲ ਕਰੀਏ ਕਿ ਸਿੱਖ ਰਾਜ ਕੀ ਸੀਗਾ ਕਿਉਂਕਿ ਭਾਜੀ ਇਤਿਹਾਸ ਐਨਾ ਵੱਡਾ ਨਾ ਐਮੀਰਕ ਭਾਰੀ ਸੀ ਉਹਦੋਂ ਰابطਾ ਹੋਇਆ ਮੈਂ ਕਿਹਾ ਭਾਜੀ ਵੀ ਹਿੰਮਤ ਨਹੀਂ ਪੈਂਦੀ ਜਾਂ ਕਿਵੇਂ ਇਤਿਹਾਸ ਤੇ ਫਿਲਮਾਂ ਕਿਉਂ ਕਹਿੰਦਾ ਅਮਣ ਗੱਲ ਇਦਾਂ ਜਦੋਂ ਆਪਾਂ ਇਤਿਹਾਸ ਤੇ ਫਿਲਮ ਬਣਾਉਣੀ ਆ ਫਿਰ ਜ਼ਿੰਮੇਵਾਰੀਆਂ ਬਹੁਤ ਹੋ ਜਾਂਦੀਆਂ ਬਈ ਕੋਈ ਡਾਇਲੋਗ ਬੋਲਣਾ ਉਹ ਕਿਹੜਾ ਵਜਨ ਹੋਣਾ ਚਾਹੀਦਾ ਜਾਂ ਇੱਕ ਕੋਈ ਕਰੈਕਟਰ ਬਣਿਆ ਵੱਡਾ ਉਹ ਕਿੱਦਾਂ ਦਾ ਹੋਣਾ ਕਹਿੰਦੇ ਬਹੁਤ ਸਾਰੀਆਂ ਪ੍ਰੋਡਕਸ਼ਨ ਮਤਲਬ ਬਹੁਤ ਝਮੇਲਿਆਂ ਤੋਂ ਨਿਕਲਣਾ ਪੈਂਦਾ ਨਹੀਂ ਤਾਂ ਕਹਿੰਦੇ ਬਾਹੂਬਲੀ ਨਾਲੋਂ ਕਿਤੇ ਵੱਡੀ ਫਿਲਮਾਂ ਬਣਨ ਜੇ ਪੰਜਾਬ ਦੇ ਇਤਿਹਾਸ ਤੇ ਫਿਲਮਾਂ ਬਣਨ ਤੁਸੀਂ ਮੇਰੀ ਗੱਲ ਸੁਣੋ ਅਸੀਂ ਉਹ ਬੰਦੇ ਆ ਜਿਹੜੇ 30000 ਕਰੋੜ 30000 ਕਰੋੜ ਦਾ ਲੰਗਰ ਲਾਉਂਦੇ ਪੂਰੀ ਦੁਨੀਆ 'ਚ ਆਪਾਂ ਪੰਜਾਬੀ ਇੱਕ ਗਲੀ ਦੀ ਸ਼ਬੀਲ ਤੋਂ ਲੈ ਕੇ ਤੇ ਅਮਰੀਕਾ ਦੇ ਕਿਸੇ ਗੁਰਦਾਰ ਦੇ ਲੰਗਰ ਤੱਕ ਸਾਰਾ ਆਪਾਂ 올 ਓਵਰ ਦਾ ਵਰਲਡ ਇਕੱਠਾ ਕਰ ਲਈਏ ਜਿਹੜੇ ਪੰਜਾਬੀ ਬੰਦੇ ਲੰਗਰ ਲਾਉਂਦੇ ਨੇ ਹੂੰ 7-8000 ਦਾ 7-8000 ਕਰੋੜ ਦਾ ਲੰਗਰ ਨਾਲੀਆਂ 'ਚ ਰੋੜ ਦਿੰਦੇ ਨੇ ਕਦੀ ਕਿਸੇ ਕੀਰਤਨ ਦਰਬਾਰ ਤੇ ਜਾਇਓ ਹਾਂਜੀ ਜਦੋਂ ਮੁੱਕ ਜਾਂਦਾ ਮਗਰ ਵੇਖੋ ਬਚਿਆ ਕੀ ਆ ਹੂੰ ਮਲਟੋਆਂ ਦੇ ਬਲਟੋਏ ਕੜਾਆਂ ਦੇ ਕੜਾਏ ਭਰੇ ਹੁੰਦੇ ਮਿੱਟੀ ਪੁੱਟ ਕੇ ਆਪ ਦੱਬਦੇ ਰਹੇ ਸੀ ਬਗਾਓ ਜੇ ਸੀ ਵੀ ਮਾਰਿਆ ਸੁੱਟਿਆ ਉੱਪਰ ਪਾ ਦੋ ਮਿੱਟੀ ਇਹਨਾਂ ਲੰਗਰ ਸੀ ਬਰਬਾਦ ਕਰਨ ਵਾਲੇ ਅਸੀਂ ਉਹ ਕੌਮ ਆ ਜਿਹੜੇ ਇਹਨਾਂ ਲੰਗਰਾਂ ਸੀ ਐਵੇਂ ਬਰਬਾਦ ਕਰ ਦਿੰਦੇ ਆ ਤੇ ਅਸੀਂ 20 ਕਰੋੜ ਦੀ ਇੱਕ ਫਿਲਮ ਨਹੀਂ ਬਣਾ ਸਕਦੇ 20 ਕਰੋੜ 30000 ਕਰੋੜ ਦਾ ਲੰਗਰ ਤੇ 20 ਕਰੋੜ ਦੀ ਫਿਲਮ ਮੈਨੂੰ ਤਾਂ ਲੱਗਦਾ ਕਿ ਜਿਹੜੇ ਆ ਬਿਨਾਂ ਵਜ੍ਹਾ ਗੁਰਦਾਰੇ ਬਣਾਉਣ ਦੇ ਨਾ ਇਹ ਬੰਦ ਕਰ ਦੇਣੇ ਚਾਹੀਦੇ ਆ ਇਹਨਾਂ ਦੀ ਜਗ੍ਹਾ ਤੇ ਸਕੂਲ ਖੋਲੋ ਮਿਲ ਕੇ ਇੱਕ ਸਕੂਲ ਬਣੇ ਯਾਰ ਅਸੀਂ ਮੁਸਲਮ ਭਾਈਚਾਰੇ ਵਾਲਾ ਮਾਡਲ ਕਿਉਂ ਨਹੀਂ ਚੁੱਕਦੇ ਮਦਰੱਸੇ ਉਹਨਾਂ ਦੇ ਉਹ ਮਸਜਿਦ ਤੇ ਬਣਾਉਂਦੇ ਨਹੀਂ ਉਹ ਮਦਰੱਸਾ ਬਣਾਉਂਦੇ ਆ ਪੜੋ ਇੱਥੇ ਆ ਕੇ ਬੱਚਿਆਂ ਨੂੰ ਪੜਾਉਂਦੇ ਅੰਦਰ ਮਸਜਿਦ ਬਣੀ ਹੁੰਦੀ ਆ ਅਸੀਂ ਗੁਰਦਾਰੇ ਬਣਾਉਣ ਦੇ ਆ ਅਸੀਂ ਆਪਣਾ ਸਕੂਲ ਤੇ ਬਣਾਉਣ ਨਹੀਂ ਡਏ ਅਸੀਂ ਕੋ ਜਿੱਥੋਂ ਅਸੀਂ ਮੁੱਢਲੀ ਸਿੱਖਿਆ ਦਿੱਤੀ ਜਾਵੇ ਪਹਿਲ ਦੇ ਆਧਾਰ ਤੇ ਜਦੋਂ ਮੈਂ ਪੜਦਾ ਆਇਗਾ ਮੈਨੂੰ ਯਾਦਾ ਜ਼ੀਰੋ ਪੀਰੀਅਡ ਹੁੰਦਾ ਸੀ ਇੱਕ ਉਹਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਸੀ ਹਰ ਕਲਾਸ ਦੇ ਵਿੱਚ ਸਪੀਕਰ ਲੱਗਾ ਹੁੰਦਾ ਸੀ ਇੱਕ ਸਾਡੇ ਸਾਡੇ ਟਾਈਮ ਤੇ ਵੀ ਡਿਵਿਨਿਟੀ ਕਹਿੰਦੇ ਸੀ ਸੀ ਹਰ ਕਲਾਸ ਦੇ ਵਿੱਚ ਸਪੀਕਰ ਲੱਗਾ ਹੁੰਦਾ ਸੀ ਜਦੋਂ ਅਸੀਂ ਇੱਕ ਬੱਚੇ ਨੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਜਾ ਕੇ ਮੈਂ ਕਿ ਲੱਗਾ ਹੁੰਦਾ ਸੀ ਉਹਨੇ ਗੁਟਕਾ ਸਾਹਿਬ ਲੈ ਕੇ ਉੱਥੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਣਾ ਤੇ ਸਾਰੀ ਕਲਾਸ ਖੜੀ ਹੋ ਕੇ ਹੱਥ ਜੋੜ ਕੇ ਉਹ ਸੁਣਦੀ ਸੀ ਤੇ ਮਗਰ ਮਗਰ ਪੜਦੀ ਸੀ ਉਹ ਕਿਆ ਬਾਤ ਸੀ ਲੋ ਪਾਜੀ ਮੈਂ ਸੱਤ ਪੇਪਰ ਦਿੱਤੇ ਸਿੱਖ ਮਿਸ਼ਨਰੀ ਦੇ ਪਹਿਲਾਂ ਚੱਲਦੇ ਹੁੰਦੇ ਸੀ ਨਾ ਉਹ ਸਰਟੀਫਿਕੇਟ ਵੀ ਮਿਲੇ ਉਦੋਂ ਹੁਣ ਨਹੀਂ ਮੈਨੂੰ ਪਤਾ ਹੁਣ ਚੱਲਦੇ ਕਿ ਨਹੀਂ ਕੱਢ ਕੇ ਸਭ ਇਹ ਪਰਤਦਰ ਪਰਤ ਚੀਜ਼ਾਂ ਮੁੱਕਦੀਆਂ ਜਾ ਰਹੀਆਂ ਨੇ ਪਰਤਦਰ ਪਰ ਚੀਜ਼ਾਂ ਮੁੱਕਦੀਆਂ ਨੇ ਲੋਕ ਕਹਿੰਦੇ ਚਟਾ ਆ ਗਿਆ ਪੰਜਾਬ ਚ ਐ ਯਾਰ ਮੇਰਾ ਪਿੰਡ ਹੈ ਮੈਂ ਗੱਲ ਕਰਦਾ ਆਪਣੇ ਪਿੰਡ ਦੀ ਮੇਰਾ ਪਿੰਡ ਆ ਮੇਰੇ ਪਿੰਡ ਦੇ ਵਿੱਚ ਲਾ ਲਓ ਹਜ਼ਾਰ ਬੰਦਾ ਰਹਿੰਦਾ ਯਾਰ ਜੇ ਜੇ 5 7 10 ਬੰਦੇ ਚਿੱਟਾ ਪੀਂਦੇ ਆ ਸਾਰਾ ਪਿੰਡ ਅਮਲੀ ਹੋ ਗਿਆ ਹੂੰ ਬਦਨਾਮ ਕਰਨਾ ਬਸ ਐਵੇਂ ਰੌਲਾ ਹੀ ਪਾ ਦੇਣਾ ਵੀ ਪੰਜਾਬ ਚ ਤੇ ਪਤਾ ਹੀ ਨਹੀਂ ਕੀ ਆ ਜਿੰਨਾ ਚਿੱਟਾ ਬੰਬੇ ਆ ਕਿਤੇ ਹੈ ਜਿੰਨੀ ਕੋਕੀ ਅਮਰੀਕਾ ਸਾਹਮਣੇ ਮੈਂ ਸੁਣਿਆ ਨਹੀਂ ਆ ਇਹ ਕਿਤੇ ਨਹੀਂ ਆ ਇਹ ਇਸ ਕਿਤੇ ਨਹੀਂ ਆ ਜਿੰਨਾ ਉੱਥੇ ਜਿੰਨਾ ਮਿਜ਼ੁਰਮ ਦੇ ਵਿੱਚ ਆ ਹੂੰ ਜਿੰਨਾ ਉੱਥੇ ਆਉਣ ਰਿਹਾ ਇਸ ਟਾਈਮ ਉਹ ਕਿਤੇ ਘਟਾ ਤੁਸੀਂ ਯੂਪੀ ਚਲ ਜਾਓ ਕਿਤੇ ਨਸ਼ਾਕ ਥੋੜਾ ਕਿਤੇ ਤੁਸੀਂ ਬਾਕੀ 7-8 ਸਟੇਟਾਂ ਨੂੰ ਤੁਸੀਂ ਦੇਤੇ ਪੋਸਟ ਦੇ ਪੋਸਟ ਦੇ ਠੇਕੇ ਬਣਾਓ ਪੋਸਟ ਪੋਸਟ ਮਤਲਬ ਭੁੱਕੀ ਦੇ ਫੀਮ ਭੁੱਕੀ ਦੇ ਫੀਮ ਬਣਾਓ ਤੁਸੀਂ ਅਗਾਓ ਵੀ ਤੇ ਜਿਹੜੀ ਜ਼ਮੀਨ ਜ਼ਰਖੇਜ਼ ਆ ਸਾਨੂੰ ਤੁਸੀਂ ਸਾਲਾ ਝੋਨਾ ਦਿੱਤਾ ਵੀ ਤੁਸੀਂ ਝੋਨਾ ਗਾਓ ਆਪਣਾ ਪਾਣੀ ਮਕਾਓ ਉਹਨਾਂ ਸਟੇਟਾਂ ਨੂੰ ਉਹ ਫਸਲ ਤੇ ਇਹ ਫਸਲ ਦਾ ਫਰਕ ਕਿੰਨਾ ਉਹ ਦਵਾਈਆਂ ਚ ਵੜਤੀ ਜਾਂਦੀ ਆ ਅੱਜ ਜੇ ਕਿਤੇ ਸਾਡੇ ਇੱਥੇ ਪੋਸਟ ਦੇ ਬਾਗ ਹੋਣ ਸਾਡੇ ਡੋਡੇ ਲਗੇ ਹੋਣ ਸਾਡੇ ਫੀ ਮੁੱਗਦੀ ਹੋਵੇ ਇਥੇ ਜਿਹੜਾ 10 ਕਿੱਲੇ ਰੱਖੋ ਨਾ ਤੁਸੀਂ ਬਈ 10 ਕਿੱਲਿਆਂ ਵਾਲਾ ਜ਼ਿਮੀਂਦਾਰ 1 ਕਿੱਲਾ ਲਾ ਸਕਦਾ ਸਰਕਾਰ ਚੁੱਕੇ ਫਿਰ ਸਰਕਾਰ ਚੁੱਕੇ ਆ ਕੇ ਉਹਨੂੰ ਉਹਦਾ ਮਰਦਾ ਮਿਲੇ ਤਾਂ ਸਹੀ ਜੇ ਸਾਡੇ ਬੰਦਿਆਂ ਨੇ ਅਫੀਮ ਮਾੜੀ ਚੀਜ਼ ਥੋੜੀ ਆ ਕੌਣ ਕਹਿੰਦਾ ਫੀ ਮਾੜੀ ਆ ਹਮ ਗੱਲ ਹੈ ਤੁਸੀਂ ਓਵਰਡੋਜ਼ ਨਾ ਹੋਵੋ ਕੋਈ ਚੀਜ਼ ਦਾ ਆਦਤੀਆਂ ਆਦਤਾਂ ਹਮ ਅਫੀਮ ਤੇ ਇਹ ਤੇ ਭਲ ਮੁੱਢ ਤੋਂ ਦੁਰਿਆ ਆਉਂਦਾ ਕਈ ਬੰਦੇ ਅਜੇ ਮੈਂ ਬਜ਼ੁਰਗਾਂ ਨੂੰ ਇਹੋ ਜਿਹਾ ਨਹੀਂ ਜਾਣਦਾ ਕਦੇ ਵੀ ਖਾਨੇ ਆ ਸੀ ਸਾਡੀ ਪੱਕੀ ਲੱਗੀ ਆ ਸਾਨੂੰ ਕਾਰਡ ਤੇ ਮਿਲਦੀ ਮਹਾਰਾਸ਼ਟਰ ਤੋਂ ਲੈ ਕੇ ਆਉਣੇ ਸੀ ਜਾ ਕੇ ਹਾਂਜੀ ਕਾਰਡ ਬਣ ਗਈਆਂ ਗੱਲ ਉਹੀ ਆ ਵੀ ਮਤਲਬ ਇਹ ਲੋਕਾਂ ਦੇ ਦਿਮਾਗ ਚ ਚੀਜ਼ਾਂ ਕਾਢ ਹੀ ਦਿੱਤੀਆਂ ਨਹੀਂ ਆ ਰਾਜ ਦਿੱਤੀਆਂ ਵੀ ਲੋਕ ਇਸ ਪਾਸੇ ਦਿਮਾਗ ਆ ਵੀ ਨਾ ਸਿਰਫ ਯੁੱਧ ਬਾਹਰ ਦੇ ਸੋਚੇ ਵੀ ਇੱਥੇ ਸਾਡਾ ਕੁਝ ਨਹੀਂ ਬਣਦਾ ਅਸੀਂ ਬਾਹਰ ਚਲੀਏ ਅਸੀਂ ਬਾਹਰ ਚਲੀਏ ਅਸੀਂ ਬਾਹਰ ਚਲੀਏ ਆ ਸੜਕਾਂ ਸੱਤ ਸੜਕਾਂ ਆ ਗਈਆਂ ਪੰਜਾਬ ਚ 7x6 7 ਐਕਸਪ੍ਰੈਸ ਹਾਈਵੇ ਆਉਣ ਦੇ ਤੁਸੀਂ ਇਧਰੋਂ ਬਟਿੰਡੇ ਵਾਲ ਨੂੰ ਜਾਓ ਤੁਹਾਨੂੰ ਰਾਹ ਚ ਤਿੰਨ ਚਾਰ ਦੇਖਦੇ ਆ ਹਾਂਜੀ ਉਹ ਕਾਦੇ ਵਾਸਤੇ ਪਾਕਿਸਤਾਨ ਦਾ ਬਾਰਡਰ ਖੁੱਲਣਾ ਸਿਲਕ ਰੂਟ ਖੁੱਲ ਰਿਹਾ ਸਿਲਕ ਰੂਟ ਖੁੱਲ ਰਿਹਾ ਵਾ ਜਿਹੜਾ ਆ ਜਿੰਨਾ ਇਧਰੋਂ ਚੀਨ ਵਾਲੇ ਪਾਸਿਓਂ ਵਪਾਰ ਵਪੂਰ ਜਿੰਨਾ ਵਾ ਹਾਂਜੀ ਉਧਰੋਂ ਤੇ ਜਾ ਨਹੀਂ ਸਕਦੇ ਤੇ ਇਹ ਸਾਰਾ ਇਧਰੋਂ ਹੋਣਾ ਵਾਇਆ ਆ ਸਿਲਕ ਰੂਟ ਜਿਹੜਾ ਪੁਰਾਣਾ ਹੁੰਦਾ ਸੀਗਾ ਤੇ ਮੇਨ ਹੱਬ ਕਿਹੜੀ ਆ ਪੰਜਾਬ ਹੂੰ ਪੰਜਾਬ ਦੇ ਵਿੱਚ 25 ਤੋਂ 30 40% ਪੈਲੀ ਜਿਹੜੀ ਆ ਉਹ ਗੁਜਰਾਤੀਆਂ ਲੈ ਲਈ ਆ ਨਾ ਹੀ ਪੰਜਾਬੀਆਂ ਦੇ ਆ ਇਹ ਐਵੇਂ ਥੋੜੀ 2 ਕਰੋੜ ਨੂੰ ਕਿੱਦਾਂ ਵੇਚ ਗਿਆ ਇਹ ਦੇ ਪਿੱਛੇ ਇੱਕ ਇੱਕ ਗੇਮ ਆ ਸਾਰੀ ਪਰ ਸਾਡੇ ਬੰਦੇ ਸਮਝਦੇ ਹੀ ਨਹੀਂ ਕਰੀਏਗੀ ਬਸ ਅੱਜ ਤੋਂ ਜ਼ਿਆਦਾ ਨਹੀਂ ਮੈਂ ਕਹਿਣਾ 20 ਸਾਲਾਂ ਬਾਅਦ ਪੰਜਾਬ ਕਿਦਾਂ ਦਾ ਦਿਖੂਗਾ ਦੇਖੋ ਪੰਜਾਬ ਨਹੀਂ ਪੰਜਾਬ ਨਹੀਂ ਮੁੱਕਣਾ ਇਹ ਮਤ ਹੁੰਦਾ ਇਹ ਮੁੱਕਣ ਵਾਲੀ ਨਸਲ ਹੀ ਨਹੀਂ ਹੈ ਇਹ ਨਹੀਂ ਮੁੱਕਣੀ ਬਰੀਡ ਇਹਦੇ ਕਿਤੇ ਇੱਕ ਤੂਪਕਾ ਵੀ ਤੇ ਡਿੱਗਿਆ ਰਹੇਗਾ ਉੱਥੋਂ ਹੀ ਪੁੰਗ ਪੁੰਗਰ ਪੈਣਾ ਇਹਨਾਂ ਨੇ ਹੂੰ ਇਹਨਾਂ ਤੇ ਉਹ ਸਾਰਾ ਮੁੱਕ ਨਹੀਂ ਸਕਦੀ ਬਾਬੇ ਨਾਨਕ ਦੀ ਬਾਣੀ ਹੈ ਇਹ ਹਨਾ ਬਾਬੇ ਨਾਨਕ ਦੀ ਚਲਾਈ ਹੋਈ ਏ ਇਹ ਕੌਮ ਆ ਸਿੱਖ ਕੌਮ ਜੀ ਨੂੰ ਕਹਿੰਦੇ ਆ ਇਹ ਮੁੱਕਣੀ ਨਹੀਂ ਆ ਹਾਂ ਗੁੰਮਰਾਹ जरूर हो चुकी। ਘਬਰਾਤਾ ਹੋਈ ਹੋਈ ਆ ਮਨ ਲੰਦਾ। ਗੁੰਮਰਾਹ ਇੱਕ ਲੀਡਰ ਉੱਠੂਗਾ ਕੋਈ ਨਾ ਕੋਈ। ਹੂੰ ਇੱਕ ਲੀਡਰ ਉੱਠਣਾ ਆ। ਜ਼ੁਲਮ ਦੀ ਜਿਹੜੀ ਆ ਨਾ ਇੰਤਹਾ ਹੁੰਦੀ ਆ ਇੱਕ ਦਿਨ। ਜਿੰਨਾ ਮਰਜੀ ਆ। ਆਤ ਤੇ ਖੁਦਾ ਦਾ ਵੈਰ ਆ। ਕੋਈ ਨਾ ਕੋਈ ਉੱਠਣਾ ਵਾ ਸੂਰਮਾ। ਪਤਾ ਨਹੀਂ ਮਾਲਕ ਥੋੜੀ ਤੂੰ ਸੇਵਾ ਲੈ ਲੈ। ਇਹ ਉਹਦੇ ਉੱਤੇ ਆ। ਉਹ ਤੇ ਜਿੱਦੀ ਨਜ਼ਰ ਜਿੱਦੀ ਜਿਹਦੇ ਵੱਲ ਨਜ਼ਰ ਉਹਦੀ ਹੋਗੀ ਨਾ ਉਹਨੇ ਉੱਠ ਖੜੇ ਹੋਣਾ। ਜਾਣਾ ਕਿਤੇ ਨਹੀਂ ਆ। ਪਹਿਲੀ ਵਾਰ ਥੋੜੀ ਹੋ ਰਿਹਾ। ਹੂੰ ਇਹ ਫਸਟ ਟਾਈਮ ਥੋੜੀ ਆ ਹੂੰ ਅਸੀਂ ਵੇਖਿਆ ਜਾਵੇ ਤਾਂ ਅਸੀਂ ਮੂਲ ਨਿਵਾਸੀ ਥੋੜੀ ਇੱਥੋਂ ਦੇ ਹੂੰ ਆਪਾਂ ਮੂਲ ਨਿਵਾਸੀ ਇੱਥੋਂ ਦੇ ਨਹੀਂ ਆ ਐਕਚੁਅਲ ਬਰੀਡ ਆਪਣੀ ਇੱਥੋਂ ਦੀ ਨਹੀਂ ਆ ਆਪਾਂ ਕੌਣ ਆਪਾਂ ਆਪਾਂ ਯੂਰਪ ਤੋਂ ਆਏ ਹੋਏ ਆ ਆਪਣੀ ਬਲੱਡ ਲਾਈਨ ਯੂਰਪ ਤੋਂ ਆ ਅਸਲ ਵਸਨੀਕ ਨਹੀਂ ਆਪਾਂ ਇੱਥੋਂ ਦੇ ਮੈਂ ਸਮਝ ਨਹੀਂ ਪਾਰਾ ਭਾਈ ਗੱਲ ਤੁਹਾਡੀ ਆਪਾਂ ਪੰਜਾਬੀ ਜਿਹੜੇ ਆ ਨਾ ਹਾਂਜੀ ਹਾਂਜੀ ਆਪਾਂ ਪੰਜਾਬੀ ਅਸਲ ਵਸਨੀਕ ਨਹੀਂ ਇੱਥੋਂ ਦੇ ਅੱਛਾ ਜੀ ਕਿ ਤਾਂ ਆਪਾਂ ਕਹਿੰਦੇ ਬਿਹਾਰੀ ਮਹਾਰਾਸ਼ਟਰੀਨ ਉਹ ਅਸਲ ਵਸਨੀਕ ਨੇ ਹਮ ਅਸੀਂ ਇਸ ਇਲਾਕੇ ਨੂੰ ਆਬਾਦ ਕੀਤਾ ਆ ਕੇ ਜੋ ਪਿੱਛੇ ਫੈਕਟਸ ਮਿਲਦੇ ਨੇ ਹਿਸਟਰੀ ਦੇ ਵਿੱਚੋਂ ਅਸੀਂ ਯੂਰਪਨਾ ਸਾਡੇ ਜੀਨਸ ਰਲਦੇ ਆ 스ਪੈਨੀਸ਼ ਲੋਕਾਂ ਨਾਲ ਯੂਰੋਪੀਅਨਸ ਨਾਲ ਅਸੀਂ ਹਾਂ ਇੱਥੇ ਆ ਕੇ ਵਸੇ ਅਸੀਂ ਯੂਰਪ ਚ ਬੰਦੇ ਮੈਂ ਦੇਖੇ ਕਈ ਲੱਗਦੇ ਹੁੰਦੇ ਯਾਰ ਇੰਡੀਆ ਨਹੀਂ ਪਰ ਉਹ ਇੰਡੀਆ ਨਹੀਂ ਹੁੰਦੇ ਕਈ ਵਾਰ ਇਹਨੂੰ ਪ੍ਰਵਾਸ ਕਹਿੰਦੇ ਆ ਆਪਾਂ ਕਹਿੰਦੇ ਸਾਡੇ ਬੰਦੇ ਬਾਹਰ ਜਾ ਰਹੇ ਆ ਬਾਹਰ ਜਾ ਰਹੇ ਆ ਕੀ ਪਤਾ 100 ਸਾਲ ਬਾਅਦ ਕੈਨੇਡਾ ਨੂੰ ਪੰਜਾਬ ਬਣਾ ਲੈਣ ਉੱਥਾ ਚਲੋ ਲੱਗਣਾ ਮੈਂ ਸਮਝ ਗਿਆ ਮੈਂ ਦੱਸ ਇਹ ਪ੍ਰਵਾਸ ਇਹਨੂੰ ਇਹਨੂੰ ਪ੍ਰਵਾਸ ਕਹਿੰਦੇ ਆ ਹੂੰ ਪਰ ਐਨੀ ਡੰਗਾਈ ਗਾ ਤਾਂ ਸੋਚਿਆ ਹੀ ਨਹੀਂ ਭਾਜੀ ਜਿਹੜੀ ਸੋਚੀ ਤੁਸੀਂ ਪਾਤਾ ਨਹੀਂ ਸੋਚੀ ਨਹੀਂ ਮੈਂ ਪੜਿਆ ਨਾ ਮੈਂ ਵੀ ਕਿਸੇ ਨੌਲੇਜ ਲਈ ਆ ਹਾਂਜੀ ਹਾਂਜੀ ਮੈਂ ਬੁੱਕਸ ਵਿੱਚੋਂ ਫੈਕਟਸ ਪੜ੍ਹੇ ਆ ਕਿਸੇ ਵਿਦਵਾਨਾਂ ਨਾਲ ਬੈਠਿਆ ਜਿਨ੍ਹਾਂ ਨੇ ਹਿਸਟਰੀ ਤੇ ਕੰਮ ਕੀਤਾ ਕਿ ਅਸੀਂ ਕੌਣ ਆ ਅਸੀਂ ਨਹੀਂ ਆਵਾ ਪਿਓਰ ਬਲੱਡ ਨਹੀਂ ਹੈਗੇ ਅਸੀਂ ਮਿਕਸ ਬਲੱਡ ਆ ਹਾਂਜੀ ਪੰਜਾਬੀ ਬਰੀਡ ਜਿਹੜੀ ਹੈ ਨਾ ਉਹ ਪਿਓਰ ਬਲੱਡ ਨਹੀਂ ਹੈ ਅਸੀਂ ਮਿਕਸ ਆ ਸਾਡੇ ਕਈ ਕਈ ਜੀਨ ਸਾਡੇ ਚ ਮਿਕਸ ਨੇ ਕਈਆਂ ਦੇ ਵਿੱਚ ਕੋਈ ਕਿਸੇ ਕਬੀਲੇ ਤੋਂ ਕੋਈ ਕਿਸੇ ਕਬੀਲੇ ਤੋਂ ਕੋਈ ਕਿਸੇ ਕਬੀਲੇ ਤੋਂ ਕੇਵਲ ਸਿਰਫ ਐਨੀ ਗਦਾੜੀ ਹੈ ਹੂੰ ਮੇਰੀ ਦਾੜੀ ਫਕਾਨਾ ਨਾਲ ਮਿਲਦੀ ਆ ਹੂੰ ਕਿਸੇ ਦੀ ਦਾੜੀ ਤੁਰਕਾਨਾ ਨਾਲ ਮਿਲਦੀ ਆ ਕਿਸੇ ਦੀ ਮੰਗੂਲਾ ਨਾਲ ਮਿਲਦੀ ਆ ਜਿਉਂ-ਜਿਉਂ ਹਮਲਾਵਰ ਆਉਂਦੇ ਰਹੇ ਇੱਥੇ ਦੇ ਕਬੀਲੇ ਜਿਹੜੇ ਆ ਮਤਲਬ ਪਰ ਇਹ ਇਹਨੂੰ ਪ੍ਰਵਾਸ ਕਹਿੰਦੇ ਆ ਕਿ ਕੋਈ ਪ੍ਰਵਾਸੀ ਹੋ ਕੇ ਅੱਗੇ ਕਈ ਪ੍ਰਵਾਸੀ ਹੋ ਕੇ ਚਲੇ ਗਏ ਹੁਣ ਅਫਗਾਨਿਸਤਾਨ ਚ ਸਿੱਖ ਕੀ ਕਰ ਇਰਾਨ ਚ ਸਿੱਖ ਕੀ ਕਰਦੇ ਆ ਉਹ ਗਏ ਹੀ ਆ ਨਾ ਇੱਥੋਂ ਅੱਜ ਦੇ ਗਏ ਕਿਤੇ ਉਹ 2-2 3-300 ਸਾਲ 4-400 ਸਾਲ ਬਾਬੇ ਨਾਨਕ ਵੇਲੇ ਦੇ ਬੈਠੇ ਉੱਥੇ ਜਾ ਕੇ ਇਹ ਪ੍ਰਵਾਸ ਆ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬ ਦਾ ਕਿਉਂ ਪੰਜਾਬ ਪੰਜਾਬ ਹੀ ਰਹਿਣਾ ਵਾ ਅਫਗਾਨੀ ਸਿੱਖਾਂ ਬਾਰੇ ਕੁਝ ਕਹਿਣਾ ਚਾਹਉ ਕਿਉਂਕਿ ਮੈਨੂੰ ਨਾ ਬਹੁਤ ਸਾਰੇ ਕਮੈਂਟ ਆਉਂਦੇ ਆ ਮੈਨੂੰ ਨਹੀਂ ਪਤਾ ਉਹਨਾਂ ਦਾ ਇਤਿਹਾਸ ਜਾਂ ਕਿਵੇਂ ਆ ਤੁਹਾਨੂੰ ਨੋਲੇਜ ਹੈ ਉਹਨਾਂ ਬਾਰੇ ਦੇਖੋ ਮੈਂ ਜਿੱਥੇ ਜਿਹੜਾ ਫੈਕਟ ਮਿਲਦਾ ਬਾਬੇ ਨਾਨਕ ਨੇ ਜਦੋਂ ਬਾਬਾ ਨਾਨਕ ਉਧਰ ਗਿਆ ਉਹ ਕਹਿੰਦੀ ਵੀ ਉੱਥੇ ਦੇ ਜਿਹੜੇ ਜਿਹੜੇ ਵਸਨੀਕ ਸੀਗੇ ਉਹਨਾਂ ਨੂੰ ਦੋ ਜਗ੍ਹਾ ਮਿਲਦੇ ਵੀ ਉਹਨਾਂ ਨੂੰ ਉਹਨਾਂ ਨੇ ਸਿੱਖ ਬਣਾ ਉਹਨਾਂ ਬਾਬੇ ਨਾਨਕ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣ ਗਏ ਬਾਬੇ ਨਾਨਕ ਨੂੰ ਮੰਨਣ ਲੱਗੇ ਉੱਥੇ ਕੁਝ ਕਹਿੰਦੇ ਨੇ ਕਿ ਜਦੋਂ ਜਦੋਂ ਹਰੀ ਸਿੰਘ ਨੜੂਆ ਉਧਰੋਂ ਚੜ੍ਹਾਈ ਕਰਨ ਗਿਆ ਉੱਥੇ ਜਿਹੜੇ ਆ ਫੌਜ ਦੇ ਨਾਲ ਬੰਦੇ ਸੀਗੇ ਇਹ ਤਾਂ ਆਪਾਂ ਵਸਾ ਨਹੀਂ ਦਿੰਦੇ ਵੀ ਆਹ ਇਲਾਕਾ ਸਾਹਮਣਾ ਤੁਸੀਂ ਆਹ ਇਲਾਕਾ ਤੂੰ ਹੀ ਸਾਹਮਣਾ ਉਹਨਾਂ ਦੀ ਗਾਂ ਤੋਂ ਗਾਂ ਜਿੱਦਾਂ ਆਪਾਂ ਕਹਿੰਨੇ ਕਿ ਆ ਇੱਥੇ ਨਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਆਪਾਂ ਦੱਖਣੀ ਸੇ ਕਹਿ ਦਿੰਦੇ ਨਾ ਉਹ ਕਿੱਥੋਂ ਆਏ ਆ ਉਹ ਕਿੱਥੋਂ ਆਏ ਕਹਿੰਦੇ ਜੇ ਜਦੋਂ ਗੁਰੂ ਸਾਹਿਬ ਦੇ ਨਾਲ ਇਥੋਂ ਜਿਹੜੇ ਗਏ ਸੀਗੇ ਉੱਥੇ ਉਹਨਾਂ ਨੇ ਉਹ ਉੱਥੇ ਹੀ ਰਹਿ ਗਏ ਉਹਨਾਂ ਨੇ ਉੱਥੇ ਅੱਗੇ ਵੰਚ ਵਧਾਏ ਆਪਣੇ ਉਹਨਾਂ ਨੂੰ ਵੇਖ ਕੇ ਉੱਥੇ ਦੇ ਲੋਕਲ ਜਿਹੜੇ ਦਬੇ ਕੁਚਲੇ ਲੋਕ ਸੀਗੇ ਉਹਨਾਂ ਨੇ ਸਿੱਖੀ ਧਰਮ ਅਪਣਾ ਲਿਆ ਹਮ ਅੱਜ ਉਹਨਾਂ ਨੂੰ ਤੁਸੀਂ ਮਿਲੋਗੇ ਉਹ ਸਾਡੇ ਨਾਲ ਬਿਲਕੁਲ ਵੱਖਰੇ ਆ ਉਸ ਬੰਦੇ ਨੂੰ ਧੌਣ ਵੜ ਦਿੰਦੇ ਉਹਦੀ ਜਿਹੜਾ ਵਾਲ ਕਟਾ ਲੇ ਜਿਹੜਾ ਉਹਨਾਂ ਚ ਵਾਲ ਕਟਾ ਆਵੇ ਨਾ ਜਾਂਦੇ ਭੱਜ ਜਾਂਦਾ ਵਾ ਨਹੀਂ ਤੇ ਰਾਹੇ ਗਰੇ ਮਾਰ ਦਿੰਦੇ ਉਹਨੂੰ ਇੰਨਾ ਮਾੜਾ ਸਮਝਦੇ ਉਹ ਗੱਲ ਹੋਈ ਹੈ ਕਿ ਇਹ ਇਹਨੂੰ ਪ੍ਰਵਾਸੀ ਇਹ ਵੀ ਪ੍ਰਵਾਸੀ ਆ ਇਹ ਪ੍ਰਵਾਸ ਹੀ ਆ ਆਪਾਂ ਇਥੋਂ ਆਸਟ੍ਰੇਲੀਆ ਜਾ ਰਹੇ ਆ ਕਿੱਥੇ ਟਾਪੂ ਆਸਟ੍ਰੇਲੀਆ ਹਾਂਜੀ ਇਹ ਪ੍ਰਵਾਸ ਹੀ ਆ ਕੀ ਹੈ ਇੱਥੇ ਉਸ ਜਾ ਰਹੇ ਸਾਡੀ ਜਗ੍ਹਾ ਨਵੇਂ ਆ ਰਹੇ ਬੱਟ ਜਿਹੜੀ ਮੂਲ ਜੇ ਪੰਜਾਬੀ ਪੰਜਾਬੀ ਅੱਧੀ ਗੱਲ ਕਰੀ ਉਹ ਨਹੀਂ ਮੁੱਕਣੀ ਹੂੰ ਉਹ ਮੁੱਕਦੀ ਨਹੀਂ ਕਿਉਂਕਿ ਉੱਥੇ ਤੇ ਗੁਰੂ ਸਾਹਿਬ ਦੀ ਮਿਹਰ ਆ ਇਹ ਇਹ ਮੁੱਕਣੀ ਹੁੰਦੀ ਤੇ ਕਦੋਂ ਨਹੀਂ ਮੁੱਕ ਜਾਂਦੀ ਉਹ ਕਹਿੰਦੇ ਨਾ ਵੀ ਆਪਣਾ ਪਿੱਛੇ ਜੇ ਕਿਸੇ ਮੈਂ ਕਹਾਵਤ ਦਗਾਉਂਦਾ ਹੁੰਦਾ ਸੀਗਾ ਕਹਿੰਦੇ ਕਿਹੜੀ ਮਿੱਟੀ ਦੇ ਅਸੀਂ ਹਾਂ ਘੜੇ ਹੋਏ ਹੂੰ ਤੇ ਘੜਨ ਵਾਲਾ ਕੌਣ ਕਮਿਹਾਰ ਸਾਡਾ ਕਮਿਹਾਰ ਇੱਕ ਘੜਾ ਬਣਾਉਂਦਾ ਨਾ ਮਿੱਟੀ ਦਾ ਹਾਂਜੀ ਹਾਂਜੀ ਕਹਿੰਦਾ ਕਿਹੜੀ ਮਿੱਟੀ ਦੇ ਅਸੀਂ ਸਾਡੀ ਮਿੱਟੀ ਵੱਖਰੀ ਆ ਹੋਰਾਂ ਨਾਲ ਰਲਦੀ ਨਹੀਂ ਸਾਡੀ ਮਿੱਟੀ ਜਿਹੜੀ ਸਾਨੂੰ ਲੱਗਦੀ ਆ ਵੱਖਰੀ ਆ ਹੋਰਾਂ ਨਾਲ ਰਲਦੀ ਨਹੀਂ ਸਾਡੀ ਮਿੱਟੀ ਜਿਹੜੀ ਸਾਨੂੰ ਲੱਗਦੀ ਆ ਕਹਿੰਦੇ ਕਿਹੜੀ ਮਿੱਟੀ ਦੇ ਅਸੀਂ ਹਾਂ ਘੜੇ ਹੋਏ ਘੜਨ ਵਾਲਾ ਕੌਣ ਕਮਿਹਾਰ ਸਾਡਾ ਜ਼ੁਲਮ ਨਹੀਂ ਕਰਦੇ ਜ਼ੁਲਮ ਨਹੀਂ ਸਹਿੰਦੇ ਹਮ ਸੱਚਾ ਸੋਚਾ ਵਣਜ ਵਿਹਾਰ ਸਾਡਾ ਜਿਹਦਾ ਸਾਥ ਦਈਏ ਉਹਦੇ ਲਈ ਮਰ ਜਾਈਏ ਇਦਾਂ ਜਿਵੇਂ ਇੱਕ ਰਹੀ ਹਾਂ ਕਰਦੀਆਂ ਤੇਰੇ ਨਾਲ ਖੜੇ ਆ ਜ਼ਬਾਨ ਹੋ ਗਈ ਹਾਂ ਕਹਿੰਦਾ ਜਿਹਦਾ ਸਾਥ ਦੇਈਏ ਉਹਦੇ ਲਈ ਮਰ ਜਾਈਏ ਲੋਕੀ ਐਵੇਂ ਨਹੀਂ ਕਰਦੇ ਸਤਕਾਰ ਸਾਡਾ ਪਹਿਲਾਂ ਸਾਡੇ ਜਾਂ ਕੋਈ ਦੇਸ਼ ਦਾ ਬਣੇ ਦਰਦੀ ਫਿਰ ਪਰਖੇ ਕੋਈ ਦੇਸ਼ ਪਿਆਰ ਸਾਡਾ ਕੀ ਬਾਤ ਸਾਨੂੰ ਪਰਖ ਕੇ ਦੇਖੋ ਅਸੀਂ ਕੌਣ ਹਣਾ ਕਹਿੰਦੇ ਬੜਿਆਂ ਜ਼ਾਲਿਮਾਂ ਬੜਿਆਂ ਬਾਦਸ਼ਾਹਾਂ ਬੜਾ ਜ਼ੋਰ ਲਾਇਆ ਅਸੀਂ ਨਹੀਂ ਮੁੱਕੇ ਹੂੰ ਜਿਹੜੀ ਤੁਸੀਂ ਗੱਲ ਕੀਤੀ ਵੀ ਪੰਜਾਬੀ ਇਹ ਇਹ ਉਸ ਦੌਰ ਦਾ ਜਦੋਂ ਉਂਗਲਾਂ ਤੇ ਗਿਨੇ ਜਾਂਦੇ ਵੀ ਕਿੰਨੇ ਰਹਿ ਗਏ ਪੰਜਾਬੀ ਉਦੋਂ ਦੀ ਮੁੱਕੇ ਆਪਾਂ ਕਹਦਾ ਵੀ ਕਿਹੜੀ ਅ ਬੜਿਆਂ ਜ਼ਾਲਿਮਾਂ ਬੜਿਆਂ ਬਾਦਸ਼ਾਹਾਂ ਬੜਾ ਜ਼ੋਰ ਲਾਇਆ ਅਸੀਂ ਨਹੀਂ ਮੁੱਕੇ ਅੱਖਾਂ ਸਾਹਮਣੇ ਮਾਵਾਂ ਦੇ ਪੁੱਤ ਵੱਡੇ ਬੜਾ ਕਹਿਟ ਆਇਆ ਅਸੀਂ ਨਹੀਂ ਮੁੱਕੇ ਸਾਡਾ ਚਮ ਲਾ ਕੇ ਜ਼ਖਮਾਂ ਸਾੜਿਆਂ ਤੇ ਮਿਰਚਾਂ ਲੂਣ ਪਾਇਆ ਅਸੀਂ ਨਹੀਂ ਮੁੱਕੇ ਸਾਡੇ ਸਿਰਾਂ ਦਾ ਮੋਕਾਂ ਦੇ ਲੋਕਾਂ ਨੇ ਮੁੱਲ ਪਾਇਆ ਉਹ ਵੀ ਦੌਰ ਆਇਆ ਅਸੀਂ ਨਹੀਂ ਮੁੱਕੇ ਸਾਨੂੰ ਮੋਕ ਕੇ ਆਪ ਮੁਕਾਉਣ ਵਾਲੇ ਖਤਮ ਹੋ ਗਿਆ ਜੀ ਕੌਣ ਮੁਗਲੀਆਂ ਦਰਬਾਰ ਹੈ ਕੋਈ ਉਹ ਹੈ ਜ਼ਖਰੀਆ ਖਾਨਾ ਨਾਮ ਕੋਈ ਨਾਦਰ ਦਾ ਵੰਚਜ ਹੈ ਅਸੀਂ ਤੇ ਖੜੇ ਹਾਂ ਦਸਵੇਂ ਪਾਸ਼ਾ ਦੀ ਵੰਚ ਤੇ ਖੜੀ ਆ ਉਹ ਮੁੱਕ ਕੇ ਕਹਿੰਦਾ ਸਾਨੂੰ ਮੁੱਕ ਕੇ ਆਪ ਮਕਾਉਣ ਵਾਲੇ ਹੁਣ ਤੇ ਡਰਨ ਡਰਾਉਣ ਦੀ ਗੱਲ ਹੀ ਨਹੀਂ ਜਦੋਂ ਗਿਣਤੀ ਦੇ ਸਾਂ ਉਦੋਂ ਦੀ ਮੁੱਕੇ ਹੁਣ ਤੇ ਮੁੱਕਣ ਮਕਾਉਣ ਦੀ ਗੱਲ ਹੀ ਦੀ ਸ਼ਾਹ ਬਾਤ ਹੈ ਹੁਣ ਨਹੀਂ ਮੁੱਕਣਾ ਨਹੀਂ ਮੁੱਕਦਾ ਉਹ ਟਾਈਮ ਸੀ ਜਦੋਂ ਮੁੱਕ ਜਾਂਦੇ ਜਦੋਂ ਮੁਗਲ ਆਏ ਸੀ ਉਦੋਂ ਐ ਲੱਗਦਾ ਸੀ ਵੀ ਖਤਮ ਖਤਮ ਮੁਗਲ ਹੀ ਆ ਬਸ ਮੈਂ ਦੱਸ ਰਿਹਾ ਵੀ ਅੱਜ ਬਾਬਰ ਵਾਲੇ ਹੈਗੇ ਆ ਅਕਬਰ ਦੇ ਹਮਾਈਉਨ ਦੇ ਸ਼ਾਹਜਹਾਂ ਦੇ ਔਰੰਗਜ਼ੇਬ ਦੇ ਬਹਾਦਰ ਸ਼ਾਹ ਜਫਰ ਦੇ ਵੰਸ਼ੀ ਖਤਮ ਹੋ ਗਏ। ਬਾਦਰ ਦੇ ਹੈਗੇ ਕੋਈ? ਖਤਮ ਹੀ ਹੋ ਗਏ। ਕੋਈ ਐਮਨਤ ਸ਼ਾਹ ਦੇ ਨਾਂ ਲੈਣ ਵਾਲਾ ਹੈਗਾ? ਸਿਕੰਦਰ ਦਾ ਨਾਂ ਲੈਣ ਵਾਲਾ ਕੋਈ ਹੈ? ਕੋਈ ਨਹੀਂ ਆ। ਕੋਈ ਨਹੀਂ ਹੈ। 10ਵੇਂ ਪਾਦਸ਼ਾਹ ਦੀ ਜਿਹੜੀ ਚਲਾਈ ਹੋਈ ਵੰਸ਼ਾ ਦਾ ਨਾਂ ਲੈਣ ਵਾਲਾ ਕਿੰਨੇ? 1 ਕ। ਹੂੰ ਹੂੰ। 1 ਕ ਕਿ ਤੇ ਜਿਹੜਾ ਉਹਨਾਂ ਪੰਜਾਬ ਉਸੋਂ 5 ਘਟ ਪੀ ਜਾਂਦਾ ਉਹਦਾ ਬਣ ਜਾਂਦਾ। ਨਾਂ ਲੈਂਦਾ ਉਹਦਾ। ਮੈਂ ਉਹਦਾ ਪੋਤਾ। ਗੱਲ ਇਹ ਵੀ ਮੁੱਕਣ ਵਾਲੀ ਨਹੀਂ ਹੈ ਗਿਆ ਆਪਾਂ। ਹਨਾ। ਖੂਬ ਆ ਜੀ। ਸੋ ਮਤਲਬ ਤੁਹਾਡੇ ਕੋਲ ਐਨਾ ਭੰਡਾਰ ਆ ਨਾ ਮੈਨੂੰ ਐ ਮੈਂ ਜਿੰਨਾ ਕਿ ਵਿੱਚੋਂ ਕੱਢ ਲਈਏ ਤੁਪਕਾ ਵੀ ਪਹੁੰਚ ਜੇ ਨਹੀਂ ਕੋਈ ਆਪਕਾ ਫੇਰ ਕਿਸ ਦਿਨ ਬੈਨੇ ਆਪਾਂ ਜ਼ਰੂਰ ਜ਼ਰੂਰ ਬੈਨੇ ਕੁਝ ਹੈਗੇ ਹਜੇ ਸਵਾਲ ਮੇਰੇ ਪਏ ਆਪਾਂ ਚਲੋ ਇਤਿਹਾਸ ਦੀਆਂ ਗੱਲਾਂ ਕੀਤੀਆਂ ਕੁਝ ਨਿੱਜੀ ਕਿਉਂਕਿ ਇਨਸਾਨ ਦੀਆਂ ਗੱਲਾਂ ਹਾਂਜੀ ਹਾਂਜੀ ਤੇ ਤੁਸੀਂ ਉਹ ਭੁੱਲੇ ਹੋਈ ਕੀਤੀ ਉਹਦੇ ਵਿੱਚ ਨਾ ਜਦੋਂ ਤੁਹਾਡੀ ਐਂਟਰੀ ਹੁੰਦੀ ਸੀ ਹਾਂਜੀ ਉਹ ਮੈਨੂੰ ਐ ਲੱਗਦਾ ਜੀ ਤੁਸੀਂ ਤੁਹਾਡੀ ਐਂਟਰੀ ਕੋਈ ਸ਼ਕਤੀ ਆ ਪਿੱਛੇ ਬਈ ਇੱਕ ਨਾ ਬਈ ਗੌਡਜ਼ men ਰੱਬ ਦਾ ਬੰਦਾ ਕੋਈ ਹੁੰਦਾ 10 ਦਾ 20 ਇਦਾਂ ਸੋ ਮੇਰੇ ਸਪਿਰਚ ਸਪਿਰਚੁਅਲਿਟੀ ਤੇ ਵੀ ਆ ਚੀਜ਼ਾਂ ਨੇ ਇੱਥੇ ਚਾਰ ਪੰਜ ਸਵਾਲ ਨੇ ਉਹ ਫਿਲਮ ਵਿੱਚ ਵੀ ਸਵਾਲ ਸੀ ਵੀ ਕੀ ਰੱਬ ਹੈ ਅਗਰ ਰੱਬ ਹੈ ਉਹ ਕਿਹੜੀ ਜੁਨ ਵਿੱਚ ਆ ਜਾਂ ਕਿਦਾਂ ਰੱਬ ਆਪਾਂ ਫੀਲ ਕਰਦੇ ਆ ਵੀ ਪਰਮਾਤਮਾ ਹੈ ਜਾਂ ਇਹ ਕੰਦੇ ਸਾਇੰਸ ਦੀਆਂ ਚੀਜ਼ਾਂ ਜਿਵੇਂ ਸਾਇੰਸ ਆ ਯਾਰ ਇਹ ਤਾਂ ਜਨਮ ਹੋਇਆ ਮਰ ਜਾਗੇ ਚ ਕੋਈ ਕੋਈ ਏਨਰਜੀ ਨਹੀਂ ਹੈਗੀ ਤੁਹਾਡਾ ਕੀ ਆਨਸਰ ਹੈ ਦਾ ਇਹ ਨਾ ਸੇਮ ਉਹ ਗੱਲ ਹੋ ਗਈ ਜਿੱਦਾਂ ਆਪਾਂ ਕਹਿ ਲਈ ਨਾ ਵੀ ਮੰਨਣ ਦੀ ਗੱਲ ਹੂੰ ਆਪਾਂ ਕਹਿੰਦੇ ਵੀ ਜਿਹੜੀ ਹਾਰ ਜਿੱਤ ਹੈ ਨਾ ਉਹ ਮੰਨਣ ਤੇ ਆ ਹੂੰ ਜੇ ਮੰਨ ਲਿਆ ਤੇ ਹਾਰ ਹਾਂਜੀ ਜੇ ਧਾਰ ਲਿਆ ਤੇ ਜਿੱਤ ਜਦੋਂ ਬੰਦਾ ਮੰਨ ਲੈਂਦਾ ਨਾ ਤੇ ਮਤਲਬ ਹਾਰ ਗਿਆ ਕਿ ਹਾਰ ਮੰਨ ਹੀ ਲਈ ਕਿਸੇ ਨੇ ਹੂੰ ਤੇ ਜਿਹਨੇ ਧਾਰ ਲਿਆ ਕਿ ਮੈਂ ਨਹੀਂ ਹਾਰਦਾ ਤੇ ਜਿੱਤ ਪੱਕੀ ਆ ਰੱਬ ਸਿਵੇਂ ਇਦਾਂ ਹੀ ਆ ਰੱਬ ਇਸ ਵਗਦੀ ਹੋਈ ਹਵਾ ਚ ਚਲਦੇ ਪਾਣੀ ਚ ਥੋੜੇ ਚ ਮੇਰੇ ਚ ਇਹ ਰੱਬ ਹੀ ਆ ਇਹ ਰੱਬ ਹੀ ਆ ਗੱਲ ਮੰਨਣ ਦੀ ਆ ਬਸ ਰੱਬ ਦੀ ਕੋਈ ਦਿਸ਼ਾ ਕੋਈ ਆਕਾਰ ਨਹੀਂ ਹੈਗਾ ਉਹ ਤੇ ਸ੍ਰਿਸ਼ਟੀ ਨੂੰ ਚਲਾਉਂਦਿਆ ਹਿਲਦੇ ਹੋਏ ਪੱਤਿਆਂ 'ਚ ਵੀ ਰੱਬ ਹੈ ਤੁਸੀਂ ਮੇਰੀ ਗੱਲ ਸਮਝ ਜੇ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਸੀਗੀ ਕਿ ਇਹ ਦੁਨੀਆ ਇੱਕ ਤਮਾਸ਼ਾ ਹੈ ਤੇ ਖਲਕਤ ਹੈ ਤਮਾਸ਼ਾਈ ਇਹ ਬਸ ਰੱਬ ਦੀ ਡੈਫੀਨੇਸ਼ਨ ਆ ਰੱਬ ਵਕਤ ਆ ਬਸ ਵਕਤ ਹਾਂ ਜਿਹੜਾ ਜਿੱਦਾਂ ਮੰਨ ਲਵੇ ਹਮਮ ਇਸ ਮਾਈਕ ਨੂੰ ਕੋਈ ਰੱਬ ਮੰਨ ਲਵੇ ਕੋਈ ਸਾਲਗ੍ਰਾਮ ਪੱਥਰ ਨੂੰ ਰੱਬ ਮੰਨੀ ਜਾਂਦਾ। ਸਮਝੇ ਮਰੀ ਗੱਲ ਇੱਕ ਉਹ ਪੱਥਰ ਆ ਇੱਕ ਪਿਛੜੇ ਕਹਾਵਤ ਸੁਣੀ ਸੀ ਮੈਂ ਕਹਿੰਦਾ ਵੀ ਦੋ ਪੱਥਰ ਆਏ। ਇੱਕ ਪੱਥਰ ਦੇ ਉੱਤੇ ਉਹਨੇ ਛੈਣੀ ਮਾਰੀ ਤੇ 15 ਆਵਾਜ਼ ਆਈ ਵੀ ਮੈਨੂੰ ਪੀੜ ਹੁੰਦੀ ਹੈ। ਉਹਨੇ ਸਾਈਡ ਤੇ ਕਰ ਦੋ ਜਿਹਨੂੰ ਲਿਆ ਉਹਨੇ। ਉਹਨੂੰ ਦੂਜੇ ਤੇ ਮਾਰੀ ਛੈਣੀ ਤੇ ਇੱਕ ਮੂਰਤੀ ਬਣਾ ਦਿੱਤੀ। ਜਿਹੜਾ ਆਰਡਰ ਦੇ ਕੇ ਗਿਆ ਸੀ ਉਹ ਲੈ ਆ ਕਹਿੰਦਾ ਬਣ ਗਈ ਮੂਰਤੀ ਕਹਿੰਦਾ ਬਣ ਗਈ ਲੈ ਲਿਆ ਉਹਨੇ। ਕਹਿੰਦਾ ਆ ਪੱਥਰ ਕਹਿੰਦਾ ਐਵੇਂ ਹੀ ਤੇ ਚਾਹੀਦਾ ਨਹੀਂ। ਕਹਿੰਦਾ ਇਹ ਵੀ ਦੇ ਦੇ। ਉਹਨੂੰ ਜਾ ਕੇ ਉਹਨੇ ਸਥਾਪਿਤ ਕਰਤਾ। ਉਹਨੂੰ ਬਾਹਰ ਰੱਖਤਾ ਨਾਗਲ ਪੰਨੋਂ ਉੱਤੇ। ਹੂੰ ਗੱਲ ਮੰਨਣ ਦੀ ਤੁਸੀਂ ਮੰਨਦੇ ਕਿ ਇਹਨੂੰ ਤੁਸੀਂ ਜੇ ਉਸ ਪੱਥਰ ਨੂੰ ਰੱਬ ਮੰਨਦੇ ਹੋ ਉੱਚ ਵੀ ਰੱਬ ਹੈ ਤੁਸੀਂ ਪੱਤੇ ਨੂੰ ਰੱਬ ਮੰਨਦੇ ਪੱਤੇ ਜੀ ਨੂੰ ਮੰਨ ਗੁਰਬਾਣੀ ਦੇ ਵਿੱਚ ਗੱਲ ਆਉਂਦੀ ਹੈ ਉਹ ਕਹਿੰਦੇ ਆ ਵੀ ਪਾਤੀ ਤੋਰਾ ਮਲ ਨਹੀਂ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰਾ ਸੋ ਪਾਹਣ ਅੰਦਰ ਜੀਓ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿ ਰਹੀ ਹੈ ਹੂੰ ਗਰਮਾਣੀ ਦੇ ਵਿੱਚ ਲਿਖੀ ਗੱਲ ਹੈ ਗੁਰੂ ਗ੍ਰੰਥ ਸਾਹਿਬਹਾਰੀ ਦੇ ਵਿੱਚ ਉਹ ਕਹਿੰਦੇ ਮਾਲਣ ਮਾਲਣ ਕੌਣ ਹੈ ਜਿਹੜੀ ਸਵੇਰੇ ਉੱਠਦੀ ਹੈ ਨਹਾਉਂਦੀ ਹੈ ਆਪਣੇ ਆਪ ਨੂੰ ਸੁੱਚਾ ਕਰਦੀ ਹੈ ਸੋਹਣੇ ਕੱਪੜੇ ਪਾਉਂਦੀ ਹੈ ਕਿ ਥਾਲੀ ਲੈਂਦੀ ਹੈ ਹੂੰ ਉਸ ਥਾਲੀ ਦੇ ਵਿੱਚ ਫੁੱਲ ਤੋੜਦੀ ਹੈ ਰੱਖਦੀ ਹੈ ਪਾਣੀ ਦੀ ਗੜੀ ਭਰਦੀ ਰੱਖਦੀ ਹੈ ਦੁੱਧ ਭਰਦੀ ਹੈ ਰੱਖਦੀ ਹੈ ਕੁਝ ਪੱਤੇ ਸੁੱਟਦੀ ਹੋਰ ਤੁਰ ਪੈਂਦੀ ਹੈ ਕਿੱਧਰ ਜਾ ਰਹੀ ਹੈ ਇੱਕ ਪੱਥਰ ਦੀ ਪੂਜਾ ਕਰਨ ਹੂੰ ਹਿੰਦੂ ਧਰਮ ਦਾ ਇੱਕ ਮਾਥਿਆ ਹੂੰ ਕਿ ਤਿੰਨ ਦੇਵਤੇ ਨੇ ਜਿਹੜੇ ਦੁਨੀਆ ਨੂੰ ਚਲਾਉਂਦੇ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਬ੍ਰਹਮਾ ਕੀ ਕਰਦਾ ਬ੍ਰਹਮਾ ਪੈਦਾ ਕਰਦਾ ਵਿਸ਼ਨੂੰ ਦੁਨੀਆ ਨੂੰ ਪਾਲਦਾ ਪਾਲਣਹਾਰ ਜੀ ਨੂੰ ਆਪਾਂ ਕਹਿੰਦੇ ਤੇ ਮਹੇਸ਼ ਸ਼ਿਵ ਭਗਵਾਨ ਜਿਹੜਾ ਆ ਉਹ ਮੌਤ ਦਾ ਮੌਤ ਦਾ ਚੱਕਰ ਉਹਦੇ ਹੱਥ ਵਿੱਚ ਹੈ ਕਾਲ ਜੀ ਨੂੰ ਕਹਿੰਦੇ ਹੁਣ ਗੁਰਬਾਣੀ ਕੀ ਕਹਿੰਦੀ ਆ ਕਹਿੰਦੇ ਪਾਤੀ ਤੋੜੈ ਮਾਲਣੀ ਪੱਤਾ ਤੋੜਿਆ ਪਾਤੀ ਪਾਤੀ ਜੀਓ ਪੱਤੇ ਪੱਤੇ ਜਦੇ ਜੀ ਆ ਹੂੰ ਜਿਸ ਪਾਹਣ ਕੋ ਪਾਤੀ ਜਿਹਦੇ ਵਾਸਤੇ ਤੋੜ ਰਹੀ ਸੋ ਪਾਹਣ ਨਰਜੀਓ ਉਹ ਤੇ ਪੱਥਰ ਆ ਉਹ ਰੱਬ ਥੋੜੀ ਆ ਰੱਬ ਤੇ ਤੂੰ ਤੋੜਨ ਨਹੀਂ ਆ ਹੁਣ ਅਗਲੀ ਗੱਲ ਕਹਿੰਦਾ ਬ੍ਰਹਮਪਾਤੀ ਵਿਸ਼ਨੜਾਰੀ ਫੂਲ ਸ਼ੰਕਰ ਦੇਓ ਬ੍ਰਹਮਾ ਜਿੱਥੋਂ ਬੂਟਾ ਪੈਦਾ ਆ ਤੇ ਬ੍ਰਹਮਾ ਉੱਥੇ ਆ ਹੂੰ ਜਿੱਥੋਂ ਪੈਦਾ ਹੋਇਆ ਜਿੱਥੇ ਪੜ ਰਿਆ ਵਾ ਰੂਟਸ ਚੱਲ ਰੀਆਂ ਵਿਸ਼ਨੂ ਉੱਥੇ ਬੈਠਾ ਪਾਲਨ ਡਿਆ ਜਿਹਦੇ ਫੁੱਲ ਨੂੰ ਹੱਥ ਪਾਉਣ ਲਈ ਉੱਥੇ ਵਿਸ਼ੂ ਸ਼ਿਵਜੀ ਬੈਠਾ ਆ ਤੋੜ ਲਿਆ ਮੌਤ ਤੀਨੋਂ ਦੇਵ ਪ੍ਰਤੱਖ ਕਹਿੰਦਾ ਬ੍ਰਹਮਪਾਤੀ ਵਿਸ਼ਨ Đਾਰੀ ਫੂਲ ਸ਼ੰਕਰ ਦੇਉ ਤੀਨੋਂ ਦੇਵ ਪ੍ਰਤੱਖ ਤੋੜਾ ਕਰੇ ਕਿਸ ਕੀ ਸੇਵਾ ਕਿਹਦੀ ਸੇਵਾ ਕਰਨ ਚੱਲੀ ਆ ਤਿੰਨੇ ਦੇਵਤੇ ਦੇ ਤੋੜ ਲੇ ਤੂੰ ਹੂੰ ਮੇਰੀ ਗੱਲ ਸਮਝੇ ਮੈਂ ਜਿਹੜੀ ਤੁਸੀਂ ਗੱਲ ਕਹੀ ਕਿ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਪਰਮਾਤਮਾ ਵਸਿਆ ਤੁਹਾਡੇ ਮੰਨਣ ਦੀ ਗੱਲ ਆ ਹੁਣ ਅਗਲੀ ਗੱਲ ਕਰਦੇ ਹਾਂ ਜੇ ਉਹਦੀ ਉਸਤਤ ਦੀ ਗੱਲ ਕਰਦੀ ਉਹਦੀ ਉਸਤਤ ਉਹ ਕੌਣ ਆ ਉਹ ਕਿੱਥੇ ਆ ਉਹਦੀ ਆਰਤੀ ਜਿਹਦੀ ਪੱਥਰ ਦੀ ਆਰਤੀ ਕਰੀ ਜੀ ਦੀ ਆਰਤੀ ਉਹ ਆਪ ਕਰਾ ਰਿਹਾ ਕੋਣ ਹੈ ਕਹਿੰਦੇ ਗਗਲ ਮੈਂ ਗਗਨ ਮੈਂ ਥਾਲ ਰਵ ਚੰਦ ਦੀਪਕ ਬਣ ਹੈ ਤਾਰਕਾ ਮੰਡਲ ਜਨਕ ਮੋਤੀ ਗਗਨ ਮੈਂ ਥਾਲ ਜਦੋਂ ਆਪਾਂ ਤਾਂ ਨੂੰ ਮੂੰਹ ਕਰਦੇ ਰਾਤ ਨੂੰ ਗੋਲ ਸਬਾਨ ਦੇਖਦਾ ਕਹਿੰਦੇ ਥਾਲ ਹੈ ਗੁਰੂ ਗੰਦੂਰ ਨਾਨਕ ਦੇਵ ਜੀ ਮਾਰਨ ਦੀ ਆਰਤੀ ਉਚਾੜੀ ਹੈ ਇਹ ਵੀ ਤੁਸੀਂ ਕੀ ਦੀ ਸੇਵਾ ਕਰ ਰਹੇ ਜੋ ਪੱਥਰ ਦੀ ਆਓ ਮੈਂ ਦੱਸਾਂ ਉਹ ਉਹ ਆਪਣੀ ਆਰਤੀ ਕਿੱਥੋਂ ਕਰਾ ਰਿਆ ਤੁਹਾਨੂੰ ਲੋੜ ਤੁਹਾਡੀ ਆਰਤੀ ਲੋੜ ਨਹੀਂ ਉਹਨੂੰ ਕਹਿੰਦੇ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਚੰਦਰਮਾ ਦੀਵਾ ਵਾ ਤਾਰਕਾ ਮੰਡਲ ਜਨਕ ਮੋਤੀ ਤਾਰੇ ਐ ਜਿਹਦਾ ਮੋਤੀ ਖਿਲਰੇ ਆ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਧੂਪ ਜਿਹੜੀ ਬਨਸਪਤੀ ਸੁਗੰਧ ਆ ਉਹ ਤੇ ਫਰਾਈ ਆ ਪਵਨ ਚਵਰ ਜਿਹੜੀ ਪਵਨ ਹਵਾ ਉਹ ਚੌਰ ਕਰ ਰਹੀ ਆ ਉਹਦੇ ਤੇ ਅਦੀ ਇਧਰੋਂ ਇਧਰ ਹਨਾ ਸਗਲ ਬਨਰਾਏ ਫੁੱਲ ਅੰਤ ਜੋਤੀ ਸਾਰੀ ਬਨਸਪਤੀ ਉਹਨੂੰ ਸੁਗੰਧ ਦੇ ਰਹੀ ਏ ਤੂੰ ਕੀ ਆਰਤੀ ਕਰੇਗਾ ਕਿਸੇ ਦੀ ਉਹਦੇ ਕਰਾ ਰਿਆ ਤੋ ਜਿਹੜੀ ਤੁਸੀਂ ਗੱਲ ਕੀਤੀ ਪਰਮਾਤਮਾ ਤੇ ਕਣ-ਕਣ ਦੇ ਵਿੱਚ ਇੱਕ ਬੰਦ ਕਮਰੇ ਦੇ ਵਿੱਚੋਂ ਕਦੋਂ ਨੀਕੀ ਜੀ ਚੀਤ ਵਿੱਚੋਂ ਲਾਈਟ ਆਉਂਦੀ ਹੈ ਨਾ ਤੇ ਤੁਹਾਨੂੰ ਕੁਝ ਕਣ ਉੜਦੇ ਦਿਖਣਗੇ ਮਾਈਕਰੋ ਕਣ ਉਹ ਵੀ ਰੱਬ ਹੀ ਆ ਉਹ ਵੀ ਰੱਬ ਹੀ ਆ ਰਜ਼ਾ ਬਸ ਮੰਨਣ ਦੀ ਗੱਲ ਬਸ ਹੂੰ ਭਾਜੀ ਤੁਹਾਡੇ ਬਾਰੇ ਜਾਣਨਾ ਚਾਹੁੰਨਾ ਮੈਂ ਬਈ ਹੁਣ ਜਿਹੜੀ ਸ਼ਖਸੀਅਤ ਨੂੰ ਮਿਲਦੇ ਆ ਮੈਂ ਮਤਲਬ ਤੁਹਾਡੀ ਇੱਕ ਇੱਕ ਗੱਲ ਵਿੱਚ ਬਹੁਤ ਪੋਜ਼ਿਟਿਵਿਟੀ ਆ ਤੁਸੀਂ ਸ਼ੁਰੂਆਤ ਕਿੱਥੋਂ ਹੋਈ ਤੁਹਾਡਾ ਜਨਮ ਕਿੱਥੋਂ ਦਾ ਮੇਰਾ ਜਨਮ ਰਈਏ ਦਾ ਜੀ ਰਈਏ ਹਾਂ ਰਈਆ ਬਿਆਸ ਤੋਂ 2.5 ਕਿਲੋਮੀਟਰ ਅੱਗੇ ਪੈਂਦਾ ਰਈਆ ਅੱਛਾ ਟੂ ਵੱਡ ਜ਼ਮਰਸਰਰ ਪਾਸੇ ਨੂੰ ਫਾਦਰ ਸਾਹਿਬ ਕੀ ਕਰਦੇ ਸੀ ਤੁਹਾਡੇ ਫਾਦਰ ਸਾਹਿਬ ਮੇਰੇ ਪਿੰਡ ਮੇਰਾ ਬਿਆਸ ਦੇ ਨਾਲ ਬੁੱਢਾ ਥੇ ਪਿੰਡਾ ਮੇਰਾ ਹੂੰ ਦਰਿਆ ਟੱਪਦਿਆਂ ਪਹਿਲਾਂ ਪਿੰਡ ਹੀ ਆਉਂਦਾ ਮੇਰਾ ਤੇ ਫਾਦਰ ਸਾਹਿਬ ਖੇਤੀਬਾੜੀ ਤਾਂ ਵੀ ਕੰਮ ਸੀਗਾ ਪੁਲਿਸ ਵਿੱਚ ਵੀ ਰਹੇ ਨੇ ਬਟ ਮੇਨਸਟ੍ਰੀਮ ਬਿਜ਼ਨਸ ਨੂੰ ਆਪਾਂ ਕਹਿ ਲਈਏ ਮੇਰੇ ਫਾਦਰ ਸਾਹਿਬ ਦੁਬਈ ਚਲੇ ਗਏ ਸੀ ਭਲਿਆਂ ਮੇਲਿਆਂ ਦੇ ਵਿੱਚ ਮੇਰੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਅੱਛਾ ਜੀ ਮੇਰੇ ਬ੍ਰਦਰ ਦੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਉੱਥੇ ਚਲੇ ਗਏ ਸੀ ਉੱਥੇ ਸਾਡੀ ਖਾਲਸਾ ਕੰਸਟਰਕਸ਼ਨ ਬਹੁਤ ਵੱਡੀ ਕੰਪਨੀ ਸੀਗੀ ਪਹਿਲਿਆਂ ਦੇ ਵਿੱਚ ਜਦੋਂ ਇਥੋਂ ਲੇਬਰ ਜਾਂਦੀ ਹੁੰਦੀ ਸੀ ਤੇ ਮੇਰੇ ਫਾਦਰ ਸਾਹਿਬ ਸੈਕਿੰਡ ਕੇ ਥਰਡ ਬੰਦੇ ਸੀਗੇ ਜਿਨ੍ਹਾਂ ਨੂੰ ਉੱਥੋਂ ਲੇਬਰ ਦਾ ਕੰਟਰੈਕਟ ਮਿਲਿਆ ਸੀ ਵੀ ਤੁਸੀਂ 1000 2000 ਹੂੰ ਕਿੰਨੇ ਵੀ ਲੈ ਕੇ ਜਾ ਸਕਦੇ ਫਾਦਰ ਸਾਹਿਬ ਦਾ ਮੇਨ ਕੰਮ ਹੋ ਸੀਗਾ ਉੱਥੇ ਓਕੇ ਜੀ ਤੇ ਜਦੋਂ ਤੁਸੀਂ ਸੁਰਤ ਸੰਭਾਲੀ ਹਾਂ ਤੇ ਕਿੰਨੀ ਪੜਾਈ ਕੀਤੀ ਵੈਸੇ ਤੁਸੀਂ ਬਾਕੀ ਨੌਵੀਂ ਫੇਲ ਹਾਂਜੀ ਨੌਵੀਂ ਫੇਲ ਹਾਂਜੀ ਅੱਛਾ ਜੀ ਹਾਂਜੀ ਤੀਜੀ ਦਮਾ ਫੇਲ ਹੀ ਹੋਇਆ ਮੈਂ ਤੀਜੀ ਦਮਾ ਪਾਸ ਨਹੀਂ ਹੋਇਆ ਭਰਾ ਮੇਰਾ ਪੈਸੇ ਦੇ ਦੇ ਕੇ ਟਪਾਉਂਦਾ ਰਿਹਾ ਬਸ ਅੱਗੇ ਵੀ ਚਲੋ ਡਿਨੇਸ਼ਨ ਲੈ ਲਓ ਜੀ ਅਗਲੀ ਕਲਾਸ ਚ ਕਰਦੇ ਹਾਂ ਸ਼ਰਾਰਤੀ ਹੋਗੇ ਤੁਸੀਂ ਕਿੱਦਾਂ ਸੀ ਬਾਤ ਤੂੰ ਸ਼ਰਾਰਤੀ ਵੀ ਜੀ ਲਾ ਲਓ ਵੀ ਅਹ ਬਰ ਰਲਮਾ ਮਿਲ ਮਾ ਨੇ ਕੰਮ ਸੀਗਾ ਵੀ ਕਿਉਂਕਿ ਤੁਸੀਂ ਚੰਗੀ ਫੈਮਿਲੀ ਤੋਂ ਸੀ ਅਪਾ ਦਬਾਈ ਸੀਗੇ ਮਕਸਰ ਦੇਖਿਆ ਜਿਹੜੇ ਹਾਂ ਮੇਰਾ ਮੇਰਾ ਬੈਕਗਰਾਉਂਡ ਜੇ ਵਿਖਿਆ ਜਾਵੇ ਤੇ ਜਲੰਧਰ ਲਾਹੌਰ ਤੋਂ ਲੈ ਕੇ ਤੇ ਜਲੰਧਰ ਤੱਕ ਫਗਵਾੜੇ ਤੱਕ ਜਿੱਨੇ ਉਹ ਪੁਲ ਬਣੇ ਨੇ ਰੇਲਵੇ ਦੇ ਹਾਂਜੀ ਉਹ ਮੇਰੇ ਬਾਬੇ ਨੇ ਬਣਾਏ ਮੇਰਾ ਬਾਬਾ ਰੇਲਵੇ ਦਾ ਬਹੁਤ ਵੱਡਾ ਅਫਸਰ ਸੀ ਅੱਛਾ ਮੇਰੇ ਤਾਈ ਜਿਹੜੇ ਸੀਗੇ ਉਹ ਵੀ ਮਤਲਬ ਅੰਮਰਸਾ ਦੀਪੂ ਜਾਂ ਟਿਲਮਾ ਦੀਪੂ ਦੇ ਵਿੱਚ ਵੱਡੇ ਅਫਸਰ ਰਹੇ ਆ ਰੇਲਵੇ ਦੇ ਵਿੱਚ ਮੇਰੀ ਪੂਰੀ ਫੈਮਿਲੀ ਰੇਲਵੇ ਵਿੱਚ ਹੀ ਸੀ ਇੱਕ ਤਾਇਆ ਜੀ ਮੇਰੇ ਗਸਟਡ ਅਫੀਸਰ ਸੀਗੇ ਥੇ ਜੈ ਸੈਕਟਰੀਟ ਫਾਦਰ ਸਾਹਿਬ ਮੇਰੇ ਬਸ ਮੇਰੇ ਨੂੰ ਮੌਜੀ ਸੀਗੇ ਬਸ ਫਿਰ ਤੁਹਾਡੇ ਵਿੱਚ ਇਹ ਚੀਜ਼ਾਂ ਆ ਹੀ ਜਾਣੀਆਂ ਸੀ ਪੁਰਖੀ ਤੁਹਾਡੇ ਜਿਹੜੇ ਹੈਗੇ ਨੇ ਉਹ ਸ਼ਖਸੀਅਤਾਂ ਨੇ ਭਲਿਆਂ ਵੇਲਿਆਂ ਦੇ ਵਿੱਚ ਕਿਥੇ ਕਿਥੇ ਕਿਤੇ ਕਿਤੇ ਸੋਰਸ ਸਾਡਾ ਇੱਕ ਤਾਂ ਫੈਮਿਲੀ ਟਰੀ ਬਣਿਆ ਹੋਇਆ ਚਾਰਟ ਬਣਿਆ ਹੋਇਆ ਕਿ ਕੌਣ ਫਲਾਣਾ ਕੌਣ ਉਸ ਤੋਂ ਬਾਅਦ ਕੌਣ ਉਸ ਤੋਂ ਅੱਗੇ ਕੌਣ ਉਹ ਸਾਡਾ ਪਿੰਡ ਹੀ ਪਿਆ ਸਾਡਾ ਚਾਚਾ ਹਾਂਜੀ ਉਹਦੇ ਵਿੱਚ ਸਾਡਾ ਜੋ ਪਸ਼ੋਕੜ ਮੈਨੂੰ ਮੇਰੇ ਤਾਇਆ ਜੀ ਨੇ ਦੱਸਿਆ ਸੀਗਾ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਨਾ ਸਾਡੇ ਬਜ਼ੁਰਗ ਜਿਹੜੀ ਜੱਸਾ ਸਿੰਘ ਰਾਮਗੜੀਏ ਦੀ ਫੌਜ ਸੀਗੀ ਉਹਦੇ ਵਿੱਚ ਨਾਲ ਰਹੇ ਆ ਉਹਨਾਂ ਵੇਲੇਆਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸਾਡੀ ਬਲੱਡ ਲਾਈਨ ਦੇ ਵਿੱਚੋਂ ਪਰ ਕੋਈ ਪੁਖਤਾ ਸਬੂਤ ਨਹੀਂ ਇਸ ਕਰਕੇ ਮੈਂ ਕਦੀ ਇਸ ਟੌਪਿਕ ਤੇ ਗੱਲ ਨਹੀਂ ਕਰਦਾ ਕਿਹੜੀ ਪੀੜੀ ਤੱਕ ਤੁਹਾਨੂੰ ਯਾਦ ਆ ਨਾਮ ਅ ਨਹੀਂ ਨਾਮ ਤੇ ਮੇਰੇ ਦਾਦੇ ਤੱਕ ਹੀ ਯਾਦ ਆ ਦਾਦੇ ਤੱਕ ਹੀ ਯਾਦ ਨਹੀਂ ਲਾਭ ਸਿੰਘ ਤੱਕ ਲਾਭ ਸਿੰਘ ਮੇਰੇ ਪਰਦਾਦੇ ਦਾ ਨਾਮ ਪਰਦਾਦੇ ਤੱਕ ਹਾਂ ਉਤੋਂ ਬਾਅਦ ਹੈਗੇ ਨੇ ਮਰ ਮੈਨੂੰ ਮੈਂ ਕਿ ਦੀ ਸਕਿਪ ਹੈ ਮੇਰੇ ਮਾਈਂਡੋਂ ਪਰ ਚਾਰਟ ਉੱਪਰ ਲਿਖੇ ਹੋਏ ਨੇ ਸਾਡੇ ਪਰ ਮੇਰੇ ਪਰਦਾਦਾ ਦੀ ਜਿਹੜੇ ਜਿਹਾ ਮੈਂ ਤੁਹਾਨੂੰ ਦੱਸਿਆ ਵੀ ਰੇਲਵੇ ਦੇ ਬੌਟੇ ਆਫੀਸਰ ਸੀਗੇ ਗੋਰਿਆਂ ਦੇ ਕੋਲ ਜੋਬ ਕਰਦੇ ਸੀ ਇੱਥੋਂ ਬਿਆਸ ਤੋਂ ਲਾਹੌਰ ਡਿਊਟੀ ਕਰਨ ਜਾਂਦੇ ਸੀ ਸਟ੍ਰੇਨ ਤੇ ਉੱਥੇ ਵਾਪਸ ਆਉਂਦੇ ਸੀ ਹਾਂ ਸੋ ਫੈਮਿਲੀ ਦਾ ਇਹ ਵੀ ਪਰ ਮੈਂ ਪੜਿਆ ਬਹੁਤ ਘੱਟ ਹਾਂ ਪੜਿਆ ਬਹੁਤ ਘੱਟ ਹਾਂ ਪਰ ਮੈਂ ਪੜਦਾ ਬਹੁਤ ਹਾਂ ਪੜਿਆ ਬਹੁਤ ਘੱਟਾਂ ਮੈਂ ਨੌ ਹੀ ਫੇਲ ਹਾਂ ਪਰ ਮੈਂ ਪੜਦਾ ਬਹੁਤ ਹਾਂ ਕਤਾਬਾਂ ਬਹੁਤ ਪੜਦਾ ਹਾਂ ਮੇਰਾ ਫੇਵਰਿਟ ਸਬਜੈਕਟ ਹਿਸਟਰੀ ਆ ਕਿਸੇ ਮੁੱਦੇ ਤੇ ਆ ਜਾਓ ਤੁਸੀਂ ਮੈਂ ਤੁਸੀਂ ਸਿੱਖ ਧਰਮ ਤੇ ਆ ਜਾਓ ਤੁਸੀਂ ਮੁਸਲਿਮ ਧਰਮ ਤੇ ਆ ਜਾਓ ਤੁਸੀਂ ਆਰਿਆ ਧਰਮ ਤੇ ਆ ਜਾਓ ਕ੍ਰਿਸਚੀਅਨਿਟੀ ਥੋੜੀ ਮੈਂ ਘੱਟ ਪੜੀ ਪੜੀ ਆ ਪਰ ਇਹ ਕੁਗੂਨੇ ਬੁੱਕਸ ਘੱਟ ਮਿਲਦੀਆਂ ਨੇ ਇਹ ਮੈਨੂੰ ਮਿਲ ਜਾਂਦੀਆਂ ਇਹ ਮੈਂ ਪੜਦਾ ਰਿਹਾ ਤੁਸੀਂ ਟਾਈਮ ਜ਼ਰੂਰ ਦੇਣਾ ਤੇ ਮੈਂ ਚਾਹੁੰਨਾ ਬਸ ਬਈ ਆ ਆ ਜਿਹੜੀ ਚੀਜ਼ ਆ ਨਾ ਇੱਕ ਆਪਾਂ ਇਹਨੂੰ ਪੰਨਿਆਂ ਨੂੰ ਵੀਡੀਓ ਰਾਹੀਂ ਬੰਨ੍ਹ ਦੀਏ ਬਈ ਕਿਸੇ ਨੂੰ ਕੋ ਦੇਣਾ ਨਾ ਆ ਲਿੰਕ ਚੱਕ ਆ ਹਿਸਟਰੀ ਪਈ ਆ ਸਾਰੀ ਮਹਾਰਾਜਾ ਰਣਜੀਤ ਸਿੰਘ ਆ ਚੱਕ ਆ ਮੁਗਲਾਂ ਦੀ ਹਿਸਟਰੀ ਪਈ ਬਹੁਤ ਅਜੀ ਮਹਾਰਾਜਾ ਰਣਜੀਤ ਸਿੰਘ ਤੇ ਬੜੀ ਬਾਤ ਦੀ ਗੱਲ ਹੈ ਹੂੰ ਹੂੰ ਮਹਾਰਾਜਾ ਰਣਜੀਤ ਸਿੰਘ ਤੇ ਤਖਤ ਤੇ ਬਿਠਾ ਜਾ ਕੇ ਹੂੰ ਜਿਨ੍ਹਾਂ ਨੇ ਬਿਠਾਇਆ ਗੱਲ ਉਹਨਾਂ ਦੀ ਹੈ ਹਾਂਜੀ 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 ਗੱਲ ਉਹਨਾਂ ਦੀ ਹੈ ਜਿਨ੍ਹਾਂ ਨੇ ਉਹਨੂੰ ਤਖਤ ਉੱਤੇ ਬਿਠਾਇਆ ਜੇ ਤਖਤ ਉੱਤੇ ਉਹ ਬਿਠਾ ਕਿੰਨੇ ਸਿਰ ਉਸ ਤਖਤ ਦੇ ਥੱਲੇ ਸੀ ਗੱਲ ਉਹਨਾਂ ਦੀ ਹੈ ਰਣਜੀਤ ਸਿੰਘ ਦੀ ਗੱਲ ਨਹੀਂ ਕਰਦੇ ਹਾਂਜੀ 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 ਗੱਲ ਆਪਾਂ ਉਹਨਾਂ ਦੀ ਕਰਦੇ ਹੂੰ ਕੋਈ ਨਾ ਖੂਬ ਕਿਉਂਕਿ ਇੱਕ ਤਰੀਕੇ ਨਾਲ ਅਹਿਮਦ ਸ਼ਾਹ ਬਦਾਲੀ ਜਾ ਰਿਹਾ ਸੀਗਾ ਜਦੋਂ ਆਖਰੀ ਹਮਲਾ ਕੀਤਾ ਤਾਂ ਉਹਦੀਆਂ ਟੋਪਾਂ ਸੀ 11 ਪਰ ਤੇ ਉਹਨੇ ਚੜਤ ਸਿੰਘ ਨੇ ਘੇਰਿਆ ਉਹਨੂੰ ਘੇਰਿਆ ਤੇ ਕਿਸੇ ਗੱਲ ਤੇ ਸਮਝੌਤਾ ਹੈ ਵੀ ਚੱਲ ਜਾ ਉਹ ਕਹਿੰਦਾ ਵੀ ਯਾਦ ਰੱਖਿਓ ਮੈਂ ਤੇ ਚੱਲਿਆਂ ਪਰ ਮੇਰੇ ਪੋਤੇ-ਪੜਪੋਤੇ ਚੜ ਕੇ ਆਉਂਦੇ ਰਹਿਣਗੇ ਤੁਹਾਡੇ ਮੁਲਕ ਤੇ ਮੈਂ ਚੱਲਿਆਂ ਅਹਿਮਦ ਸ਼ਾਹ ਬਦਾਲੀ 11 ਬਲੇ ਕਰਨ ਤੋਂ ਬਾਅਦ ਵੀ ਮੇਰੇ ਪੋਤੇ-ਪੜਪੋਤੇ ਆਉਂਦੇ ਰਹਿਣਗੇ ਤੇ ਤੁਹਾਡੇ ਮੁਲਕ ਦੀ ਪਤ ਨੂੰ ਲੁੱਟਦੇ ਰਹਿਣਗੇ ਯਾਦ ਰੱਖਿਓ ਉਚਾਰਤ ਸਿੰਘ ਨੇ ਆਖਿਆ ਵੀ ਯਾਦ ਰੱਖੀ ਤੂੰ ਵੀ ਤੇ ਸਾਡੇ ਪੋਤਿਆਂ ਨੇ ਜਿਹੜੀਆਂ ਚੂੜੀਆਂ ਪਾਈਆਂ ਹੋਣੀਆਂ ਉਹ ਵੀ ਤਿਆਰ ਖੜੇ ਹੋਣਗੇ ਇਹ ਉਹਦੀ ਵੰਗਾਰ ਦੀ ਵੰਗਾਰ ਕੁੱਤੀ ਪਾਈ ਵੀ ਤੇਰੇ ਜੇ ਆਉਂਦੇ ਨੇ ਸਾਡੇਆਂ ਨੇ ਜਿਹੜੀਆਂ ਚੂੜੀਆਂ ਪਾਈਆਂ ਹੋਣੀਆਂ ਉਹੋ ਗੱਲ ਹੋਈ ਵੀ ਸਮਨ ਬੁਰਜ ਜਿਹੜਾ ਲਾਹੌਰ ਦਾ ਕਿਲਾ ਨਹੀਂ ਹੈ ਜਿਹੜੇ ਦੋ ਮਨਾਰਾਂ ਨੇ ਗੇਟ ਜਿਹੜਾ ਲਾਹੌਰ ਕਿਲਾ ਹਾਂ ਜੀ ਹਾਂ ਜੀ ਉਹਨੂੰ ਸਮਨ ਬੁਰਜ ਕਹਿੰਦੇ ਆ ਉਹਦੇ ਅੰਦਰ ਸੀ ਉਹਦਾ ਪੋਤਾ ਹੂੰ ਉਹਦੇ ਅੰਦਰ ਸੀ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਸ਼ਾਹ ਜ਼ਮਾਹ ਕੇ ਜ਼ਮਾਹ ਸ਼ਾਹ ਮੈਨੂੰ ਨਾਂ ਭੁੱਲ ਗਿਆ ਬਾਹਰ ਖੜਾ ਸੀ ਰਣਜੀਤ ਸਿੰਘ ਹੂੰ ਰਣਜੀਤ ਸਿੰਘ ਬਾਹਰ ਖੜਾ ਉਮਰ 13 ਸਾਲ 13 ਸਾਲ ਤੇ ਬਾਹਰ ਖੜਾ ਹੋ ਕੇ ਵੰਗਾਰੇ ਬਾਹਰ ਨਿਕਲੇ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਆ ਤੇ ਉਹ ਚੜਤ ਸਿੰਘ ਦਾ ਪੋਤਰਾ ਵੰਗਾਰ ਦਾ ਤੇਰਾ ਬਾਬਾ ਕਹਿ ਗਿਆ ਸੀ ਕਿ ਵੀ ਮੇਰੇ ਪੋਤੇ ਪਰਪੋਤੇ ਚੜ ਕੇ ਆਉਂਦੇ ਰਹਿਣਗੇ ਲੈ ਖਲੋਤੇ ਉਹਦੇ ਪੋਤੇ ਆ ਨਿਕਲ ਬਾਹਰ ਤਿੰਨ ਦਸਗੇ ਇਹ ਆਪਣਾ ਇਹਨਾਂ ਨੇ ਇਸ ਮੁੱਦੇ ਤੇ ਗੱਲ ਕਰਨ ਦੀ ਲੋੜ ਰਣਜੀਤ ਸਿੰਘ ਦੀ ਗੱਲ ਕਰਨ ਦੀ ਰਣਜੀਤ ਸਿੰਘ ਬਾਰੇ ਸਭ ਨੂੰ ਪਤਾ ਉਹਨਾਂ ਬਾਰੇ ਗੱਲ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਬਣਾਤਾ ਉਹਨਾਂ ਦੀ ਗੱਲ ਸਦਾ ਕੌਰ ਦੀ ਗੱਲ ਕਰਨ ਦੀ ਲੋੜ ਆਦੀ ਸੱਸ ਮਹਾ ਸਿੰਘ ਦੀ ਉਹਦਾ ਪਿਓ ਰਣਜੀਤ ਸਿੰਘ ਦਾ ਰਣਜੀਤ ਸਿੰਘ ਨਹੀਂ ਸੀਗਾ ਕੁਝ ਹੋਰ ਰੱਖਿਆ ਸੀਗਾ ਕੋਈ ਹੋਰ ਰੱਖਤਾ ਸੀ ਹੂੰ ਉਹ ਜੰਗ ਜਿੱਤ ਕੇ ਆਇਆ ਤੇ ਕਹਿੰਦੇ ਮੁੰਡਾ ਹੋਇਆ ਤੁਹਾਡੇ ਹੂੰ ਨਾਂ ਕੀ ਕਹਿੰਦਾ ਵੀ ਅੱਛਾ ਲਓ ਨਾਂ ਰੱਖੇ ਨਾਂ ਤੇ ਰੱਖਤਾ ਜੀ ਕਹਿੰਦਾ ਕੀ ਰੱਖਿਆ ਨਾਂ ਕੁਝ ਰੱਖਤਾ ਸੀ ਕਹਿੰਦਾ ਨਾਂ ਕਹਿੰਦਾ ਮੈਂ ਰਣ ਜਿੱਤ ਕੇ ਆਇਆ ਅੱਜ ਇਹ ਨਾਂ ਰਣਜੀਤ ਸਿੰਘ ਰੱਖੋ ਹੂੰ ਮਤਲਬ ਇੱਕ ਇੱਕ ਗੱਲਾਂ ਕਹਿਣ ਵਾਲੀਆਂ ਨਾਂ ਚ ਵਜਨ ਮੇਰਾ ਅਸਲੀ ਨਾਂ ਪਤਾ ਕੀ ਆ ਹਾਂਜੀ ਜਤਿੰਦਰਪਾਲ ਸਿੰਘ ਜਤਿੰਦਰਪਾਲ ਸਿੰਘ ਜਤਿੰਦਰਪਾਲ ਸਿੰਘ ਮੇਰੇ ਘਰ ਦੇ ਨੇ ਮੇਰਾ ਡਾਕੂਮੈਂਟੇਸ਼ਨ ਦਾ ਸਭ ਮੇਰਾ ਜਤਿੰਦਰਪਾਲ ਤੇ ਜਰਨੈਲ ਸਿੰਘ ਜਰਨੈਲ ਸਿੰਘ ਮੈਨੂੰ ਲੋਕਾਂ ਨੇ ਅਲ ਦਿੱਤੀ ਆ ਅਲ ਵੀ ਨਹੀਂ ਤਰ੍ਹਾਂ ਨਾਂ ਜਤਿੰਦਰਪਾਲ ਹੀ ਚੰਗਾ ਲੱਗਦਾ ਤੇ ਮਾ ਜਰਨੈਲ ਚੰਗਾ ਲੱਗਦਾ ਮੇਰੇ ਉਸਤਾਦ ਨੇ ਜਿਸ ਨੂੰ ਮੈਂ ਗੱਤ ਘਾ ਸਿੱਖਿਆ ਵੀ ਨਹੀਂ ਤੇਰੇ ਗੱਲਾਂ ਦੇ ਵਿੱਚ ਤੇਰੇ ਗੱਲਾਂ ਦੇ ਨਾਲ ਤੇਰਾ ਨਾਂ ਨਹੀਂ ਜਾਂਦਾ ਮੇਰਾ ਨਾਮ ਪਾਕ ਗਿਆ ਅੱਜ ਮੇਰੇ ਘਰ ਦੇ ਵੀ ਨਹੀਂ ਜਾਣਦੇ ਕਿ ਮੇਰਾ ਨਾਮ ਜਤਿੰਦਰ ਪਾਲ ਹਾਂ ਨਾਂ ਚ ਵਜਨਾ ਮੇਰੇ ਵੱਡੇ ਬੇਟੇ ਦਾ ਨਾਮ ਜੋਰਾਵਰ ਸਿੰਘ ਹਾਂਜੀ ਹਾਂਜੀ ਛੋਟੇ ਦਾ ਨਾਮ ਨਿਹਾਲ ਸਿੰਘ ਨੋ ਨਿਹਾਲ ਨੋ ਨਿਹਾਲ ਸਿੰਘ ਅਸੀਂ ਰੱਖ ਲੈਨੇ ਟਿੰਕੂ ਬੇਟਾ ਚਿੱਕੂ ਬੇਟਾ RAMME ਬੇਟਾ ਟੋਨੀ ਜਦੋਂ ਨਾਂ ਹੀ ਉਹੋ ਜੇ ਰੱਖ ਲੈਣੇ ਆ ਤੁਹਾਨੂੰ ਪਤਾ ਇਹ ਮੁਲਕ ਗੁਲਾਮ ਕਿਉਂ ਰਿਹਾ ਆਪਣਾ ਹਾਂ ਗੁਲਾਮ ਕਿਉਂ ਰਿਹਾ ਜਿਹੜਾ ਸੋਮਵਾਰ ਜੰਮਿਆ ਸੋਮਨਾਥ ਜਿਹੜਾ ਮੰਗਲਵਾਰ ਜਮੈਂ ਮੰਗਲਦਾਸ ਜਿਹੜਾ ਬੁੱਧਵਾਰ ਜਮੈਂ ਬੁੱਧਨਾਮ ਜਿਹੜਾ ਵੀਰਵਾਰ ਜੰਮਿਆ ਸ਼ੁੱਕਰਵਾਰ ਸ਼ਨੀਵਾਰ ਹੈ ਲੱਡੂ RAM ਠੀਕ ਹੈ ਹਰੀਦਾਸ ਇਹ ਨਾਮ ਤੇ ਇਹਨਾਂ ਨੂੰ ਢਾਉਂਦੇ ਕੌਣ ਸੀ ਆਖੇ ਪਤਾ ਜੰਗ ਬਹਾਦਰ ਸ਼ੇਰ ਖਾਨ ਹੈਵਤ ਖਾਨ ਫੌਲਾਦ ਖਾਨ ਹਮ ਨਾਵਾਂ ਦੇ ਵਿੱਚ ਗੱਲ ਹੈ ਗੱਲ ਨਾਵਾਂ ਦੀ ਹੈ ਬੱਚੇ ਨੂੰ ਪ੍ਰਾਊਡ ਕਿਉਂ ਨਾ ਹੋਵੇ ਕਿਉਂ ਨਾ ਬੱਚੇ ਦਾ ਨਾਮ ਸਰਦਾਰਾ ਸਿੰਘ ਹੋਵੇ ਖੂਬ ਭਾਈ ਕਿਉਂ ਬੱਚੇ ਦਾ ਨਾਮ ਸਰਦਾਰਾ ਸਿੰਘ ਇੱਧਰ ਕਦੇ ਸੋਚਿਆ ਹੀ ਨਹੀਂ ਗੱਲ ਜਦੋਂ ਬੰਦਾ ਕਵੇ ਜਾ ਕੇ ਅੱਜ ਮੈਂ ਜਾਣਾ ਡੀਸੀ ਆਫਿਸ ਐਸਐਸਪੀ ਆਫਿਸ ਜਾਣਾ ਕਾਰ ਪੇਜੀ ਦਾ ਉੱਪਰ ਲਿਖਿਆ ਨਾ ਜਰਨੈਲ ਸਿੰਘ ਹੂੰ ਬਾਹਰ ਸਟੈਂਡ ਜਿਹੜੇ ਖੜੇ ਹੁੰਦੇ ਉਹ ਕਹਿੰਦੇ ਸਰ ਵੀ ਆਹ ਪੰਜ ਸੱਤ ਬੰਦੇ ਲਾਈਨ ਚ ਲੱਗੇ ਅਜੇ ਥੋੜੇ ਬਾਅਦ ਚ ਵਾਰੀ ਆਉਗੀ ਸੀ ਬਹਿ ਜਾਏਗਾ ਅਰੇ ਨਾਂ ਪੜ ਕੇ ਪਹਿਲਾਂ ਉਹ ਕਹਿੰਦੇ ਪਹਿਲੇ ਇਹਨਾਂ ਨੂੰ ਬੁਲਾ ਲਓ ਅੰਦਰ ਵੇਖਿਆ ਵੀ ਨਹੀਂ ਹੁੰਦਾ ਕੌਣ ਨਾਂ ਪੜ ਕੇ ਜਰਨੈਲ ਸਿੰਘ ਹੂੰ ਬਹੁਤ ਐਮਿੱਤ ਰੱਖਦੀ ਹੈ ਨਾ ਨਾਂ ਦੇ ਵਿੱਚ ਗੱਲ ਆ ਤੁਸੀਂ ਸੋਚੋ ਕਿਸੇ ਮੇਰਾ ਦੋਸਤ ਆ ਗਿਆ ਨਹੀਂ ਉਹਨੇ ਆਪਣੀ ਕੁੜੀ ਦਾ ਨਾਮ ਰੱਖਿਆ ਕੁਲਸ਼ਾਨ ਕੌਰ ਕੁਲਸ਼ਾਨ ਕੌਰ ਜਿਹ ਜੋ ਦਾ ਡਾਇਰੈਕਟਰ ਜਿਹੜਾ ਆਪਣਾ ਉਹਨੇ ਆਪਣੀ ਕੁੜੀ ਦਾ ਨਾਮ ਰੱਖਿਆ ਸਦਕ ਕੌਰ ਤੁਸੀਂ ਮੇਰੀ ਗੱਲ ਸਮਝ ਗਏ ਮਤਲਬ ਨਾਮ ਅਸੀਂ ਭੁੱਲ ਗਏ ਆ ਬਾਦ ਸਿੰਘ ਸ਼ੰਗਾਰਾ ਸਿੰਘ ਫੌਲਾਦ ਸਿੰਘ ਮਤਲਬ ਉਹ ਕਿਹੜਾ ਨਾਮ ਸੀਗੇ ਪ੍ਰਗਟ ਸਿੰਘ ਹਾਂ ਬਲੂ ਕੀ ਆ ਜਬਰਦਸਤ ਨਾਸੀ ਕੇ ਜ਼ੋਰਾਵਰ ਸਿੰਘ ਹੈ ਨਾ ਫਤੇ ਸਿੰਘ ਹੈ ਨਾ ਅਜੀਤ ਸਿੰਘ ਜੁਝਾਰ ਸਿੰਘ ਮਤਲਬ ਬੰਦੇ ਬੰਦੇ ਬੰਦਾ ਆਪਣਾ ਨਾਮ ਆਪਣੇ ਆਪ ਨੂੰ ਰਿਵਾਈਜ਼ ਕਰਕੇ 100 ਵਾਰੀ ਸੋਚੇ ਕਿ ਜੇ ਮੈਂ ਆਹ ਕੰਮ ਕੀਤਾ ਲੋਕ ਕੀ ਕਹਿਣਗੇ ਯਾਰ ਵੀ ਉਹਨੇ ਆਹ ਕੰਮ ਕੀਤਾ ਮੈਂ ਤਾਂ ਇਹ ਇਹ ਵਿਸ਼ੇ ਨੇ ਇਹ ਵਿਸ਼ੇ ਨੇ ਪਤਾ ਨਹੀਂ ਕਿਸੇ ਨੂੰ ਬੁਰਾ ਲੱਗਿਆ ਮੈਂ ਮਾਫੀ ਚਾਹੁੰਦਾ ਭਾਈ ਮੈਂ ਤੇ ਇਹ ਮੇਰੇ ਦਿਲ ਦੇ ਵੱਲ ਵਲੇ ਨਹੀਂ ਜਿਹੜੇ ਮੈਂ ਜਦੋਂ ਕੈਮਰੇ ਕੇ ਬਹਿਨਾ ਮੇਰੇ ਮੂੰਹ ਚ ਬਦਬਦੀ ਨਿਕਲ ਜਾਂਦੇ ਆ ਨਹੀਂ ਨਹੀਂ ਕੁਝ ਚੀਜ਼ਾਂ ਨਾ ਪਾਜੀ ਪਤਾ ਹੁੰਦੀਆਂ ਅੱਜ ਤੁਸੀਂ ਰਿਮਾਈਂਡ ਕਰਾਤੀਆਂ ਹੁੰਦੀਆਂ ਚੀਜ਼ਾਂ ਆਪਣੇ ਕੋਲ ਇਹ ਜ਼ਰੂਰੀ ਨੇ ਨਾ ਹਾਂ ਰਿਮਾਈਂਡ ਕਰਾਉਣਾ ਜ਼ਰੂਰੀ ਰਿਮਾਈਂਡਰ ਪਹਿਲਾਂ ਵੀ ਸੀ ਸਾਡੇ ਕੋਲੇ ਇਹ ਰਿਮਾਈਂਡਰ ਸਾਡੇ ਕੋਲ ਜੱਦੀ ਪੁਸ਼ਤੀ ਸਾਡੇ ਸਾਡੇ ਕੋਲ ਸੀਗੇ ਅਸੀਂ ਉਹਨਾਂ ਰਿਮਾਈਂਡਰਾਂ ਨੂੰ ਸਾਈਡ ਕਰਤਾ ਸਾਡੇ ਦਾਦਾ ਦਾਦੀ ਅਸੀਂ ਪਿੰਡਾਂ ਤੋਂ ਨਿਕਲ ਕੇ ਸ਼ਹਿਰੀਕਰਨ ਚ ਹੋ ਗਏ ਕਿੱਥੇ ਇੱਕ ਦਰਖਤ ਸੀਗਾ ਉਹਦੀ ਛਾਂ ਦੇ ਅੰਦਰ ਸਾਰਾ ਪਰਿਵਾਰ ਬੈਠਾ ਸੀ ਅਸੀਂ ਉਹ ਦਰਖਤ ਦੀ ਇੱਕ ਵੇਲ ਪੁੱਟ ਕੇ ਲਾ ਕੇ ਗਮਲਿਆਂ ਚ ਲਾਤੀ ਚੰਦ ਸ਼ਹਿਰ ਦੇ ਵਿੱਚ ਹਾਂ ਆ ਗਮਲਾ ਹੀ ਹੈ ਜਿੱਥੇ ਬੈਠੇ ਆ ਕੀ ਹੈ ਇਹ ਖੂਬ ਆਪਨੀ ਜ਼ਮੀਨ ਦੀ ਆਪਣਾ ਕੁਝ ਨਹੀਂ ਕੀ ਕਰੋਗੇ ਤੁਸੀਂ ਹਵਾ 'ਚ ਬੱਠੇ ਹਵਾ 'ਚ ਬੈਠੇ ਹਵਾ 'ਚ ਬੈਠੇ ਕਿੱਥੇ ਤੁਸੀਂ ਨਿਕਲਣਾ ਤੁਹਾਡਾ ਪੈਰ ਇਨਸਾਨ ਜਿਹੜਾ ਆ ਇਨਸਾਨ ਚਾਰ ਤੱਤਾਂ ਤੋਂ ਬਣਿਆ ਹੂੰ ਮਿੱਟੀ ਤੋਂ ਪਾਣੀ ਤੋਂ ਹਵਾ ਤੋਂ ਤੇ ਲਾਈਟ ਤੋਂ ਇਹਦੀ ਲੋੜ ਐ ਨੂੰ ਲਾਈਟ ਸਾਨੂੰ ਰੋਜ਼ ਮਿਲਦੀ ਆ ਹੂੰ ਪਾਣੀ ਅਸੀਂ ਪੀਣੇ ਆ ਨਾਉਣੇ ਵੀ ਆ ਸਰੀਰ ਨੂੰ ਪਾਣੀ ਲਾਉਣੇ ਆ ਠੀਕ ਆ ਹਵਾ ਅਸੀਂ ਰਹਿਣੇ ਆ ਮਿੱਟੀ ਲੱਗਣ ਦਿੱਤੀ ਕਿਦੀ ਅਸੀਂ ਇਹਦੀ ਲੋੜ ਆ ਮਿੱਟੀ ਦੀ ਜਿਹੜੇ ਤੱਤਾਂ ਨਾਲ ਅਸੀਂ ਬਣੇ ਆ ਉਹ ਤੱਤ ਸਾਨੂੰ ਮਿਲਣਗੇ ਨਹੀਂ ਤੇ ਬਿਮਾਰੀਆਂ ਲੱਗਣੀਆਂ ਹਾਂਜੀ 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 ਇਹ ਚੌਥਾ ਤੱਤ ਅਸੀਂ ਗਵਾਹੀ ਦਿੱਤਾ ਜੀ 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 ਮੰਜੇ ਤੋਂ ਉੱਤਰਦੇ ਫਰਸ਼ ਤੇ ਨਹੀਂ ਪੈਰ ਰੱਖਦੇ ਚੱਪਲ ਲਿਆਓ ਕਿੱਥੇ ਹੂੰ ਕਿੱਥੇ ਸਾਡੇ ਬੁੜੇ ਜੁੱਤੀ ਡੰਡੇ ਨਾਲ ਫਸਾ ਕੇ ਤੇ 20 ਕਿਲੋਮੀਟਰ ਨੰਗੇ ਪੈਰੀ ਦੁਰਦੇ ਹੁੰਦੇ ਸੀ ਜ਼ਮੀਨ ਤੇ ਇਹ ਕੀ ਸੀਗਾ ਇਹ ਕੀ ਸੀ ਇਹ ਗੱਲ ਸਿਰਫ ਉਹੀ ਹੈ ਕਿ ਮਾਡਰਨਾਈਜ਼ ਹੋ ਗਏ ਅਸੀਂ ਜੀ ਮਾਡਰਨ ਮੈਨੂੰ بڑے ਬੰਦੇ ਕਹਿੰਦੇ ਜਨੈਰਲ ਤੂੰ ਯਾਰ ਚੰਗੇ ਭਲੇ ਪ੍ਰੋਗਰਾਮ ਤੇ ਬੈਠਾ ਹੋਣਾ ਸ਼ੋਅ ਦੇ ਵਿੱਚ ਚੰਗੇ ਭਲੇ ਆਵਾਰਡ ਸੰਗ ਪੱਕ ਤੂੰ ਕਹਿੰਦਾ ਮੜਾਸਾ ਬਣਿਆ ਹੁੰਦਾ ਤੇ ਮੈਂ ਕਿਹਾ ਤੁਹਾਨੂੰ ਪ੍ਰੋਬਲਮ ਮੇਰੀ ਮਰਜ਼ੀ ਮੈਂ ਮੰਨਣੀ ਆ ਇਹ ਗੱਲ ਹੈ ਕਿ 2017 ਦੀ ਅੱਜ ਅੱਧਾ ਪੰਜਾਬ ਬਣਨ ਲੱਗ ਗਿਆ ਹਾਂ ਪਹਿਲਾਂ ਅੱਜ ਫਰਾਂਸ ਦੇ ਵਿੱਚ ਇੰਗਲੈਂਡ ਦੇ ਵਿੱਚ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਕੈਂਪ ਲੱਗਣ ਡਿਆ ਲੋਕ ਪੈਸੇ ਦਿੰਦੇ ਕਿ ਭਾਈ ਜਮੈਂ ਕਿ ਪੈਸੇ ਨਹੀਂ ਪੱਕਦੇ ਕਦੇ ਪੈਸੇ ਲੈਣੇ ਥਾਰੇ ਕੋ ਯਾਰ ਟਿਕਟ ਭੇਜ ਦੋ ਕੋਈ ਆ ਜਾਣਾ ਲੋਕ ਸਾਦੇ ਕਿ ਭਾਈ ਸਿਖਾ ਕੇ ਜਾਓ ਕਿਦਾਂ ਮੰਦੇ ਯਾਰੇ ਪੱਕ ਗੱਲ ਸਿਰਫ ਉਨੀ ਕੀ ਆ ਵੀ ਲੋਕ ਰੂਟਰ ਹੋਣਾ ਚਾਹੁੰਦੇ ਆ ਹਾਂ ਫੈਮਿਲੀਜ਼ ਨਹੀਂ ਹੋਣ ਦਿੰਦੀ ਬਹੁਤ ਵੱਡੀ ਤਰਾਸ ਦੀ ਫੈਮਿਲੀਜ਼ ਨਹੀਂ ਹੋਣ ਦਿੰਦੀ ਅੱਛਾ ਹੁਣ ਤੂੰ ਪੰਜਾਬੀ ਬੋਲੇਗਾ ਬੇਟਾ ਕੀ ਕਹਿਣਗੇ ਸਾਰੇ ਜਣ ਸਹੀ ਗੱਲ ਭਾਜੀ ਕੀ ਦੱਸ ਕਿੱਡੀ ਬੇਇੱਜ਼ਤੀ ਦੀ ਗੱਲ ਆ ਵੀ ਉਸ ਮਾਂ ਨੂੰ ਮਾਂ ਘਵਾਉਣ ਦਾ ਹੱਕ ਨਹੀਂ ਮੈਨੂੰ ਕਹਿੰਦਾ ਜਿਹੜੀ ਕਹਿੰਦੀ ਕਿ ਤੂੰ ਪੰਜਾਬੀ ਬੋਲੇਗਾ ਬੇਟਾ ਅੱਛਾ ਨਹੀਂ ਲੱਗਦਾ ਬਸ ਸਾਰੀਆਂ ਲੈਂਗੁਏਜ ਸਿੱਖੋ ਲੇਕਿਨ ਸਿੱਖੋ ਸਤਿਕਾਰ ਕਰੋ ਸਤਿਕਾਰ ਕਰੋ ਜ਼ਰਾ ਉਹ ਭਾਸ਼ਾ ਦਾ ਸਤਿਕਾਰ ਕਰੋ ਪਰ ਜਿਸ ਭਾਸ਼ਾ ਵਿੱਚ ਦੁਨੀਆ ਦਾ ਸਭ ਤੋਂ ਬਿਹਤਰੀਨ ਅੱਖਰ ਜਿਹੜਾ ਮਾਂ ਬੋਲਿਆ ਨਾ ਉਹ ਸਾਡੀ ਮਾਂ ਬੋਲੀ ਬਣ ਗਈ ਹੂੰ ਉਹਦਾ ਸਤਿਕਾਰ ਉਹਨਾਂ ਵਾਂ ਜਿੰਨਾ ਅਸੀਂ ਉਹਨੂੰ ਮੰਜੇ ਤੇ ਪਾਈ ਨੂੰ ਸਤਿਕਾਰ ਕਰਦੇ ਉਹਦਾ ਸਤਿਕਾਰ ਉਹਨਾਂ ਉਸ ਬੋਲੀ ਦਾ ਅਸੀਂ ਜਾਂਦੀ ਨਹੀਂ ਉਸ ਪਾਸੇ ਹਾਂ ਸੋ ਚਲੋ ਗੱਲਾਂ ਚੱਲੀ ਜਾਣੀਆਂ ਨੇ ਬਹੁਤ ਕੋਸ਼ਸ਼ ਆ ਭਾਈ ਤੁਹਾਡੀ ਹਾਂਜੀ ਹਾਂਜੀ ਪਰ ਮੈਂ ਸਮਝ ਗਿਆ ਭਾਈ ਦੀ ਮੀਟਿੰਗ ਆ ਡਿਰੇਸ਼ਨ ਆ ਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਆਪਣੇ ਕੋਲ ਦੇਖੋ ਯਾਰ ਖਜ਼ਾਨਾ ਹੈਗਾ ਭਾਜੀ ਅੱਜ ਤੁਹਾਨੂੰ ਪਤਾ ਮੈਂ ਬਹੁਤ ਘੱਟ ਬੋਲੇ ਕਿਉਂਕਿ ਮੇਰੇ ਸ਼ਬਦਾਂ ਨੇ ਅਹਿਮੀਅਤ ਨਹੀਂ ਰੱਖਦੇ ਸੀ ਉਹ ਵਜਨ ਹੀ ਨਹੀਂ ਦੀ ਜ਼ਿੰਮੇਵਾਰ ਮੈਂ ਭਾਜੀ ਨੂੰ ਸੁਣਿਆ ਤੇ ਮੈਂ ਚਾਹੁੰਦਾ ਸੀ ਵੀ ਆਹ ਚੀਜ਼ ਰਿਕਾਰਡ ਹੋ ਕੇ ਤੁਸੀਂ ਅੱਜ ਦੇ ਇੱਥੇ ਤੱਕ ਪੋਡਕਾਸਟ ਦੇਖਿਆ ਮੈਂ ਕਹਾਂਗਾ ਤੁਸੀਂ ਜਿੰਨੀਆਂ ਵੀ ਆਪਾਂ ਐਂਟਰਟੇਨਮੈਂਟ ਵਾਲੇ ਖੱਪੀ ਪੋਡਕਾਸਟ ਮੈਂ ਬਹੁਤ ਬੋਨਾ ਮੈਂ ਪਰ ਆ ਜਿਹੜਾ ਨਾ ਇਹ men of the series ਆ men of the match ਆ ਇਹ ਜਿੰਨੇ ਪੋਡਕਾਸਟ 50 ਕਰ ਲੇ ਮੈਂ ਇਹਦੇ ਵਿੱਚ ਤੁਸੀਂ ਦੇਖਿਆ ਵੀ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਤੁਹਾਡੇ ਚ ਕੁਝ ਪਲੱਸ ਹੋਇਆ ਨਾ ਆਪਾਂ ਨਿੰਦਿਆ ਕੀਤੀ ਨਾ ਕਿਸੇ ਬਾਰੇ ਉਹ ਚੀਜ਼ਾਂ ਜਾਂ ਇੱਕ ਚੀਜ਼ਾਂ ਤੁਹਾਨੂੰ ਮਿਲੀਆਂ ਨਾ ਭਾਜੀ ਇਹ ਡੋਸ ਚਾਹੀਦਾ ਮੈਨੂੰ ਲੱਗਦਾ ਨਹੀਂ ਇਹ ਸਮਝ ਨਹੀਂ ਇਹ ਸਾਡੇ ਕੋਲ ਸ਼ੁਰੂ ਤੋਂ ਹੀ ਸੀਗਾ ਹਮ ਅਸੀਂ ਉਹ ਉਹ ਬੰਦੇ ਛੱਡ ਬੈਠੇ ਆ ਜਿਹੜੇ ਸਾਨੂੰ ਇਹ ਡੋਸ ਦਿੰਦੇ ਸੀ ਮੈਂ ਦੱਸਿਆ ਤਾਂ ਹੈ ਤੁਹਾਨੂੰ ਕਿ ਪਰਿਵਾਰ ਮਤਲਬ ਗਲੀ ਚੋਂ ਨਿਕਲਣਾ ਘਰੋਂ ਅਟਕਾ ਬਣ ਕੇ ਨਿਕਲਣਾ ਗਲੀ ਚੋਂ ਬਾਹਰ ਹੋਣਾ ਅੱਗੇ ਕੋਈ ਗਾਂ ਪਿੰਡ ਚ ਤਾਈਆਂ ਚਾਚੀਆਂ ਹੁੰਦੀਆਂ ਸਾਰਾ ਪਿੰਡ ਤਾਈ ਚਾਚੇ ਤਾਈਆਂ ਚਾਚੀਆਂ ਭੂਆ ਬੂਫੜੀ ਹੁੰਦੇ ਆ ਹਮ ਸਾਰਾ ਪਿੰਡ ਚ ਰਿਸ਼ਤੇ ਹੀ ਚੱਲਦੇ ਆ ਹਾਂਜੀ ਹਾਂਜੀ ਉੱਥੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਵੀ ਉਹ ਉਹ ਫਲਾਣਾ ਐਸਸੀ ਕਾਸਟ ਹੈ ਤੇ ਉਹ ਜੱਟਾਂ ਦੀ ਹੈ ਤੇ ਉਹ ਰਾਮਗੜੀ ਹੈ ਤੇ ਉਹ ਪੰਡਤ ਨੇ ਉਹ ਸਾਰੇ ਆਪਸੇ ਇਹੀ ਹੁੰਦੇ ਆ ਵੀ ਯਾਰ ਇਹ ਇਹ ਮੇਰੇ ਪਿਓ ਨਾਲ ਭਾਪੇ ਨਾਲ ਪੜਦੀ ਰਹੀ ਹੈ ਮੇਰੀ ਪੂਆ ਭਾਵੇਂ ਚੌਥੇ ਮੱਲੇ ਤੋਂ ਹੋਵੇ ਸੋ ਤੁਸੀਂ ਜਦ ਗਲੀ ਚ ਨਿਕਲਦੇ ਸੀ ਪਿੰਡ ਇਮੇਜਨ ਕਰਕੇ ਵੇਖੋ ਤੁਹਾਡੇ ਮਦਰ ਨੇ ਤੁਹਾਡੇ ਸਿਰ ਤੇ ਪਟਕਾ ਬੰਨਤਾ ਹੂੰ ਪਟਕਾ ਬੰਨ ਕੇ ਤੁਸੀਂ ਨਿਕਲੇ ਅੱਗੇ ਗਏ ਬਾਹਰ ਇੱਕ ਕੋਈ ਲੇਡੀ ਸਵੈਟਰ ਉਨ ਰਹੀ ਹੈ ਹੂੰ ਉਹਨੇ ਕਿਹਾ ਇਧਰ ਆਵੇ ਆ ਆ ਇੰਨਾ ਕੋ ਟਾਈਟ ਬੰਨਿਆ ਮੰਮੀ ਨੇ ਬੰਨਿਆ ਇਧਰ ਆ ਤੇਰੀ ਮਾਂ ਨੂੰ ਤੇ ਅਕਲ ਹੀ ਨਹੀਂ ਤੇ ਲੱਟੀ ਲਾ ਕਰਾ ਢਿੱਲਾ ਕਰਤਾ ਹਾਂਜੀ ਹਾਂਜੀ ਖਾਏਗਾ ਕੁਝ ਹਾਂ ਕੁਝ ਦੇ ਦਿਓ ਮੜਾ ਉਹਨੇ ਦੇ ਦੇਗਾ ਆ ਗੋੜਾ ਪਿਆ ਗੋੜ ਖਾਲਾ ਅੱਗੇ ਗਿਆ ਅੱਟ ਲੱਗਦੇ ਬਣਿਆ ਅ ਟੇਡਾ ਜੂੜਾ ਕਰਦਾ ਇਹ ਜੀ ਮੈਂ ਘਰੋਂ ਕਰਾ ਕੇ ਤਾਈ ਨੇ ਉਹਨੂੰ ਅਖਲ ਹੀ ਨਹੀਂ ਆ ਇਧਰ ਨੰਗੇ ਸਿਰ ਘੁੰਮਦਾ ਨੰਗੇ ਸਿਰ ਪੜਕਾ ਇੱਥੇ ਪੈ ਤੇ ਜਾ ਘੁੰਮ ਜਾ ਕੇ ਹਾਂ ਮਤਲਬ ਬੱਚਾ ਯੂ ਨੂ ਮੂਰਤੀ ਕਹਿੰਦੇ ਨਾ ਮੂਰਤੀ ਕਿਉਂ اخਲਾਕ ਸੀਗਾ ਕਿਉਂ ਪਿਆਰ ਸੀ ਹਰ ਇੱਕ ਦੇ ਵਿੱਚ ਕਿ ਉਸ ਮੂਰਤੀ ਨੂੰ ਕਈ ਕਰਦਾਰ ਘੜਦੇ ਸੀ ਕਿਸੇ ਨੇ ਹੱਥ ਬਣਾਏ ਉਹਦੇ ਕਿਸੇ ਨੇ ਪੈਰ ਬਣਾਏ ਕਿਸੇ ਨੇ ਨੱਕ ਬਣਾਇਆ ਕਿਸੇ ਨੇ ਗੱਲਾਂ ਬਣਾਈਆਂ ਕਿਸੇ ਨੇ ਜੂੜਾ ਬਣਾਇਆ ਉਸ ਮੂਰਤੀ ਦਾ ਯੂ ਨੋ ਆਪਾਂ ਇਨਸਾਨ ਕਹਿੰਦੇ ਉਹ ਕਿੰਨੇ ਹੱਥਾਂ ਤੋਂ ਨਿਕਲਦਾ ਸੀਗਾ ਉਹਨੂੰ ਪਤਾ ਹੈ ਅੱਜ ਮੇਰੀ ਮਾਂ ਨੇ ਰੋਟੀ ਦਿੱਤੀ ਕੋਈ ਮਾਪੂ ਬੁਆ ਖਾ ਲੈਣੀ ਜਾ ਕੇ ਉਹਨੇ ਤੇ ਉੱਥੇ ਖਾ ਲੂੰਗਾ ਉੱਥੇ ਖੇਡ ਲੂੰਗਾ ਹਰ ਬੰਦਾ ਆਪਣੇ ਤਰੀਕੇ ਨਾਲ ਬੱਚੇ ਨੂੰ ਸਿਖਾਉਂਦਾ ਸੀ ਜੀ ਜੇ ਤੁਸੀਂ ਉਹਦੇ ਬੱਚੇ ਨਾਲ ਬਹਿ ਕੇ ਰੋਟੀ ਖਾ ਰਹੇ ਹੋ ਜੇ ਉਹ ਆਪਣੇ ਬੱਚੇ ਨੂੰ ਸਮਝਾ ਰਹੇ ਤੁਸੀਂ ਵੀ ਨਾਲ ਸਮਝ ਰਹੇ ਹੋ ਹਮ ਜੇ ਉਹਨਾਂ ਦਾ ਬੱਚਾ ਤੁਹਾਡੇ ਘਰ ਆ ਤੁਹਾਡੀ ਮਾਂ ਤੁਹਾਨੂੰ ਸਮਝਾ ਰਹੀ ਹੈ ਤੇ ਉਹ ਬੱਚਾ ਵੀ ਸਮਝ ਰਿਹਾ ਕਿੰਨੀ ਲਰਨਿੰਗ ਸੀਗੀ ਹਮ ਰਾਤ ਨੂੰ ਇਕੱਠੇ ਹੋਣਾ ਇੱਕ ਪਰਿਵਾਰ ਕਿਉਂ ਕਹਿੰਦੇ ਸੀਗੇ ਸਾਂਝਾ ਚੁੱਲਾ ਜੀ 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 ਸਾਂਝਾ ਪਰਿਵਾਰ ਸ਼ਾਮ ਨੂੰ ਵੱਡੀ ਬੈਠਕ ਦੇ ਵਿੱਚ ਦਾਦਾ ਜਾਂ ਦਾਦੀ ਬੈਠੇ ਆ ਨੰਗੀਠੀਆਂ ਲੱਗੀਆਂ ਕੋਈ ਮੂਖਲੀ ਖਾਰਿਆ ਕੋ ਕੋਸ਼ ਕਰ ਰਿਆ ਨਿਆਣੇ 15 20 ਨਿਆਣੇ ਬੈਠੇ ਆ ਗਵਾਂਡੀਆਂ ਦੇ ਵੀ ਆ ਕੇ ਬੈਠੇ ਆ ਤੇ ਇੱਕ ਲੜੀ ਕਹਾਣੀ ਸੁਣਾ ਰਹੀ ਇੱਕ ਚਿੜੀ ਹੁੰਦੀ ਸੀ ਉਹਨੇ ਆਟਾ ਚੋਰੀ ਕਰ ਲਿਆ ਰਿਵਿਜ਼ਨ ਆ ਗਿਆ ਸਾਰਾ ਉਹਨੇ ਆ ਕਰਤਾ ਮੈਂ ਕਹਿੰਦਾ ਕਿਹਾ 골ਡਨ ਟਾਈਮ ਸੀ ਜੀ 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 ਭਾਈ ਕੀ 골ਡਨ ਟਾਈਮ ਸੀ ਇੱਕ ਇੱਕ ਰਜਾਈ ਦੇ ਵਿੱਚ 10-10 ਜਣੇ ਆ ਇਕੱਠੇ ਹੋ ਕੇ ਕੋਈ ਲੱਤ ਫਸਾ ਕੇ ਬੈਠਾ ਕੋਈ ਪੈਰ ਫਸਾ ਕੇ ਬਿਠਾ ਮੂਫਲੀਆਂ ਘਾਈ ਜਾਣੀ ਕੱਲ ਤਾਂ ਕੀ ਸੀ ਉਹ ਕੀ ਸੀਗਾ ਉਹ ਸੀਗਾ ਉਹ ਸੀ ਪੰਜਾਬ ਸਹੀ 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 ਬੜਾ ਉਹ ਸੀ ਸਾਡੇ ਟੀਚਰ ਜੀ 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 ਅਸੀਂ ਉਹਨਾਂ ਟੀਚਰਾਂ ਨੂੰ ਵੀ ਕੱਢ ਕੇ ਬਾਹਰ ਮਾਰਿਆ ਵੀ ਸਾਨੂੰ ਚਾਹੀਦੇ ਨਹੀਂ ਇਹ ਸ਼ਹਿਰ ਚ ਆਉਣਗੇ ਕੀ ਦਿਖਾਵਾਂ ਕੀ ਕਹਾਂਗੇ ਲੋਕਾਂ ਨੂੰ ਕੌਣ ਆਏ ਬਿਲਕੁਲ ਸਹੀ ਨੇ ਆ ਆ ਅਸੀਂ ਰੂਟ ਉਹ ਰੂਟ ਸੀ ਸਾਡੀਆਂ ਜੜ੍ਹਾਂ ਸੀ ਜਿਨ੍ਹਾਂ ਨੂੰ ਅਸੀਂ ਵੱਢ ਕੇ ਸੁੱਟਤਾ ਹੂੰ ਅੱਜ ਅਸੀਂ ਗਮਲਿਆਂ 'ਚ ਲੱਗੇ ਹੋਏ ਆਂ ਅੱਜ ਅਸੀਂ ਗਮਲਿਆਂ 'ਚ ਲੱਗੇ ਸਾਨੂੰ ਕਿਸੇ ਨੇ ਜੇ ਪਾਣੀ ਪਾਤਾ ਠੀਕ ਆਂ ਨਹੀਂ ਤੇ ਅਸੀਂ ਜ਼ਮੀਨ 'ਚੋਂ ਪਾਣੀ ਨਹੀਂ ਲੈ ਸਕਦੇ ਉਹ ਦਰਖਤ ਐ ਹੋਦੇ ਸੀਗੇ ਜਿਹੜੇ ਸਾਨੂੰ ਸਾਨੂੰ ਜੜ ਤੋਂ ਪਾਣੀ ਦਿੰਦੇ ਸੀ ਸਾਨੂੰ ਸਖਾਉਂਦੇ ਸੀ ਦਾਦੀ ਕਹਿੰਦੀ ਸੀ ਮੇਰਾ ਏ ਇਹ ਮੇਰਾ ਮੇਰਾ ਮੂਲ ਮੇਰਾ ਪੋਤਾ ਮੇਰਾ ਵਿਆਜ ਆ ਏ ਮੇਰਾ ਪੁੱਤ ਮੇਰਾ ਮੂਲ ਆ ਜਿਹੜੇ ਮੇਰੀ ਐਸਟ ਆ ਇਹ ਉਹਦਾ ਵਿਆਜ ਅਗਲਾ ਇਹ ਮੇਰਾ ਆ ਇਧਰ ਫੜਾ ਨੇ ਤੁਸੀਂ ਗੱਲ ਸਮਝੇ ਮਤਲਬ ਦਾਦੀਆਂ ਦੇ ਕੋਲ ਪਲਣਾ ਕਦੀ ਨਿਆਣੇ ਨੂੰ ਸਿੱਧਾ ਕਾਰਗ ਦੀ ਲੱਤਾਂ ਨੂੰ ਮਾਲਸ਼ ਕਰ ਕਦੀ ਦੇਸੀ ਘਿਓ ਅੱਜ ਕੱਲ ਸਰੋਂ ਦਾ ਤੇਲ ਲਾਉਣਾ ਉਹ ਕਿੱਥੀਆਂ ਚੀਜ਼ਾਂ ਦਾਇਆਂ ਦੇ ਹੱਥ ਫੜਾ ਕੇ ਮੈਂ ਡਿਊਟੀ ਚੱਲਨੀ ਸਾਂਭ ਲਈ ਉਹ ਡਾਈਪਰ ਲਾ ਕੇ ਛੱਡ ਦਿੰਦੀਆਂ ਨਿਆਣਿਆਂ ਨੂੰ ਉਹ ਸਵਾਹ ਗ੍ਰੋਥ ਹੋਣੀ ਆ ਬੱਚਿਆਂ ਦੀ ਵਿੱਚ ਹੀ ਪਿਸ਼ਾਬ ਕਰੀ ਜਾਣਾ ਵਿੱਚ ਹੀ ਉਹਨਾਂ ਨੇ ਸ਼ਿਟ ਕਰੀ ਜਾਣੀ ਸਭ ਕੁਝ ਵਿੱਚ ਹੀ ਕਰੀ ਜਾਣਾ ਉਹ ਕੀ ਆ ਕੋਈ ਸੰਭਦਾ ਜਦੋਂ ਪਤਲਾ ਕਹਿੰਦੀ ਮਾਂ ਦੇ ਆਉਣ ਦਾ ਟਾਈਮ ਹੋਗਾ ਉਹਨੇ ਕੱਢਾ ਡਾਈਪਰ ਚੇਂਜ ਕੀਤਾ ਉਹ ਮਾਰੇ ਸਕੇ ਕਿੱਥੇ ਪੋਤਲੇ ਬੰਦੇ ਸੀਗੇ ਨਿਆਣਿਆਂ ਕਿਤੇ ਮੁੰਡਾ ਜੰਮ ਪੈਂਦਾ ਅਗਲਾ ਕਹਿੰਦਾ ਨੰਗਾ ਰੱਖੋ ਮੇਰੇ ਘਰ ਮੁੰਡਾ ਆਇਆ ਤੜਾਕੀ ਜੀ ਬੰਨ ਕੇ ਛੱਡ ਦਿੰਦੇ ਸੀ ਖੇਡੀ ਜਾ ਵੇੜੇ ਚ ਮੋਕਾ ਕੱਢ ਦਿੰਦੇ ਕਦੀ ਕੱਕੜ ਪੁੱਕੜ ਫੜ ਜਾ ਕੇ ਤੂੰ ਕਦੀ ਉਧਰ ਜਾ ਮੈਂ ਗੱਲ ਦੱਸਦਾ ਇਹ ਕਲਚਰ ਸੀ ਸਾਡਾ ਇਹ ਸਾਡਾ ਕਲਚਰ ਸੀਗਾ ਅਸੀਂ ਰੂਟਡ ਰੱਖਦੀ ਹੁਣ ਇਹ ਚੀਜ਼ਾਂ ਮੇਰੇ ਟਾਈਮ 'ਚ ਡਾਇਪਰ ਨਹੀਂ ਉਹ ਮੋਗਾ ਜਿਹਾ ਘੜ ਦਿੰਦਾ ਸੀ ਬਸ ਉਹੀ ਗੱਲ ਉਹ ਬੰਦ ਨਹੀਂ ਕੀ ਪੋਤੜੇ ਜਿਹਨੂੰ ਕਹਿੰਦੇ ਪੋਤੜੇ ਪਾ ਪੋਤੜੇ ਉਹ ਗੱਲ ਉਹੀ ਆ ਵੀ ਉਹ ਚੀਜ਼ਾਂ ਰਹੀਆਂ ਨਹੀਂ ਹੁਣ ਉਹ ਚੀਜ਼ਾਂ ਖੂਬ ਬਾਈ ਰਿਮਾਈਂਡ ਕਰਾਤਾ ਤੂੰ ਇੱਕਦਮ ਨਾ ਮੈਨੂੰ ਪਿੰਡਾਂ 'ਚ ਲੈ ਗੇ ਤੂੰ ਹਿਸਾਬ ਲਾ ਪਿੰਡ ਦੇ ਵਿੱਚ ਕਿਤੇ ਭਾਵੇਂ ਕਿਸੇ ਮਾੜੇ ਬੰਦੇ ਦਾ ਜਵਾਈ ਆ ਜਾਂਦਾ ਸੀ ਨਾ ਮਾੜੇ ਬੰਦੇ ਦਾ ਜਵਾਈ ਤੇ ਪਿੰਡ ਦੇ ਤਗੜੇ ਜੱਟ ਜੀਵੀਦਾਰ ਕਹਿੰਦੇ ਸਾਡੇ ਪਿੰਡ ਦਾ ਪਰੌਣਾ ਓਏ ਸਾਡੇ ਪਿੰਡ ਦਾ ਉੱਥੇ ਬਾਅਦ ਜਾਈ ਆ ਇੱਥੇ ਆਓ ਲਿਆ ਲੱਸੀ ਲਿਆਓ ਪਿਆਓ ਮੁੰਡੇ ਨੂੰ ਆਪਣੇ ਘਰ ਬੈਠ ਕੇ ਭਾਵੇਂ ਇੱਟ ਕੁੱਤੇ ਦਾ ਵੈਰ ਆ ਭਾਵੇਂ ਸਿਰ ਵੱਡੇ ਮੇ ਵੈਰ ਹੁਣ ਉਹਨਾਂ ਨਾਲ ਉਹਦੇ ਜਵਾਈ ਨੂੰ ਕਹਿੰਦੇ ਪਿੰਡ ਦਾ ਜਵਾਈ ਆ ਕਿਤੇ ਕੁੜੀ ਆ ਲੈਣੀ ਦਾ ਉਹਨਾਂ ਦੀ ਜਿਹੜੀ ਵਿਆਹੀ ਹੁੰਦੀ ਸੀ ਉਹ ਕਹਿੰਦੇ ਇੱਧਰ ਆਪੋ ਤੇ ਵੀ ਤਰ੍ਹਾਂ ਘਰ ਬੈਠੇ ਹਮ ਉਹਨਾਂ ਨੇ ਸਭ ਕੁ ਲੜਨਾ ਵੀ ਤੂੰ ਉਹਨਾਂ ਦੇ ਘਰ ਕਿਉਂ ਗਈ ਅਸੀਂ ਤਾਂ ਬੋਲਦੇ ਨਹੀਂ ਉਹਨਾਂ ਨਾਲ ਉਹ ਕਹਿੰਦੇ ਜੋ ਸੱਤ ਲਿਆ ਤਾਂ ਐਨਾ ਮੈਂ ਕੀ ਕਰਦੀ ਇਹ ਸੀ ਪਿਆਰ ਜੀ 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 ਕੁੜੀ ਕੁੜੀ ਤੇਰਾ ਨਾਲ ਕੋਈ ਵੈਰ ਨਹੀਂ ਆ ਤੇਰੇ ਪਾਪੇ ਨੂੰ ਛੱਡਣਾ ਨਹੀਂ ਆ ਉਹਦੇ ਲੱਤਾਂ ਵੱਡਣੀਆਂ ਸੀ ਪਰ ਤੇਰੇ ਨਾਲ ਕੋਈ ਤੇਨਾਂ ਪਿਆਰ ਆ ਆਪਣਾ ਤੇਰਾ ਘਰ ਵਾਲਾ ਪਰੋਣਾ ਪਿੰਡ ਦਾ ਮਤਲਬ ਇਹ ਖਲਾਕ ਸੀ ਲੋਕਾਂ ਦੇ ਸੋਚੋ ਕਿੱਡੀਆਂ ਗੱਲਾਂ ਸੀਗੀਆਂ ਇਹ ਗੱਲਾਂ ਇਹ ਗੱਲਾਂ ਮੁੱਕ ਗਈਆਂ ਇਹ ਗੱਲਾਂ ਮੁੱਕ ਗਈਆਂ ਗੱਲਾਂ ਮੁੱਕਣ ਦੇ ਨਾਲ ਸਾਡੇ ਖਲਾਕ ਮੁੱਕ ਗਏ ਸਾਡੇ ਪਿਆਰ ਮੁੱਕ ਗਏ ਸਾਡੇ ਵਿਹਾਰ ਮੁੱਕ ਮਤਲਬ ਬਣੀਆਂ ਗੱਲਾਂ ਨੇ ਮੈਂ ਚਾਹਣਾ ਪੋਡਕਾਸਟ ਮੁੱਕੇ ਨਾ ਨਹੀਂ ਅੱਪਾ ਭਾਈ ਦੀ ਮੀਟਿੰਗ ਜਾਣਾ ਚਾਹ ਰਾ ਹਾਂ ਕਿਉਂਕਿ ਮੇਰੇ ਕੋਲ ਸਵਾਲ ਸੀ ਕਿਉਂਕਿ ਭਾਜੀ ਨੇ ਅਮਰਿੰਦਰ ਗਿੱਲ ਭਾਈ ਨਾਲ ਬਹੁਤ ਸਮਾਂ ਬਤੀਤ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਕੋਈ ਨਾ ਭਾਈ ਦੀ ਰਿਲੇਸ਼ਨ ਫੇਰ ਰੱਖਾਂਗੇ ਤੁਸੀਂ ਕਮੈਂਟ ਜ਼ਰੂਰ ਕਰਿਓ ਸੀ ਰੀਡ ਕਰਾਂਗੇ ਬਈ ਕੋਸ਼ਿਸ਼ ਆ ਯਾਰ ਬਈ ਬਹੁਤ ਕੁਝ ਕਰਦੇ ਰਹੇ ਆ ਪਿੱਛੇ ਹਾਸਮਿਆ ਕਾਲੀਆਂ ਵੀਡੀਓ ਲੇਕਿਨ ਜੇ ਆ ਲੇਅਰ ਚੱਲ ਪਈ ਨਾ ਜੇ ਆ ਲੇਅਰ ਚੱਲ ਪਈ ਮੈਂ ਕਹਿੰਦਾ ਇੱਕ ਇੱਕ ਯੂਟਿਊਬਰ ਕਰੂਗਾ ਬਈ ਯਾਰ ਨਹੀਂ ਇਦਾਂ ਦਾ ਪੋਡਕਾਸਟ ਬਣਾਈਏ ਇਦਾਂ ਦੀ ਇੰਟਰਵਿਊ ਕਰੀਏ ਮੈਂ ਤੁਹਾਨੂੰ ਹੋਰ ਬਹੁਤ ਤੂ ਆਪੇ ਉਜਾਗਰ ਹੋਈ ਨਹੀਂ ਜੀ ਬਹੁਤ ਤੂੰ ਆ ਗਿਆਨੀ ਆ ਗਿਆਨੀ ਗੁਰਪ੍ਰੀਤ ਸਿੰਘ ਭਲੇੜੀ ਇੱਕ ਹੋਰ ਹੈਗਾ ਆਪਣਾ ਗੁਰਦਾਸ ਮੀਡੀਆ ਤੋਂ ਮੁੰਡੇ ਇੱਕ ਸਿੰਘ ਸਾਹਿਬ ਆਪਣੇ ਚੌਪਾਲ ਦੇ ਵਿੱਚ ਲੱਗੇ ਹੋਏ ਨੇ ਜੀ ਸਿੰਘ ਜੀ ਤੁਸੀਂ ਉਹਨਾਂ ਨਾਲ ਵੀ ਬੈਠੋ। ਕੀ ਗੁਰਮੁਖ ਰੂਹਾਂ ਮੈਂ ਤੇ ਜਸਤ ਉਦਾਂ ਗੱਲ ਕਰਦਾ ਉਹ ਤੇ ਰੂਹ ਦੀਆਂ ਗੱਲਾਂ ਕਰਦੇ। ਉਹ ਹੋਰ ਗੱਲ ਹੀ ਨਹੀਂ ਕਰਦੇ ਕੋਈ। ਜ਼ਰੂਰ ਜ਼ਰੂਰ ਉਹ ਗੱਲ ਹੀ ਰੂਹ ਦੀ ਕਰਦੇ। ਉਹਨਾਂ ਨੂੰ ਮੈਂ ਤੁਹਾਨੂੰ ਨੰਬਰ ਭੇਜੂੰਗਾ ਤੁਸੀਂ ਉਹਨਾਂ ਨਾਲ ਵੀ ਕਰਿਓ। ਉਹ ਕਿਆ ਕਿਆ ਬੰਦੇ ਨੇ ਮੈਂ ਜੋ ਗਿਆ ਉਹਨਾਂ ਕੋਲੋਂ ਹੀ ਲੈਣਾ। ਉਹ ਬਹੁਤ ਕਮਾਲ ਦੇ ਬੰਦੇ ਨੇ। ਨਹੀਂ ਨਹੀਂ ਭਾਜੀ ਬੰਦਾ ਅਜੇ ਤੁਹਾਡੇ ਬਾਰੇ ਵੀ ਜਾਣਣਾ ਸਿਰਫ ਸਾਨੂੰ ਪਤਾ ਲੱਗਿਆ ਜਰਨੈਲ ਸਿੰਘ ਜਿਹੜੇ ਨੋਹੀ ਫੇਲ ਨੇ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਕਰਦੇ। ਪਰ ਮਾਨ ਇਸ ਗੱਲ ਤੇ ਨੋਹੀ ਫੇਲ ਕਿਤੇ ਜ਼ਿਆਦਾ ਪੜ੍ਹ ਜਾਂਦਾ। ਤੇ ਕਿਤੇ ਮੈਂ ਵੀ ਕਿਤੇ ਵਾਲ ਵੂਲ ਫੰਡੇ ਮੁੰਡੇ ਘਟਾਏ ਹੋਣੇ ਮੈਂ ਪਰ ਅਗਲੀ ਵਾਰ ਮਿਲੂੰਗਾ ਮੈਂ ਕਿਹਾ ਸੀ ਮੈਂ ਕਿਹਾ ਯਾਰ ਮੈਂ ਪਰਣਾ ਜਾਂ ਮੈਨੂੰ ਪੱਗ ਬੰਨ ਦੋ ਬਈ ਕਿਉਂਕਿ ਗੱਲਾਂ ਗੁਰਬਾਣੀ ਦੀਆਂ ਹੁੰਦੀਆਂ ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਨਹੀਂ ਵੀ ਕੋਈ ਨਹੀਂ ਪਰ ਅਗਲੀ ਵਾਰ ਜੇ ਮੈਂ ਬੈਠੂੰਗਾ ਤੇ ਜਰਨੈਲ ਭਾਜੀ ਮੇਰੇ ਪਰਣਾ ਬੰਨਣਗੇ ਫਿਰ ਪੋਡਕਾਸਟ ਸਟਾਰਟ ਹੋਊਗਾ ਇਹ ਮੇਰਾ ਨਹੀਂ ਨਹੀਂ ਕਰਦੇ ਆ ਨਹੀਂ ਠੀਕ ਹੈ ਚੰਗਾ ਭਾਜੀ ਕਿੱਦਾਂ ਕਿੱਦਾਂ ਲੱਗਿਆ ਠੀਕ ਲੱਗਿਆ ਬਹੁਤ ਵਧੀਆ ਆਪਾਂ ਇੰਨੇ ਨੈਚਰਲ ਜਿਹਾ ਰੱਖਿਆ ਤੁਸੀਂ ਇਹ ਜ਼ਰੂਰ ਇੱਥੇ ਤੱਕ ਜਿਹਨੇ ਦੇਖ ਲਿਆ ਸ਼ੇਅਰ ਜ਼ਰੂਰ ਕਰਿਓ ਚੰਗੀਆਂ ਚੀਜ਼ ਕਿਹੜੇ ਇਤਿਹਾਸ ਬਾਰੇ ਜਾਂ ਕਿਹੜੀ ਗੱਲ ਤੁਹਾਡਾ ਸਵਾਲ ਹੋਵੇ ਨਾ ਮੈਂ ਅਗਲੇ ਪੋਡਕਾਸਟ ਸੇਮ ਤੁਹਾਡੇ ਕਮੈਂਟ ਕੱਢ ਕੇ ਮੈਂ ਪੁੱਛੂੰਗਾ ਭਾਜੀ ਨੂੰ ਤੇ ਭਾਜੀ ਨੇ ਹੁਣ ਜਾਣਾ ਮੀਟਿੰਗ ਆ ਭਾਜੀ ਦੇ ਚਲੋ ਭਾਜੀ ਬਹੁਤ ਵਧੀਆ ਲੱਗਿਆ ਧਰਵਾਦੀ ਤੁਹਾਡਾ ਤੇ ਥੈਂਕ ਯੂ ਸੋ ਮਚ ਭਾਜੀ ਓਕੇ